ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਸ਼ਨੀਵਾਰ ਵਾਲੇ ਦਿਨ ਦੇ ਬ੍ਰੈਕਫਾਸਟ ਸ਼ੋ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਤੇ ਅੱਜ ਤਰੀਕ ਹੋ ਗਈ ਹੈ ਜੀ 11 ਮਈ ਤੇ ਅੱਜ ਦਿਨ ਤੁਹਾਨੂੰ ਪਤਾ ਹੀ ਹੈ ਸ਼ਨੀਵਾਰ ਦਾ ਦਿਨ ਹੈ ਤੇ ਸਾਰੇ ਅੱਜ ਘਾਰੀ ਹੋਣੇ ਆ ਛੁੱਟੀ ਵਾਲਾ ਦਿਨ ਆ ਸੋ ਅ ਅੱਜ ਦੇ ਬ੍ਰੈਕਫਾਸਟ 쇼 ਦੀ ਸ਼ੁਰੂਆਤ ਕਰਾਂਗੇ ਵੈਦਰ ਤੇ ਕਰੰਸੀ ਦੀ ਅਪਡੇਟ ਦੇ ਨਾਲ ਤੇ ਉਸ ਤੋਂ ਬਾਅਦ ਸਾਡੇ ਨਾਲ ਗੈਸਟ ਵੀ ਪਹੁੰਚੇ ਨੇ ਇਸ 쇼 ਦੇ ਵਿੱਚ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਡਾਕਟਰ ਸਾਧੂ ਸਿੰਘ ਅੰਕਲ ਜੀ ਅੰਕਲ ਜੀ ਮਾਈਕ ਚੀਕਾ ਖਾਸ ਸਾਹ ਮਾਈਕ ਚੀਕੀ ਵਤੇ ਅੰਕਲ ਜੀ ਅੱਜ ਦੇ 쇼 ਦੇ ਵਿੱਚ ਸਾਡੇ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ 쇼 ਦੇ ਵਿੱਚ ਪਹੁੰਚੇ ਹੋਏ ਆ ਉਹਨਾਂ ਨਾਲ ਆਪਾਂ ਇੰਟਰਵਿਊ ਕਰਨੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਵੈਦਰ ਤੇ ਕਰੰਸੀ ਦੀ ਅਪਡੇਟ ਦੇ ਦਈਏ ਹਨਾ ਇਹ ਜ਼ਰੂਰੀ ਆ ਕਿਉਂਕਿ ਸੋ ਅੱਜ ਦਾ ਬਰਮਿੰਗਮ ਦਾ ਟੈਂਪਰੇਚਰ ਰਹੇਗਾ ਜੀ ਮੈਕਸਿਮਮ 13 ਡਿਗਰੀ ਸੈਲਸੀਅਸ ਤੇ ਘੱਟ ਤੋਂ 5 ਡਿਗਰੀ ਤੇ ਅੱਜ ਧੁੱਪ ਰਹੇਗੀ ਸਾਰਾ ਦਿਨ ਤੇ ਲੰਡਨ ਦਾ ਅੱਜ ਦਾ ਟੈਂਪਰੇਚਰ ਹੈਗਾ ਜੀ ਮੈਕਸਿਮਮ 14 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਹੋਏਗਾ ਜੀ 8 ਡਿਗਰੀ ਤੇ ਬੱਦਲਵਾਈ ਦੇ ਨਾਲ ਨਾਲ ਹਲਕੀ بارش ਵੀ ਹੋਵੇਗੀ ਸੋ ਆਈਦਰ ਟੋਰਾਂਟੋ ਦਾ ਟੈਂਪਰੇਚਰ ਕੈਨੇਡਾ ਟੋਰਾਂਟੋ ਦਾ ਟੈਂਪਰੇਚਰ ਹੈਗਾ ਜੀ ਮੈਕਸਿਮਮ 11 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਹੋ ਗਿਆ ਜੀ 5 ਡਿਗਰੀ ਆਸਮਨ ਸਾਫ਼ ਰਹੇਗਾ ਧੁੱਪ ਨਿਕਲੇਗੀ ਸੋ ਵੈਨਕੂਵਰ ਦਾ ਅੱਜ ਦਾ ਟੈਂਪਰੇਚਰ ਹੈਗਾ ਜੀ 22 ਡਿਗਰੀ ਸੈਲਸੀਅਸ ਮੈਕਸਿਮਮ ਟੈਂਪਰੇਚਰ ਹੋਏਗਾ ਤੇ ਅੱਜ ਆਸਮਨ ਸਾਫ਼ ਰਹੇਗਾ ਧੁੱਪ ਨਿਕਲੇਗੀ ਯੂ ਐਸ ਏ ਦਾ ਟੈਂਪਰੇਚਰ ਹੈਗਾ ਜੀ ਮੈਕਸਿਮਮ ਹੋਏਗਾ ਜੀ 20 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਹੋਏਗਾ ਜੀ 14 ਡਿਗਰੀ ਸੋ ਅੱਜ ਆਸਮਨ ਸਾਫ਼ ਰਹੇਗਾ ਪਰ ਬਾਅਦ ਦੁਪਹਿਰ ਤੋਂ ਬਾਰਿ ਕਾਰ ਤੋਂ ਘੱਟ ਹੋਏਗਾ ਜੀ 11 ਡਿਗਰੀ ਧੁੱਪ ਨਿਕਲੇਗੀ ਆਸਮਨ ਸਾਫ਼ ਰਹੇਗਾ ਅੰਮ੍ਰਿਤਸਰ ਦਾ ਅੱਜ ਦਾ ਟੈਂਪਰੇਚਰ ਹੈਗਾ ਜੀ ਮੈਕਸਿਮਮ 35 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਹੋਏਗਾ ਜੀ 22 ਤੇ ਬੱਦਲਵਾਈ ਦੇ ਨਾਲ-ਨਾਲ ਆਸਮਨ ਅੱਜ ਸਾਫ਼ ਰਹੇਗਾ ਬਾਅਦ ਦੁਪਹਿਰ ਤੋਂ ਸੋ ਇਹ ਸੀਗਾ ਜੀ ਮੌਸਮ ਦੀ ਜਾਣਕਾਰੀ ਤੇ ਨਾਲ ਹੀ ਹੁਣ ਚਲਦੇ ਆਪਾਂ ਕਰੰਸੀ ਦੇ ਅਪਡੇਟ ਵੱਲ ਸੋ ਪਾਉਂਡ ਦੇ ਮੁਕਾਬਲੇ ਅੱਜ ਇੰਡੀਆ ਰੁਪਈ ਹੈਗਾ ਜੀ 90.90 ਰੁਪੀਆ ਪਾਕਿਸਤਾਨੀ ਰੁਪਈ ਹੈ 184.10 ਬੰਗਲਾਦੇਸ਼ੀ ਟਕਾ ਹੈ 109.66 ਦੁਬਈ ਦਿਰਮ ਹੈ 4.77 ਯੂਰੋ ਹੈ ਜੀ ਅੱਜ 1.16 ਕੈਨੇਡੀਅਨ ਡਾਲਰ ਹੈ 1.74 ਯੂ ਐਸ ਡਾਲਰ ਹੈ 1.30 ਤੇ ਆਸਟ੍ਰੇਲੀਅਨ ਡਾਲਰ ਹੈ ਜੀ ਅੱਜ 1.86 ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਕੈਨੇਡੀਅਨ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਈ ਹੈਗਾ ਜੀ 52.13 ਰੁਪੀਸ ਯੂ ਐਸ ਡਾਲਰ ਦੇ ਮੁਕਾਬਲੇ ਇੰਡੀਅਨ ਰੁਪਈ ਹੈਗਾ ਜੀ 69.93 ਰੁਪੀਸ australian dollar ਦੇ ਮੁਕਾਬਲੇ ਅੱਜ indian rupee ਹੈਗਾ ਜੀ 48.96 ਰੁਪੀਸ ਤੇ euro ਦੇ ਮੁਕਾਬਲੇ ਅੱਜ indian rupee ਹੈਗਾ ਜੀ 78.56 ਰੁਪੀਸ ਸੋ ਇਹ ਸੀਗੀ ਜੀ ਕਰੰਸੀ ਅਪਡੇਟ ਪਰ ਤੁਸੀਂ ਕੋਈ ਵੀ ट्रांजैक्शन ਕਰਨ ਤੋਂ ਪਹਿਲਾਂ ਆਪਣੇ ਅਧਾਰਿਆਂ ਨਾਲ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਕਰੰਸੀ ਦੇ ਰੇਟ ਆ ਜਿਹੜੇ ਉਹ ਵਾਧੇ ਕਰਦੇ ਰਹਿੰਦੇ ਆ ਚੇਂਜ ਹੁੰਦੇ ਰਹਿੰਦੇ ਆ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਅਸੀਂ ਆਪਣੇ ਜਿਹੜੇ ਗੈਸਟ ਹੈਗੇ ਮਹਿਮਾਨ ਹੈਗੇ ਆ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਉਹਨਾਂ ਨੂੰ ਇੰਟਰੋਡਿਊਸ ਕਰਦੇ ਆ ਸੋ ਅੱਜ ਸਾਡੇ ਨਾਲ ਇਹ ਸਟੂਡੀਓ ਦੇ ਵਿੱਚ ਪਹੁੰਚੇ ਨੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਉਹਨਾਂ ਨੂੰ ਆਪਾਂ ਫਤਿ ਬੁਲਾਉਣੀ ਆ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੇ ਫਤਿ ਭਾਈ ਸਾਹਿਬ ਜੀ ਸੋ ਤੁਹਾਡਾ ਅਸੀਂ ਬ੍ਰੈਕਫਾਸਟ ਸ਼ੋ ਤੇ ਸਵਾਗਤ ਕਰਦੇ ਆ ਜੀ ਤੇ ਅੱਜ ਦੇ ਸ਼ੋ ਦੇ ਵਿੱਚ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਕੀਰਤਨ ਬਾਰੇ ਵੀ ਜਾਣਕਾਰੀ ਲਵਾਂਗੇ ਕਿਉਂਕਿ ਜਿਵੇਂ ਕਿ ਤੁਸੀਂ ਕਾਫੀ ਸਮੇਤੋ ਕੀਰਤਨ ਕਰ ਰਹੇ ਹੋ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਹਜ਼ੂਰੀ ਰਾਗੀ ਦੀ ਸੇਵਾ ਨਿਭਾ ਰਹੇ ਹੋ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੀਰਤਨ ਕਰਦੇ ਹੋਏ ਮੈਨੂੰ ਤਕਰੀਬਨ 32 ਸਾਲ ਹੋ ਚੁੱਕੇ ਹਨ ਜੀ ਜੀ ਮੈਂ 1987 ਤੋਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੇ ਤੌਰ ਤੇ ਮੈਂ ਉੱਥੇ ਸੇਵਾ ਕਰ ਰਿਹਾ ਜੀ ਤੇ ਗੁਰੂ ਮਰਦੀ ਕਿਰਪਾ ਬਖਸ਼ਿਸ਼ ਹੈ ਅੱਜ ਤੱਕ ਗੁਰੂ ਰਾਮਦਾਸ ਜੀ ਨੇ ਆਪਣਾ ਬਖਸ਼ਾ ਪਰ ਮੇਰਾ ਪ੍ਰਿਆਤ ਰੱਖਿਆ ਆਪਣੇ ਦਰ ਕਰਦੀ ਇਸੇਵਾ ਲਈ ਹੈ ਜੀ ਜੀ ਤੇ ਉਹੀ ਸੇਵਾ ਦੇ ਖਾਤਰ ਅੱਜ ਦੇਸ਼ ਵਿਦੇਸ਼ ਜਿੱਥੇ ਵੀ ਦਾਸ ਜਾਂਦਾ ਹੈ ਜੀ ਉਹ ਗੁਰੂ ਦਾ ਸ਼ਬਦ ਆ ਜਰੀ ਹੈ ਜਿਸ ਦੇ ਕਰਕੇ ਸੰਗਤਾਂ ਮੜਾ ਪਿਆਰ ਕਰਦੀਆਂ ਸੋ ਤੁਹਾਨੂੰ ਪ੍ਰੇਰਣਾ ਕਿਵੇਂ ਮਿਲੀ ਸੀ ਕਿਵੇਂ ਕੀ ਤੁਸੀਂ ਨੇ ਸੋਚਿਆ ਸੀ ਤੁਸੀਂ ਕਿ ਇਸ ਲਾਈਨ ਦੇ ਵਿੱਚ ਤੁਸੀਂ ਆਣਾ ਤੁਸੀਂ ਕੀਰਤਨ ਕਰਨਾ ਕਿ ਜਾਂ ਫਿਰ ਬਚਪਨ ਤੋਂ ਹੀ ਤੁਹਾਡੇ ਮਨ ਦੇ ਵਿੱਚ ਸੀਗਾ ਜਾਂ ਪਰਿਵਾਰ ਵੱਲੋਂ ਕੋਈ ਜੀ ਹਾਂ ਜੀ ਪਰਿਵਾਰ ਵਿੱਚ ਧਾਰਮਿਕ ਮਾਹੌਲ ਤਾਂ ਹੈ ਹੀ ਸੀ ਜੀ ਸ਼ੁਰੂ ਤੋਂ ਮੇਰੇ ਸਤਕਾਰਯੋਗ ਪਿਤਾ ਜੀ ਗਿਆਨੀ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਬਚਪਨ ਤੋਂ ਲੈ ਕੇ ਪਹਿਲਾਂ ਮਾਪੁਰਖਾਂ ਦੀ ਸੰਗਤ ਵਿੱਚ ਆਪਣਾ ਸਮਾਂ ਗੁਜ਼ਾਰਿਆ ਵਿਸ਼ੇਸ਼ ਤੌਰ ਤੇ ਨਿਰਮਲ ਸੰ ਮਾਪੁਰਖਾਂ ਦੀ ਸੰਗਤ ਵਿੱਚ ਜੀ ਪਰ ਉਸ ਤੋਂ ਬਾਅਦ ਫਿਰ ਆਰਮੀ ਵਿੱਚ ਫੌਜ ਵਿੱਚ ਭਰਤੀ ਹੋ ਗਏ ਜੀ ਤੇ ਉੱਥੇ ਵੀ ਉਹਨਾਂ ਦਾ ਕਿਉਂਕਿ ਧਿਆਨ ਉਹ ਜੋ ਜਿੱਥੇ ਬਚਪਨ ਗੁਜ਼ਰਿਆ ਸੀ ਉਹਨਾਂ ਦਾ ਜੀ ਉਸ ਉਸੇ ਪਾਸੇ ਰਿਹਾ ਜ਼ਿਆਦਾਤਰ ਇਸ ਲਈ ਉੱਥੇ ਵੀ ਸਾਰੇ ਉਹਨਾਂ ਦਾ ਸਤਿਕਾਰ ਫੌਜ ਵਿੱਚ ਵੀ ਇਸ ਲਈ ਕਰਦੇ ਸਨ ਕਿ ਉਹ ਬੜਾ ਸੁੰਦਰ ਲੈਕਚਰ ਕਰਦੇ ਸੀ ਧਾਰਮਿਕ ਵਿਸ਼ਿਆਂ ਤੇ ਕੋਈ ਗਰੁੱਪ ਰਵਾਨਾ ਆਰਮੀ 'ਚ ਤੇ ਉਹਨਾਂ ਨੂੰ ਸਪੈਸ਼ਲ ਬਣਾਣਾ ਉਹਨਾਂ ਨੇ ਵੀ ਤੁਸੀਂ ਲੈਕਚਰ ਕਰਵਾ ਕੇ ਉਸ ਵਿਸ਼ੇ ਤੇ ਤੇ ਇਸੇ ਤਰ੍ਹਾਂ ਉਹ ਪਿਤਾ ਜੀ ਦਾ ਮੈਨੂੰ ਬੜਾ ਵੱਡਾ ਸਹਿਯੋਗ ਮਿਲਿਆ ਉਹਨਾਂ ਨੇ ਮੇਰੇ ਸ਼ੌਂਕ ਨੂੰ ਪਛਾਣਿਆ ਜੀ ਅਸਲ 'ਚ ਬਚਪਨ ਵਿੱਚ ਮੈਨੂੰ ਜਿਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਸਾਡੇ ਇਲਾਕੇ ਜਲੰਧਰ ਦੇ ਇਲਾਕੇ ਵਿੱਚ ਰਾਮਾ ਮੰਡੀ ਦੇ ਉੱਥੇ ਸਾਡੇ ਬਹੁਤ ਸਾਰੇ ਸਿੰਘ ਅਖੰਡ ਕੀਰਤਨੀ ਜਥੇ ਦੇ ਮੈਂਬਰ ਸਨ ਤੇ ਉੱਥੇ ਉਹਨਾਂ ਨਾਲ ਮੈਨੂੰ ਪਿੱਛੇ ਬੈਠ ਕੇ ਕਈ ਵਾਰੀ ਖੜਤਾਲਾ ਵਜਾ ਕੇ ਤੇ ਕੀਰਤਨ ਕਰਨ ਦਾ ਮੌਕਾ ਮਿਲਦਾ ਉਹਦੇ ਪਿੱਛੇ ਬੈਠ ਕੇ ਜੀ ਮੈਂ ਛੜਾ ਜਾਂਦਾ ਸੀਗਾ ਤੇ ਫਿਰ ਕਈ ਵਾਰ ਮੈਨੂੰ ਪਿਤਾ ਜੀ ਨੇ ਨਾਲ ਲੈ ਜਾਣਾ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਵੀ ਚਲ ਖੜਾ ਹੋ ਕੇ ਸ਼ਬਦ ਪੜ ਕੋਈ ਮੈਨੂੰ ਮੈਨੂੰ ਤਾਂ ਸ਼ਬਦ ਆਂਦਾ ਕੋਈ ਨਹੀਂ ਉਹਨੇ ਮੈਂ ਕਹਿੰਦਾ ਜੋ ਆਂਦਾ ਤੋ ਉਹ ਹੀ ਸੁਣਾ ਦੇ ਕੋਈ ਨਹੀਂ ਮੈਂ ਕਹਿੰਦੀ ਖੜਤਾਲਾਂ ਨਾਲ ਖੜੇ ਹੋ ਕੇ 2 ਮਿੰਟ ਮੈਨੂੰ ਪ੍ਰਬੰਧ ਕਰਨ ਦਾ ਟਾਈਮ ਦੇਣਾ 5 ਮਿੰਟ ਕਦੀ ਮੈਨੂੰ ਕੋਈ ਧਾਰਨਾ ਸੁਣਾ ਦੇਣੀ ਕਦੀ ਕੋਈ ਵਾਇਗਰ ਵਾਇਗਰ ਕਰ ਦੇਣਾ ਜੀ ਲੋਕ ਵੀ ਬੜੇ ਖੁਸ਼ ਹੋਣ ਇਹ ਛੋਟੇ ਜਿਹੇ ਬੱਚਾ ਖੜਤਾਲਾਂ ਵਜਾ ਕੇ ਤੇ ਖੜਾ ਹੋ ਕੇ ਇਦਾਂ ਕੋਈ ਸ਼ਬਦ ਸੁਣਾਉਂਦਾ ਜਾਂ ਧਾਰਨਾ ਕੋਈ ਸੁਣਾਉਂਦਾ ਤੇ ਇਸ ਤਰ੍ਹਾਂ ਕਰਨਾ ਕਰਨਾ ਕੋਈ ਸਿਆਣੇ ਬੰਦੇ ਮੇਰੇ ਪਿਤਾ ਜੀ ਨੂੰ ਕਿਹਾ ਵੀ ਇਹ ਬੱਚੇ ਨੂੰ ਸ਼ੌਂਕ ਬੜਾ ਹੈ ਜੀ ਕੀਰਤਨ ਦਾ ਵੀ ਜਿਨੀ ਨੂੰ ਲੱਗਣਾ ਕੋਈ ਚੰਗੇ ਉਸਤਾਦ ਕੋਲ ਭੇਜਿਓ ਉਹਨੂੰ ਕੋ ਵੀ ਉਸਤਾਦ ਕੋਲ ਜਾਏਗਾ ਕੋਟ ਗੁਰਬਾਣੀ ਕੀਰਤਨ ਦਾ ਸੰਗੀਤ ਦਾ ਉਹਦੇ ਬਾਰੇ ਪਤਾ ਲੱਗੇਗਾ ਵੀ ਜਿਹੜਾ ਦਾ ਸ਼ੌਂਕ ਬਾਹਰ ਆਉਣਾ ਚਾਹੀਦਾ ਸੋ ਮੇਰੇ ਪਿਤਾ ਜੀ ਨੇ ਉਹ ਗੱਲ ਨੂੰ ਬੜਾ ਚੰਗਾ ਸਮਝਿਆ ਵੀ ਠੀਕ ਹੈ ਇਹਨੇ ਸਾਰਿਆਂ ਨੇ ਕਿਹਾ ਉਹ ਕਹਿੰਦਾ ਮੇਰੇ ਕੋਲ ਤਾਂ ਇਹਨਾਂ ਕੋਈ ਸਾਧਨਵੇਂ ਬੱਚੇ ਨੂੰ ਕਿਸੇ ਚੰਗੇ ਉਸਤਾਦ ਕੋਲ ਭੇਜ ਸਕਾਂ ਜੀ ਜੀ ਪਰ ਇੱਕ ਬਹੁਤ ਹੀ ਵੱਡੀ ਸਾਡੀ ਸ਼ਖਸ਼ੀਤ ਹੋਈ ਹੈ ਸੇਵਾ ਦੀ ਸ਼ਖਸ਼ੀਤ ਜੋ ਕਿ ਭਗਤਪੂਰਨ ਸਿੰਘ ਜੀ ਜੀ ਮਾਨੀਪਿੰਗਲਵਾੜਾ ਉਹਨਾਂ ਦੇ ਨਾਲ ਮੇਰੇ ਪਿਤਾ ਜੀ ਦਾ ਬੜਾ ਪਿਆਰ ਸੀ ਕਿਉਂਕਿ ਉਹਨਾਂ ਦੇ ਜੋ ਕੰਮ ਸਨ ਉਹਨਾਂ ਦੀਆਂ ਸੇਵਾਵਾਂ ਸਨ ਭਗਤ ਪੂਰਨ ਸਿੰਘ ਜੀ ਦੇ ਉਹਨਾਂ ਦੇ ਮੇਰੇ ਪਿਤਾ ਜੀ ਬੜਾ ਪ੍ਰਭਾਵਿਤ ਸਨ ਤੇ ਪਿੰਗਲਵਾੜੇ ਲਈ ਬਹੁਤ ਸਾਰੀ ਸੇਵਾ ਇਕੱਠੀ ਕਰਕੇ ਉਹ ਤੇ ਦੇ ਕੇ ਆਂਦੇ ਹੁੰਦੇ ਸੀ ਉਹਨਾਂ ਨੇ ਜਲੰਧਰ ਸਿੰਘ ਪਿੰਗਲਵਾੜਾ ਸੇਵਾ ਸੁਸਾਇਟੀ ਵੀ ਬਣਾਈ ਜਦੋਂ ਆਰਮੀ ਤੋਂ ਰਿਟਾਇਰ ਹੋ ਗਏ ਨੇ ਉਸ ਤੋਂ ਬਾਅਦ ਤੇ ਉਹਨਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਜਾ ਕੇ ਬੇਨਤੀ ਕੀਤੀ ਵੀ ਮੈਂ ਅੰਮ੍ਰਿਤਸਰ ਸਾਹਿਬ ਵੀ ਪਿਤਾ ਆਪਣੇ ਬੱਚੇ ਨੂੰ ਕੋ ਚੰਗੇ ਉਸਤਾਦ ਕੋਲ ਪੜ੍ਹਨ ਜਾਣਾ ਚਾਹੁੰਦਾ ਵੀ ਮੈਨੂੰ ਪਤਾ ਲੱਗੇ ਇੱਥੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਵਿਦਿਆਲਾ ਹੈਗਾ ਨਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੀ ਮੇਰੀ ਤਾਂ ਵਾਕਫੀਤ ਨਹੀਂ ਉੱਥੇ ਕੋਈ ਮੇ ਜੇ ਤੁਸੀਂ ਨਾਲ ਲੈ ਚਲੋ ਸਾਨੂੰ ਤੇ ਸ਼ਾਇਦ ਉਹ ਇਹ ਬੱਚੇ ਨੂੰ ਐਡਮਿਸ਼ਨ ਦੇ ਦੇਣ ਉੱਥੇ ਭਗਤਪੂਰਨ ਸਿੰਘ ਜੀ ਕਹਿਆ ਕਿਉਂ ਨਹੀਂ ਮੈਂ ਚਲਾਂਗਾ ਨਾਲ ਤੁਹਾਡੇ ਭਗਤਪੂਰਨ ਸਿੰਘ ਜੀ ਨਾਲ ਸਾਨੂੰ ਲੈ ਕੇ ਟਾਂਗੇ ਤੇ ਬਿਠਾ ਕੇ ਜਿਉ ਉਹਨਾਂ ਦਾ ਜੀ ਜੀ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਕਿੰਨੀ ਉਮਰ ਸੀ ਤੁਹਾਡੀ ਜੀ 1983 ਦੀ ਜੀ ਮੈਂ ਜਲੰਧਰ ਮੇਰੀ ਪੜ੍ਹਾਈ ਹੋਈ ਏ ਸਾਰੀ ਜਲੰਧਰ ਕੈਂਟ ਵਿੱਚ ਵੈਸੇ ਵੀ ਤੁਸੀਂ ਮੈਨੂੰ ਪੁੱਛਿਆ ਸੀ ਮੈਂ ਦੱਸਣਗਾ ਮੇਰਾ ਜਿਹੜਾ ਪਛੋਕੜ ਪਹਿਲਾ ਪਿੰਡ ਮੇਰਾ ਜਿਹੜਾ ਜੰਦੀ ਪੁਸ਼ਤੀ ਉਹ ਪਿੰਡ ਡਰੋਲੀ ਆਦਮਪੁਰ ਦੇ ਕੋਲ ਜਿਹੜਾ ਜਲੰਧਰ ਵਿੱਚ ਪਰ ਉਹਨੂੰ ਰਹਿਣ ਦਾ ਮੁਕਾ ਨਹੀਂ ਮਿਲਿਆ ਪਰ ਕਿਉਂਕਿ ਉਹ ਮੇਰਾ ਪਿੰਡ ਆ ਮੇਰੇ ਪਿਤਾ ਜੀ ਦਾ ਪਿੰਡ ਆ ਇਸ ਲਈ ਸਾਡੀ ਸਾਂਝ ਉਦਾਈ ਹੈ ਬਰਕਰਾਰ ਉਹ ਤੇ ਰਹਿਣਾ ਮਸ਼ਰੂਤ ਜਲੰਧਰ ਵਿੱਚ ਹੀ ਹੈ ਤੇ ਉਹ 1983 ਜਦੋਂ ਮੈਂ ਉੱਥੇ ਆਪਣੀ ਪੜ੍ਹਾਈ ਪੂਰੀ ਕੀਤੀ ਜਿਹਨ ਦੇ ਉੱਤੇ ਉਸ ਤੋਂ ਬਾਅਦ 1983 ਚ ਉੱਥੇ ਕੋਰਸ ਸ਼ੁਰੂ ਹੋਣਾ ਸੀ ਸੰਗੀਤ ਦਾ ਜੀ ਸ੍ਰੀ ਸਿਕਮਿਸ਼ਨਰੀ ਕਾਲਜ ਤੇ ਪਖਤਪੂਰਨ ਸਿੰਘ ਜੀ ਜੀ ਸਾਨੂੰ ਨਾਲ ਲੈ ਕੇ ਗਏ ਜੋ ਉਹਨਾਂ ਦਾ ਸੁਭਾਅ ਸੀ ਸੇਵਾ ਸੀ ਬਿਟਾਂਗੇ ਤੋ ਉਤਰ ਜਾਣਾ ਨਾਲ ਛਿੱਲੜ ਚੁੱਕੀ ਜਾਣੇ ਸੜਕ ਤੋਂ ਆਪਣੇ ਝੋਲੇ ਜਿ ਪਾਈ ਜਾਣੇ ਤੇ ਇਦਾਂ ਹੀ ਮੈਨੂੰ ਵੀ ਨਾਲ ਉਹਨਾਂ ਝੋਲਾ ਫੜਾਤਾ ਕੱਕਤੂਈ ਆ ਰੋੜੇ ਚੁੱਕ ਕਿਲਾ ਚੁੱਕਦੋਂ ਕਦੀ ਟੰਗ ਦੇ ਉੱਤਰ ਜਾ ਕਰਨ ਕਦੀ ਚੜ੍ਹ ਜਾ ਕਰਨ ਬਹਿ ਜਾ ਕਰਨ ਫੇਰ ਮੈਨੂੰ ਉਤਾਰ ਰਿਹਾ ਆ ਚੁੱਕੇ ਸਾਨੂੰ ਜੀ ਐਦਾਂ ਅਸੀਂ ਉੱਥੇ ਸੀ ਸਿਕਮਿਸ਼ਨ ਕਾਲਜ ਜਿਹੜਾ ਅੰਮ੍ਰਿਤਸਰ ਚ ਹੈ ਉੱਥੇ ਪਹੁੰਚੇ ਤੇ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਸਪ੍ਰਕਾਸ਼ ਸਿੰਘ ਜੀ ਨੂੰ ਮਿਲੇ ਤੇ ਉਹ ਵੀ ਬੜੇ ਹੈਰਾਨ ਹੋਏ ਭਗਤਪੂਰਨ ਸਿੰਘ ਜੀ ਐਡੀ ਵੱਡੀ ਸ਼ਖਸੀਅਤ ਅੱਜ ਮੇਰੇ ਕੋਲ ਕਾਲਜ ਚ ਆਏ ਇੱਥੇ ਨੇ ਜੀ ਤੇ ਫਿਰ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਮਿੱਤਰ ਨੇ ਯਾਨੀ ਸਤਨਾਮ ਸਿੰਘ ਜੀ ਇਹਨਾਂ ਦਾ ਬੱਚਾ ਹੈ ਜੀ ਇਹਨਾਂ ਨੂੰ ਅਸੀਂ ਇੱਥੇ ਤੁਹਾਡੇ ਕੋਲ ਛੱਡ ਕੇ ਚੱਲੇ ਆ ਤੇ ਇਹਨੂੰ ਗੁਰੂ ਰਾਮਦਾਸ ਜੀ ਦਾ ਕੀਰਤਨੀਆਂ ਬਣਾਉਣਾ ਉਸਦਾਰ ਦਾ ਹਰਮੰਦਰ ਸਾਹਿਬ ਦਾ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਨੇ ਮੇਰੇ ਦੋ ਕੁ ਮਿੰਟ ਇੰਟਰਵਿਊ ਲਈ ਦੋ ਚਾਰ ਮਿੰਟ ਮੈਨੂੰ ਦੋ ਚਾਰ ਸਵਾਲ ਪੁੱਛਦੇ ਕਹਿੰਦੇ ਪਕ ਜੀ ਠੀਕ ਹੈ ਜੀ ਅਸੀਂ ਬੱਚੇ ਨੂੰ ਜ਼ਰੂਰ ਇੱਥੇ ਰੱਖਾਂਗੇ ਤੇ ਇੱਥੇ ਕੀਰਤਨ ਦੀ ਜੋ ਸਖਲਾਈ ਦਿਆਂਗੇ ਠੀਕ ਹੈ ਤੇ ਕਿੰਨੇ ਸਾਲਾਂ ਕਿੰਨੀ ਉਮਰ ਸੀ ਤੁਹਾਡੀ ਉਹ ਦੋ ਜਦੋਂ ਤੁਸੀਂ ਉਹ ਕੀਤਾ ਟ੍ਰੇਨਿੰਗ ਸੀ ਮੇਰੀ 15 ਸਾਲ ਸੀ ਉਮਰ ਜੋ ਨਾਲ ਮੈਂ 15 ਸਾਲ ਜੀ ਮੈਂ ਤਸਵੀ ਕੀਤੀ ਸੀ ਉੱਥੇ ਆਪਣੇ ਸਕੂਲ ਤੋਂ ਉਸ ਤੋਂ ਬਾਅਦ ਸਿੱਧੇ ਉੱਥੇ ਚਲਾ ਗਿਆ ਸੀ 15 ਸਾਲ ਦੀ ਮੇਰੀ ਆਈਡੀਆ ਜਿੱਤੇ ਕਿਉਂਕਿ 19 ਸਾਲ ਦੀ ਮੇਰੇ ਮਹਾਰਾਜ ਸਾਹਿਬ ਕੀਰਤਨ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ ਜੀ ਸੁੱਤ ਕੀ ਜਿਹੜਾ ਕੋਰਸ ਹੈ 3 ਸਾਲ ਦਾ ਹਾਂਜੀ ਉਹ ਕਦੀ ਪਹਿਲਾਂ 3 ਸਾਲ ਦਾ ਵੀ ਕਈ 2 ਸਾਲ ਦਾ ਕਰ ਦਿੰਦੇ ਉਸ ਵੇਲੇ ਜੇ ਮੇਰੀ ਵੀਲੀ 2 ਸਾਲ ਦਾ ਸੀ ਹਮ ਹੁਣ ਅੱਜ ਕੱਲ 3 ਸਾਲ ਦਾ ਹੈ ਅੱਛਾ ਪਰ ਮੈਂ 83 ਤੋਂ 85 ਤੱਕ ਕੀਤਾ ਸੀ ਕੋਰਸ ਉਹ ਉਸਤਾਦ ਸੀ ਸਾਡੇ ਪ੍ਰੋਫੈਸਰ ਅਫਤਾਰ ਸਿੰਘ ਜੀ ਨਾਚ ਬੜੇ ਹੀ ਉੱਗੇ ਉਸਤਾਦ ਸੇ ਤੁਹਾਨੂੰ ਅੱਗੇ ਵੀ ਜੀ ਸਾਡੇ ਰਾਗੀ ਉਹਨਾਂ ਨੂੰ ਜਿਹੜੇ तकरीबन 5 ਪ੍ਰਸਿੱਧ ਕੀਰਤਨੀਏ ਜਿਥੇ ਜਿੰਨੇ ਵੀ ਹਨ ਇੱਕ ਤਾਂ ਉੱਥੇ ਦੇ ਵਿਦਿਆਰਥੀ ਹਨ ਇਹ ਇੱਕ ਅੱਜਕੱਲ ਸ੍ਰੀ ਦਰਬਾਰ ਸਾਹਿਬ ਦੇ ਵੀ ਬਹੁਤੇ ਜੁਰੀ ਰਾਗੀ ਜਿਥੇ ਉੱਥੇ ਦੇ ਵਿਦਿਆਰਥੀ ਹਨ ਤੇ ਉਹਨਾਂ ਦੇ ਸ਼ਗਿਰਦ ਹਨ ਜੀ ਤੇ ਉਹ ਬੜਾ ਵੱਡਾ ਨਾਮ ਹੈ ਇੱਕ ਉਸਤਾਦਾਂ ਦੇ ਵਿੱਚ ਪ੍ਰੋਫੈਸਰ ਅਫਤਾਰ ਸਿੰਘ ਨਾਚ ਦਾ ਹੁਣ ਸ਼ਰੀਰ ਤੌਰ ਤੇ ਪਾਵਾਂ ਨਹੀਂ ਰਹੇ ਪਰ ਬਹੁਤ 45 50 ਸਾਲ ਦਾ ਨਰਬਾਉਣਾ ਦਾ ਸਖਾਂਦਾ ਸੀ ਉੱਤੇ ਕਿਵੇਂ ਸਾਰੇ ਜਿਹੜੇ ਮਸ਼ਹੂਰ ਆ ਕੀ ਜਥੇ ਨੇ ਜੀ ਉਹਨਾਂ ਤੋਂ ਉਹਨਾਂ ਦੇ ਸ਼ੇਬ ਨੇ ਜੀ ਜੀ ਤੇ ਮੈਂ ਸਿੱਖ ਚੈਨਲ ਦੇ ਜਿਹੜੇ ਦਰਸ਼ਕ ਨੇ ਸਾਡੇ ਉਹਨਾਂ ਦੇ ਗਿਆਤ ਵਾਸਤੇ ਦਸਤਮਾ ਕੇ ਪਿਛੇ ਕੁਝ ਪਿਛਲੇ ਸਾਲਾਂ ਵਿੱਚ ਪਲੋ ਪਲੋ ਰ ਕੀਤਨੀ ਐਕਸੀਰੀਅ ਸਿੱਖ ਚੈਨਲ ਵਿੱਚ ਆ ਗਿਆ ਸੀ ਜਿਹਦੇ ਵਿੱਚ ਤੁਹਾਡੀ ਇੰਟਰਵਿਊ ਲਈ ਸੀ ਹਾਂਜੀ ਬਿਲਕੁਲ ਤੇ ਅਸੀਂ ਦਰਵਾਜ਼ਾ ਬਜੇ ਜਾ ਕੇ ਜਾਂ ਜਿੱਥੇ ਤੇ ਥਾਂ ਥਾਂ ਜਾ ਕੇ ਸਾਡੀ ਕੋਸ਼ਿਸ਼ ਸੀ ਕਿ ਜਦੋਂ ਕੀਤਨੀ ਜਿਹਾ ਸਟੇਜ ਤੇ ਬਹਿੰਦਾ ਤੇ ਲੋਕਾਂ ਨੂੰ ਪਤਾ ਹੋਵੇ ਕਿ ਇਹਨੇ ਕੀ ਕਹ ਲਿਆ ਕਿੱਥੋਂ ਸਿੱਖਿਆ ਕੀ ਕਹ ਲਿਆ ਕਹ ਲਈ ਉਹਦੀ ਸ਼ਕਸ਼ੀਤ ਦਾ ਪਤਾ ਲੱਗੇ ਜੀ ਜੀ ਬਿਲਕੁਲ ਤਾਂ ਕਿ ਇਹ ਤਾਲਮੇਲ ਹੈ ਨਾ ਸਰਕਾਰ ਰਗੀ ਜਿਹਾ ਦਾ ਸ੍ਰੋਤ ਹੁੰਦੇ ਦੂਸਿਆਂ ਲਈ ਹਾਂਜੀ ਹਾਂਜੀ ਤੇ ਉਹਦੇ ਉਹ ਅਸੀਂ ਉਦੋਂ ਵੀ ਤੁਹਾਡਾ ਇੰਟਰਵਿਊ ਲਈ ਆਪਾਂ ਗੱਲ ਕਰਦੇ ਸੀ ਕਿ ਧੰਤਨ ਗੁਰੂ ਰਾਮਦਾਸ ਵਾਹਿਗੁਰੂ ਸਭ ਸੱਚੇ ਪਾਤਸ਼ਾਹ ਉਸ ਦਰਬਾਰ ਦੇ ਵਿੱਚ ਜਿੱਥੇ ਕਿ ਦੁਨੀਆ ਦਾ ਹਰ ਸ਼ਰਧਾਵਾਨ ਸਿੱਖ ਵਾਹਿਗੁਰੂ ਉਹ ਨਕਮਸਤ ਹੋ ਕੇ 2 ਮਿੰਟ ਸਤਗੁਰੂ ਦੀ ਅশীরਵਾਦ ਲੈਣ ਨੂੰ ਲੋਚਦਾ ਹੈ ਘੰਟੇ-ਘੰਟੇ ਹੁਣ ਤੋਂ ਹੁਣ ਤੋਂ ਜਿਆਦੀ ਬਹੁਤ ਪੀੜ ਹੁੰਦੀ ਹੈ ਘੰਟਿਆਂ ਬੱਧੀ ਉੱਥੇ ਖੜੇ ਹੁੰਦੇ ਨੇ ਤੇ ਉਸ ਦਰਬਾਰ ਦੇ ਵਿੱਚ ਸਭ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅੱਜ ਵੀ ਬਖਸ਼ਦੀ ਹੈ ਬੜਕੋਰੀ ਉਹ ਸਿੱਧਾ ਨਹੀਂ ਜੇ ਉਦੋਂ ਕੋੜੇ ਨੂੰ ਰਾਜ ਕੀਤਾ ਸੀ ਤੇ ਅੱਜ ਵੀ ਉੱਥੇ ਰਾਜੀ ਹੁੰਦੇ ਨੇ ਤੇ ਉਸ ਦਰਬਾਰ ਦੇ ਵਿੱਚ ਭਾਈ ਸਾਹਿਬ ਇੰਨੇ ਭਾਗਾਂ ਵਾਲੇ ਨੇ ਕਿ ਜਿੱਥੇ ਇੱਕ ਮਿੰਟ ਜਾਂ ਦੋ ਮਿੰਟ ਮੱਥਾ ਟੇਕੇਗਾ ਤਾਂ ਨਾ ਪੈਂਦਾ ਉਥੇ ਕੰਟੀਆਂ ਬੱਦੀ ਗੁਰੂ ਰਾਮਦਾਸ ਦੀ ਗੋਦ ਵਿੱਚ ਬੈਠ ਕੇ ਕੀਰਤਨ ਕਰਦੇ ਨੇ ਤੇ ਪਾਤਸ਼ਾਹ ਜੀ ਜਦੋਂ ਤੁਸੀਂ ਕੀਰਤਨ ਕਰਦੇ ਹੋ ਹੁਣ ਤੁਹਾਨੂੰ ਤਕਰੀਬਨ 32 33 ਸਾਲ ਹੋ ਗਏ ਨੇ 32 ਸਾਲ ਹੋ ਗਏ ਨੇ 32 ਸਾਲ ਹੋ ਗਏ ਨੇ ਜੀ ਜੀ ਕਿੱਦਾਂ ਮਹਿਸੂਸ ਹੁੰਦਾ ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੈਠ ਕੇ ਕੀਰਤਨ ਕਰਦੇ ਹੋ ਕਹੋ ਜੀ ਮਹਿਸੂਸ ਕਰਦੇ ਹੋ ਡਾਕਟਰ ਸਾਹਿਬ ਪਹਿਲੀ ਤੇ ਗੱਲ ਮੈਂ ਜਦੋਂ ਸ਼ੁਰੂਆਤ ਦੀ ਦੱਸਣਾ ਚਾਹਨਾ ਵੀ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਇੰਨੀ ਜਲਦੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਚ ਆ 19 ਸਾਲ ਦਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਕੀਰਤਨ ਦੀ ਸੇਵਾ ਦਾ ਮੌਕਾ ਮਿਲ ਜਾਏਗਾ ਜੀ ਮੈਂ ਸਮਝਿਆ ਕਿ ਉਹ ਮੇਰੇ ਪਰਿਵਾਰ ਦੇ ਮੈਂਬਰ ਜਾਂ ਮੇਰੇ ਸਤਿਕਾਰਯੋਗ ਪਿਤਾ ਜੀ ਉਹਨਾਂ ਦੀ ਅਰਦਾਸ ਪੰਕਪੂਰ ਸਿੰਘ ਜੀ ਦੀ ਅਸੀਸ ਬੜਾ-ਬੜਾ ਆਸ਼ੀਰਵਾਦ ਉਹਨਾਂ ਮਾਪੁਰ ਕਹਿੰਦਾ ਜੀ ਤੇ ਜਿਹੜਾ ਇੱਕ ਮੇਰੇ ਅੰਦਰ ਸ਼ੌਂਕ ਸੀ ਹਾਂ ਜੀ ਕਿਉਂਕਿ ਅੱਜ ਵੀ ਮੈਂ ਬਹੁਤ ਸਾਰੇ ਜਥੇ ਦੇਖਦਾ ਮੈਨੂੰ ਵੀ ਬੜੇ ਫੋਨ ਆਉਂਦੇ ਆ ਵੀ ਭਾਈ ਸਾਹਿਬ ਜੀ ਸਾਨੂੰ ਇੱਕ ਵਾਰੀ ਕੀਰਤਨ ਕਰਨ ਦਾ ਮੌਕਾ ਦਵਾ ਦਿਓ ਸਿੰਘ ਸਾਹਿਬ ਜੀ ਨੂੰ ਕਹਿ ਕੇ ਜਾਂ ਕਿਸੇ ਨੂੰ ਕਹਿ ਕੇ ਉੱਥੇ ਵੀ ਅਸੀਂ ਇੱਕ ਕੀਰਤਨ ਦੀ ਹਾਜ਼ਰੀ ਭਰ ਸਕੀ ਜੀ ਤਾਂ ਮੈਂ ਤਾਂ ਸਮਝਦਾ ਅਸੀਂ ਬੜੇ ਖੁਸ਼ਕਿਸਮਤਾਂ ਪਤਾ ਨਹੀਂ ਕਿੰਨੇ ਸਾਡੇ ਪੂਰਵ ਲੋਕ ਕਰਮ ਕੀਤੇ ਹੋਏ ਨੇ ਜਿਹੜੇ ਸਾਨੂੰ ਇਹ ਇੰਨਾ ਲੰਮਾ ਸਮਾਂ ਮੈਨੂੰ ਉੱਥੇ ਸੇਵਾ ਕਰਨ ਦਾ ਮੌਕਾ ਮਿਲੇ ਆ ਜਾਂ ਉੱਥੇ ਜਿਹੜੇ ਬਾਕੀ ਜਿੱਥੇ ਵੀ ਸੇਵਾ ਕਰਦੇ ਹਨ ਉਹਨਾਂ ਦੇ ਕੋਈ ਚੰਗੇ ਪਾਖ ਹਨ ਗੁਰੂ ਜੀ ਬਖਸ਼ਿਸ਼ ਕਿਰਪਾ ਜੀ ਜਦੋਂ ਮੈਂ ਸ਼ਹੀਦ ਸਿੱਖ ਮਿਸਲਾਂ ਹਾਲੇ ਪੜਦਾਇਤਾ ਸੀ ਕਦੇ-ਕਦੇ ਉੱਥੇ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਜਾਣਾ ਜੀ ਜਦੋਂ ਛੁੱਟੀ ਹੁੰਦੀ ਸੀ ਤੇ ਉੱਪਰ ਬੈਠ ਕੇ ਜਦੋਂ ਪ੍ਰਾਤਨ ਕੀਰਤਨੀਆਂ ਸੁਣਨਾ ਉੱਥੇ ਇਹ 30 35 ਸਾਲ ਦੀ ਮੈਂ ਪਹਿਲਾਂ ਦੀ ਗੱਲ ਕਰ ਰਿਹਾ ਜੀ ਤੇ ਉਸ ਲਈ ਮਨ 'ਚ ਖਿਆਲ ਆਣਾ ਇੱਕ ਅਰਦਾਸ ਹੀ ਨਿਕਲਣੀ ਅੰਦਰੋਂ ਵੀ ਸਤਗੁਰੂ ਜੀ ਸਾਨੂੰ ਵੀ ਕਦੀ ਮੈਨੂੰ ਵੀ ਕਦੀ ਮੌਕਾ ਮਿਲੇਗਾ ਵੀ ਇੱਥੇ ਕਦੀ ਇੱਕ ਸ਼ਬਦ ਪੜ੍ਹਨਾ ਇਸ ਸਥਾਨ ਤੇ ਬੈਠ ਕੇ ਵੀ ਜਿਨ੍ਹਾਂ ਨੂੰ ਮੈਂ ਸੋਣਿਆ ਜਿੱਥੇ ਇਹ ਬੈਠੇ ਨੇ ਤੇ ਮੈਂ ਸਮਝਣਾ ਕਿ ਮੈਂ ਉਹਨਾਂ ਸਾਰੇ ਜਿੱਥਿਆਂ ਦੇ ਕੀਰਤਨ ਤੋਂ ਬੜਾ ਪ੍ਰਭਾਵਿਤ ਸੀ ਕਿਉਂਕਿ ਮੇਰੇ ਅੰਦਰ ਸ਼ੌਂਕ ਬੜਾ ਸੀ ਇਹ ਸੁਣਨ ਦਾ ਵੀ ਬੜਾ ਸ਼ੌਂਕ ਸੀ ਜੀ ਤੇ ਉਹ ਜਿਹੜੀ ਅੰਦਰੋਂ ਇੱਕ ਭਾਵਨਾ ਦੇ ਨਾਲ ਗੁਰੂ ਪ੍ਰਤੀ ਸਮਰਪਿਤ ਹੋ ਕੇ ਭਾਵੇਂ ਮੈਂ ਬੋਰ ਕੇ ਅਰਦਾਸ ਨਹੀਂ ਕੀਤੀ ਪਰ ਇਹ ਭਾਵਨਾ ਨੂੰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬੜੀ ਜਲਦੀ ਸਮਝ ਆਇਆ ਵੀ ਇਹਦਾ ਮਾਣ ਇੱਥੇ ਹੈ ਹਾਂਜੀ ਹੂੰ ਸੋ ਤੁਸੀਂ ਆਪਣਾ ਜਿਹੜਾ ਤੁਹਾਡਾ ਮਾਨਸਿਕਾ ਉਹ ਤੁਹਾਡਾ ਪਹਿਲਾਂ ਤੋਂ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਇਸ ਲਾਈਨ ਦੇ ਵਿੱਚ ਜਾਣਾ ਹੈਗਾ ਤੇ ਤੁਸੀਂ ਗਏ ਆ ਤੇ ਬਹੁਤ ਵਧੀਆ ਤੁਸੀਂ ਕੀਰਤਨ ਕਰਦੇ ਆ ਪਰ ਜਿਵੇਂ ਕਿ ਤੁਹਾਡਾ ਕਾਫੀ ਯੋਗਦਾਨ ਹੈਗਾ ਸਿੱਖੀ ਦੇ ਪ੍ਰਚਾਰ ਲਈ ਤੁਸੀਂ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਾਂਦੇ ਕੀਰਤਨ ਲਈ ਪ੍ਰਚਾਰ ਕਰਦੇ ਆ ਉਸੇ ਤਰ੍ਹਾਂ ਮੀਡੀਆ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਸਿੱਖੀ ਨੂੰ ਪਰਫੂਲਰ ਕਰਾ ਸਿੱਖੀ ਬਾਰੇ ਜਾਗਰੂਕਤਾ ਲਿਆਉਣ ਲਈ ਸੋ ਇਸੇ ਕਰਕੇ ਸਿੱਖ ਚੈਨਲ 10 ਸਾਲ ਪਹਿਲਾਂ ਜਿਹੜਾ ਸ਼ੁਰੂ ਹੋਇਆ ਸੀਗਾ 2009 ਦੇ ਵਿੱਚ ਅੰਕਲ ਜੀ ਵੀ ਸਟਾਰਟਿੰਗ ਸਟਾਰਟਿੰਗ ਤੋਂ ਸਿੱਖ ਚੈਨਲ ਦੇ ਨਾਲ ਨੇ ਸੋ ਅਸੀਂ ਸਿੱਖ ਚੈਨਲ ਨੂੰ 10 ਸਾਲ ਚਲਾਉਂਦੇ ਹੋਏ 10 ਸਾਲ ਹੋ ਗਏ ਨੇ ਤੇ ਕਾਫੀ ਵਧੀਆ ਤੋਂ ਵਧੀਆ ਪ੍ਰੋਗਰਾਮ ਵੀ ਆਪਾਂ ਕੀਤੇ ਨੇ ਜਿਵੇਂ ਕਿ ਅੰਕਲ ਜੀ ਨੇ ਦੱਸਿਆ ਜਿਹੜਾ ਪੱਲੋ ਪੱਲੋਰੇ ਕੀਰਤਨੀਆਂ ਤੁਹਾਡੇ ਨਾਲ ਵੀ ਇੰਟਰਵਿਊਜ਼ ਕੀਤੀ ਕਾਫੀ ਕੀਰਤਨੀਆਂ ਨਾਲ ਆਪਾਂ ਪ੍ਰੋਗਰਾਮ ਇਹ ਕੀਤਾ ਬਹੁਤ ਜ਼ਿਆਦਾ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਸਰਾਇਆ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਪਰ ਹੁਣ ਇਸ ਟਾਈਮ ਤੇ ਸਾਨੂੰ ਹੁਣ ਸਿੱਖ ਚੈਨਲ ਨੂੰ ਸਾਰੇ ਸੰਗਤਾਂ ਸਾਰੇ ਦਰਸ਼ਕ ਉਹਨਾਂ ਦੀ ਸਪੋਰਟ ਚਾਹੀਦੀ ਆ ਕਿਉਂਕਿ ਸਿੱਖ ਚੈਨਲ ਦੇ ਜਿਹੜੀ ਇਹ ਵਾਲੀ ਸਟੇਜ ਹੈਗੀ ਆ ਸਾਨੂੰ ਘੱਟ ਤੋਂ ਘੱਟ 3000 ਡਾਇਰੈਕਟ ਡੈਬਿਟ ਚਾਹੀਦੇ ਆ ਸੋ ਕਾਫੀ ਜਿਵੇਂ ਆਰ ਕੇਵਦਾ ਬਿੱਲ ਹੈਗਾ ਸਕਾਈ ਦਾ ਬਿੱਲ ਹੈਗਾ ਸੋ ਬਹੁਤ ਸਾਰੇ ਬਿੱਲ ਵੀ ਹੈਗੇ ਪੇ ਕਰਨ ਵਾਲੇ ਸੋ ਮੈਂ ਬਿਲਕੁਲ ਸਾਡੇ ਜਿਹੜੇ ਦਰਸ਼ਕ ਇਸਮ ਸਾਨੂੰ ਸੁਣ ਰਿਹਾ ਜਰੂਰ ਤੁਸੀਂ ਸਿੱਖ ਚਨ ਨੂੰ ਸਪੋਰਟ ਕਰੋ ਹੁਣੇ ਤੁਸੀਂ ਫੋਨ ਕਰਕੇ ਆਪਣਾ ਜਿਹੜਾ ਦਸਵੰਦ ਦਾ ਕੱਢੋ ਕਿਉਂਕਿ ਦਸਵੰਦ ਤੁਹਾਨੂੰ ਵੀ ਭਾਈ ਸਰਜੀ ਪਤਾ ਹੀ ਆ ਕਿ ਦਸਵੰਦ ਸਾਡੇ ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਕੱਢਣਾ ਬਹੁਤ ਜ਼ਰੂਰੀ ਆ ਨਾ ਸੋ ਜੇ ਅਸੀਂ ਸਿੱਖ মিডিਆ ਨੂੰ ਸਪੋਰਟ ਕਰਾਂਗੇ ਤਾਂ ਤਾਂ ਹੀ ਅਸੀਂ ਸਿੱਖੀ ਨੂੰ ਆਪਣੇ ਜਿਹੜੀਆਂ ਜੜਾ ਹੈਗੀਆਂ ਉਹ ਪੱਕੀਆਂ ਕਰ ਸਕਦੇ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਜਿਹੜਾ ਆਪਸ 'ਚ ਹੀ ਸਿੱਖਾਂ ਦੀ ਜਿਹੜੀ ਆਪਸ 'ਚ ਲੜਾਈਆਂ ਝਗੜੇ ਹੁੰਦੇ ਆ ਬਹੁਤ ਜ਼ਿਆਦਾ ਹੋ ਰਿਹਾ ਸੋ ਇਸ ਚੀਜ਼ ਨੂੰ ਅਸੀਂ ਸਾਰਿਆਂ ਦੇ ਸਾਹਮਣੇ ਲਿਆ ਸਕਦੇ ਹਾਂ ਨਾ ਸੋ ਸਾਡੇ ਜਿਹੜੇ ਮੁਸ਼ਕਲਾ ਹੈਗੀਆਂ ਸਾਡੇ ਜਿਹੜੇ ਪ੍ਰੋਬਲਮਸ ਚੱਲ ਰਹੀਆਂ ਉਹਨਾਂ ਨੂੰ ਅਵੋਇਡ ਕਰ ਸਕਦੇ ਹਾਂ ਸੋ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਜਦੋਂ ਵੀ ਮੈਂ ਕਿਸੇ ਕੀਰਤਨੀ ਨਾਲ ਗੱਲ ਕਰਦੀ ਆ ਜਾਂ ਅਸੀਂ ਮੈਂ ਥੋੜੇ ਇੱਕ ਮੈਂ ਬੇਨਤੀ ਕਰ ਦਿੰਦਾ ਮੈਂ ਸਾਡੇ ਟੈਕਨੀਕਲ ਸਟਾਫ ਨੂੰ ਕਿ ਸਾਡਾ ਕੰਟੈਕਟ ਜੀ ਟੈਲੀਫੋਨ ਜੀ ਸਿਕ ਚਾਉਂਦਾ ਤੇ ਉਹ ਕੰਟੈ ਉਹ ਉਹ ਥਲਿਸ ਕੋਲ ਲਾ ਦੇਣ ਕਿਉਂਕਿ ਨਵੇਂ ਨਵੇਂ ਸੋਤੇ ਜੁੜਦੇ ਨੇ ਉਹਨਾਂ ਨੂੰ ਟੈਲੀਫੋਨ ਦਾ ਵੀ ਨਹੀਂ ਪਤਾ ਹੁੰਦਾ ਜੀ ਉਸ ਕੋਲ ਜ਼ਰੂਰ ਲਾ ਦੇਣ ਜੀ ਤੇ ਹਾਂ ਜੀ ਸੋ ਬਿਲਕੁਲ ਜੀ ਤੁਸੀਂ ਆਪਾਂ ਤੁਹਾਨੂੰ ਨੰਬਰ ਤੁਹਾਡਾ ਸਕਰੋਲ ਤੇ ਅਸੀਂ ਸਿੱਖ ਚੈਨਲ ਦਾ ਲਾ ਰਹੇ ਹਾਂ 01213801050 ਸੋ ਤੁਸੀਂ ਬਿਲਕੁਲ ਕਾਲ ਕਰੋ ਕਿਉਂਕਿ ਸਟਾਫ ਸਾਡਾ ਨੀਚੇ ਵੇਟ ਕਰ ਰਿਹਾ ਸਾਨੂੰ ਹਾਲੇ ਤੱਕ ਕੋਈ ਕਾਲ ਨਹੀਂ ਆਈ ਪਰ ਅਸੀਂ ਵੇਟ ਕਰ ਰਹੇ ਹਾਂ ਤੁਹਾਡੀ ਕਾਲ ਦੀ ਤੁਸੀਂ ਕਾਲ ਕਰਕੇ ਜਰੂਰ ਆਪਣਾ ਦਸਵੰਦ ਕੱਢੋ ਤੇ ਭਾਈ ਸਾਹਿਬ ਨਾਲ ਜਿਹੜੀ ਇੰਟਰਵਿਊ ਹੈਗੀ ਸਾਡੀ ਇਸੇ ਤਰ੍ਹਾਂ ਜਾਰੀ ਰਹੂਗੀ ਭਾਈ ਸਾਹਿਬ ਪਰ ਅਸੀਂ ਹੋਰ ਵੀ ਬਹੁਤ ਕੁਝ ਜਾਣਾਂਗੇ ਸੋ ਭਾਈ ਸਾਹਿਬ ਜੀ ਮੈਂ ਗੱਲ ਕਰੂੰਗੀ ਕਿ ਜਿਵੇਂ ਕਿ ਅਸੀਂ ਮੈਂ ਗੱਲ ਕਰ ਰਹੀ ਸੀ ਕਿ ਜਿਹੜੇ ਕੋਈ ਵੀ ਕੀਰਤਨੀ ਹੈਗੇ ਜਾਂ ਕੋਈ ਵੀ ਇਸ ਲਾਈਨ ਦੇ ਵਿੱਚ ਜੁੜੇ ਹੈਗੇ ਆ ਜ਼ਿਆ ਬਾਰੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਿਆ ਜਾਂ ਪਰਿਵਾਰ ਉਹਨਾਂ ਦਾ ਇਸ ਲਾਈਨ ਦੇ ਵਿੱਚ ਪਹਿਲਾਂ ਤੋਂ ਸੀਗਾ ਹਨਾ ਸੋ ਜੇ ਜਿਵੇਂ ਅੱਜ ਦੀ ਪੀੜ੍ਹੀ ਦੀ ਆਪਾਂ ਗੱਲ ਕਰੀਏ ਸੋ ਉਹਨਾਂ ਨੂੰ ਜੇ ਮੰਨ ਲਓ ਪਰਿਵਾਰ ਉਸ ਲਾਈਨ ਦੇ ਵਿੱਚ ਨਹੀਂ ਹੈਗਾ ਪਰ ਉਹ ਪੇਰੈਂਟਸ ਚਾਹੁੰਦੇ ਆ ਕਿ ਸਾਡਾ ਬੱਚਾ ਸਿੱਖੀ ਨਾਲ ਜੁੜੇ ਕੀਰਤਨ ਕਰੇ ਜਾਂ ਸਿੱਖੀ ਪ੍ਰਚਾਰ ਕਰੇ ਸੋ ਉਹਨੂੰ ਅਸੀਂ ਕਿਵੇਂ ਪ੍ਰੇਰਿਤ ਕਰ ਸਕਦੇ ਆ ਕਿਉਂਕਿ ਪਰਿਵਾਰ ਦੇ ਵਿੱਚ ਮਾਹੌਲ ਉਹਦਾ ਨਹੀਂ ਹੈਗਾ ਪਰ ਉਹਨੂੰ ਅਸੀਂ ਪ੍ਰੇਰਿਤ ਕਿਵੇਂ ਕਰ ਸਕਦੇ ਕਿ ਤੂੰ ਇਸ ਲਾਈਨ ਦੇ ਵਿੱਚ ਆ ਬਿਲਕੁਲ ਜੀ ਅੱਜ ਹਰ ਇੱਕ ਜਿਹੜੇ ਮਾਤਾ ਪਿਤਾ ਨੇ ਜਾਂ ਪਰਿਵਾਰ ਚਾਹਦਾ ਹੈ ਕਿ ਮੇਰਾ ਬੱਚਾ ਚੰਗੇ ਪਾਸੇ ਜਾਵੇ ਜੀ ਉਹਦੀ ਵਿਚਾਰ ਚੰਗੇ ਹੋਣ ਜੀ ਉਹਦੀ ਸੰਗਤ ਚੰਗੀ ਹੋਵੇ ਜੀ ਸੋ ਉਸ ਲਈ ਉਹਨਾਂ ਨੂੰ ਆਪ ਵੀ ਉਪਰਾਲਾ ਕਰਨਾ ਪਏਗਾ ਬਹੁਤ ਸਾਰੇ ਪਰਿਵਾਰ ਕਰਦੇ ਵੀ ਨਹੀਂ ਕਿਉਂਕਿ ਕੋਈ ਨਹੀਂ ਮਾਤਾ ਪਿਤਾ ਚਾਹਦਾ ਕੋਈ ਪੇਰੈਂਟ ਨਹੀਂ ਆਂਦਾ ਮੇਰਾ ਬੱਚਾ ਕੋਈ ਭੈੜੀ ਸੰਗਤ ਜਾਵੇ ਜੀ ਜੀ ਹਰ ਪੇਰੈਂਟ ਚਾਹਦਾ ਕਿ ਮੇਰਾ ਬੱਚਾ ਕੋਈ ਨਾਂ ਕਮਾਵੇ ਪਰਿਵਾਰ ਦਾ ਨਾਂ ਉੱਚਾ ਕਰੇ ਜੀ ਚੰਗੀ ਐਜੂਕੇਸ਼ਨ ਲਵੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਪ੍ਰਚਾਰ ਹੈ ਉਹ ਘਰ ਤੋਂ ਸ਼ੁਰੂ ਹੁੰਦਾ ਹੈ ਜੀ ਹਾਂ ਜੀ ਮਾਤਾ ਪਿਤਾ ਨੂੰ ਪਹਿਲਾਂ ਜੇ ਬੱਚੇ ਨੂੰ ਉਂਗਲ ਲਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣਗੇ ਸੰਗਤ ਵਿੱਚ ਲੈ ਕੇ ਜਾਣਗੇ ਤੇ ਬੱਚੇ ਨੂੰ ਪ੍ਰੇਰਨਾ ਮਿਲਗੀ ਉੱਥੇ ਜਾ ਕੇ ਜੀ ਕੁਝ ਨਾ ਕੁਝ ਉਸ ਮਾਹੌਲ ਦਾ ਬੱਚੇ ਤੇ ਜ਼ਰੂਰ ਚੰਗਾ ਅਸਰ ਹੋਏਗਾ ਹਾਂ ਜੀ ਬੱਚੇ ਦੇ ਕੰਨਾਂ 'ਚ ਗੁਰਬਾਣੀ ਪੈਗੀ ਹਾਂ ਹਾਂ ਬੱਚੇ ਦੇ ਕੰਨਾਂ 'ਚ ਕੋਈ ਉੱਥੇ ਜੋ ਪਾਠ ਹੋ ਰਿਹਾ ਉਹ ਪੈਗਾ ਕੋ ਚੰਗੀਆਂ ਵਿਚਾਰ ਚੰਗੀਆਂ ਗੱਲਾਂ ਬੱਚੇ ਦੇ ਜੇ ਮਿਸ ਪੈਣ ਗਿਆ ਜੀ ਸੋ ਇਸ ਲਈ ਮੈਂ ਚਾਹਨਾ ਵੀ ਇਹ ਹਰ ਗੁਰਸਿੱਖ ਦਾ ਫਰਜ ਮੰਨਦਾ ਕਿ ਆਪਣੇ ਤੌਰ ਤੇ ਇਹ ਜ਼ਿੰਮੇਵਾਰੀ ਸੰਭਾਲੇ ਹਮਮ ਸਿਰਫ ਕੱਲੇ ਪ੍ਰਚਾਰਕਾਂ ਤੇ ਡਿਪੈਂਡ ਨਾ ਰਵੇ ਜੀ ਕਿ ਪ੍ਰਚਾਰਕ ਆਪਣੀ ਡਿਊਟੀ ਕਰੀ ਜਾਂਦੇ ਸਾਰੇ ਆਪਣੇ ਤੌਰ ਤੇ ਕਰ ਰਹੇ ਹਨ ਜੀ ਪਰ ਆਪਣੇ ਤੌਰ ਤੇ ਸਾਨੂੰ ਹਰ ਘਰ ਤੋਂ ਇਹ ਸ਼ੁਰੂ ਕਰਨਾ ਪਏਗਾ ਜਿਹੜੇ ਚੰਗੇ ਪਰਿਵਾਰ ਨੇ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਹੈ ਜੀ ਜਿਹੜੇ ਚਾਹਦੇ ਨੇ ਸੱਚਮੁੱਚ ਦਿਲੋਂ ਕਿ ਸਾਡੇ ਬੱਚੇ ਇਹ ਸਿੱਖੀ ਚ ਪ੍ਰਪੱਕ ਹੋਣ ਜੀ ਜਾਂ ਉਹਨੂੰ ਧਰਮ ਬਾਰੇ ਗੁਰਬਾਣੀ ਬਾਰੇ ਪਤਾ ਹੋਵੇ ਤੇ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਮੈਂ ਵਿਦੇਸ਼ਾਂ 'ਚ ਹੀ ਦੇਖਦਾ ਛੋਟੇ ਛੋਟੇ ਬੱਚੇ ਉੱਥੇ ਵੀ ਇੰਡੀਆ 'ਚ ਵੀ ਇਦਾਂ ਹੀ ਆ ਪਰ ਵਿਦੇਸ਼ਾਂ 'ਚ ਮੈਂ ਬਹੁਤ ਜ਼ਿਆਦਾ ਦੇਖਦਾ ਮੈਂ ਛੋਟੇ ਛੋਟੇ ਬੱਚੇ ਜਦੋਂ ਕੀਰਤਨ ਕਰਦੇ ਅੱਗੇ ਆ ਕੇ ਬੈਠੀ ਹੁੰਦੇ ਆ ਜੀ ਤੇ ਆਕੇ ਸਪੈਸ਼ਲ ਫਤਿਹ ਬੁਲੰਦੇ ਸਕੂਲ ਆਕੇ ਜੀ ਚਾਹੁੰਦਾ ਬੜਾ ਮਨ ਖੁਸ਼ ਹੁੰਦਾ ਵੀ ਇਹ ਬੱਚਿਆਂ ਨੇ ਵਿਦੇਸ਼ ਜੰਮੇ ਹੋਏ ਜੀ ਬੱਚੇ ਨੇ ਇੱਥੇ ਦੀ ਬੋਲਣ ਨੇ ਪਰ ਇਹਨਾਂ ਨੂੰ ਇਹ ਕਿੰਨਾ ਅੰਦਰ ਸ਼ੌਂਕ ਹੈ ਮੈਂ ਹੁਣ ਇਹ ਪਿਛਲੇ ਸਮਾਗਮ ਦੀ ਗੱਲ ਕਰਨ ਲੱਗਾ ਜਿਹੜਾ ਸਰਬਤ ਦਾ ਭਲਾ ਹੈ ਲੰਡਨ ਜਿਸ ਸਮਾਗਮ ਤੇ ਮੈਂ ਵੀ ਆਇਆ ਸੀ ਤੇ ਤੁਸੀਂ ਸਾਰਿਆਂ ਨੇ ਉੱਥੇ ਬੜਾ ਆਨੰਦ ਮਾਣਿਆ ਉਹਨੂੰ ਸਿੱਖ ਚੈਨਲ ਨੇ ਬੜਾ ਹਾਈਲਾਈਟ ਕੀਤਾ ਸਮਾਗਮ ਨੂੰ ਲਾਈਵ ਕੀਤਾ ਸਾਰੇ ਸਮਾਗਮ ਨੂੰ ਤੁਹਾਡੇ ਜਰੀਏ ਹੀ ਪੂਰੀ ਦੁਨੀਆ ਵਿੱਚ ਇਹ ਸਮਾਗਮ ਨੂੰ ਦੇਖਿਆ ਗਿਆ ਜੀ ਉੱਤਮ ਨੇ ਦੇਖਿਆ ਉਹਨਾਂ ਦੇ ਜਿਹੜੇ ਇੱਥੇ ਦੇ ਬੱਚੇ ਨੇ ਛੋਟੇ ਉਹਨਾਂ ਨੂੰ ਸਟੇਜ ਸੰਚਾਲਨ ਦੇ ਅੱਗੇ ਲਿਆਂਦਾ ਗਿਆ ਹਾਂ ਜੀ ਤੁਸੀਂ ਆਪ ਬੜੇ ਇਸ ਚੀਜ਼ ਦੇ ਮੰਨੇ ਪ੍ਰਮੰਨੇ ਹੋ ਉਸਤਾਦ ਸਟੇਜ ਨੂੰ ਸੰਭਾਲਣ ਦੇ ਜੀ ਤੁਸੀਂ ਦੇਖਿਆਗਾ ਵੀ ਉਸੇ ਛੋਟੇ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਹਾਂਜੀ ਹਾਂਜੀ ਤਿੰਨੇ ਚਾਰ ਦਿਨ ਮੈਂ ਦੇਖਿਆ ਵੀ ਛੋਟੇ ਬੱਚੇ ਸਪੀਚ ਕਰਦੇ ਸੀ ਵੀ ਹੁਣ ਕਿਹੜਾ ਜਥਾ ਕੀਰਤਨ ਕਰਕੇ ਆਟਿਆ ਹੁਣ ਕਿਹੜਾ ਜਥਾ ਕੀਰਤਨ ਕਰਕੇ ਆ ਸਕਿਆ ਸਕੂਲ ਹੈਜ਼ ਜਿਹੜਾ ਹੈਗਾ ਉੱਥੇ ਆਪਾਂ ਹਰ ਸਾਲ ਸਮਾਗਮ ਕਰਦੇ ਹਾਂ ਸੋ ਇਹਨਾਂ ਨੂੰ ਪਤਾ ਹੀ ਹੈ ਇਹਦੇ ਬੱਚਿਆਂ ਦਾ ਬਿਲਕੁਲ ਬਹੁਤ ਜ਼ਿਆਦਾ ਹਾਂਜੀ ਪ੍ਰਕਾਸ਼ ਸਮਾਗਮ ਜਿਹੜਾ ਕਰਵਾਇਆ ਜਾਂਦਾ ਹੈ ਇਸ ਵਿਖੇ ਸੋ ਜਿਵੇਂ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਮੈਂ ਅਸੀਂ ਇਹ ਮੰਨਦੇ ਹਾਂ ਕਿ ਮੈਂ ਉਹ ਪੂਰੀ ਕਰ ਰਹੇ ਹਾਂ ਹਾਂਜੀ ਇਹੋ ਜਿਹੀ ਪ੍ਰਣਾਲੀ ਸਾਨੂੰ ਕਰਨੀ ਚਾਹੀਦੀ ਹੈ ਦੇਖੋ ਬੱਚਿਆਂ ਨੂੰ ਮੌਕਾ ਮਿਲਿਆ ਕਿ ਤੋਂ ਬਾਅਦ ਕਰਦੇ ਸੀ ਤੁਹਾਡਾ ਪਰ ਬੱਚਿਆਂ ਨੇ ਪੰਜਾਬੀ ਵਿੱਚ ਬੜਾ ਸੁੰਦਰ ਇਸ ਨਾਲ ਬੱਚੇ ਨੂੰ ਹੌਸਲਾ ਫਜ਼ਾਈ ਹੁੰਦੀ ਹੈ ਉਹ ਸਾਰੇ ਬੱਚੇ ਤੇ ਛੋਟੇ ਛੋਟੇ ਬੱਚੇ ਨੇ ਇੱਥੇ ਦੇ ਵਾਰਨ ਨੇ ਪਰ ਉਹਨਾਂ ਨੇ ਸਾਰਾ ਸਟੇਜ ਦਾ ਨਾਲ-ਨਾਲ ਪ੍ਰਬੰਧ ਚਲਾਇਆ ਇਹ ਵੀ ਭਾਈ ਸਾਹਿਬ ਜੀ ਜਿਹੜੀ ਅਸੀਂ ਥੋੜੀ ਜਿਹੀ ਇਹ ਵਸਫਾ ਦਿੱਤੀ ਹੈ ਕਿ ਇਹ ਇੱਕ ਖਾਸ ਸ਼੍ਰੇਣੀ ਆ ਜਿਨ੍ਹਾਂ ਦਾ ਵਾ ਮਕਸਦ ਹੈ ਜਿਨ੍ਹਾਂ ਦਾ ਕੰਮ ਹੈ ਪ੍ਰਚਾਰ ਕਰਨਾ ਨਹੀਂ ਹਰ ਸਿੱਖ ਪ੍ਰਚਾਰਕ ਬਿਲਕੁਲ ਬਿਲਕੁਲ ਹਰ ਸਿੱਖ ਪ੍ਰਚਾਰਕ ਨੇ ਗੀਤਨ ਸਾਨੂੰ ਵਿਰਸੇ ਵਿੱਚ ਮਿਲਿਆ ਧੰਗੁਰਾਜ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਸੰਦਾ ਲੈ ਕੇ ਬਿਲਕੁਲ ਜਿੱਥੇ ਤੁਸੀਂ ਕੀਰਤਨ ਕਰਦੇ ਹੋ ਉੱਥੇ ਮੈਂ ਇਸੇ ਥਾਂ ਤੇ ਬੈਠ ਕੇ ਆਪ ਕੀਰਤਨ ਕੀਤਾ ਤੇ ਕੀਰਤਨ ਵਿੱਚ ਕੀਰਤਨ ਅਤੇ ਪਜਾਤ ਸਾਨੂੰ ਇਸ ਵਿਰਸੇ ਵਿੱਚ ਮਿਲਿਆ ਅਤੇ ਇਹ ਸੰਭਾਲਣਾ ਸਾਡਾ ਫਰਜ਼ ਬਣਦਾ ਹੈ ਕਿਸੇ ਦੂਸਰੀ ਛੇਣੀ ਦਾ ਕੰਮ ਨਹੀਂ ਮੈਂ ਭਾਈ ਸਾਹਿਬ ਜੀ ਤੁਹਾਨੂੰ ਪੁੱਛਾਂਗਾ ਵੀ ਤੁਸੀਂ ਇਸ ਵੇਲੇ ਤਕੀਮ ਜਿੱਥੇ ਜਿੱਥੇ ਸੈਕ ਬੋਸ ਉਹਨਾਂ ਉੱਤੇ ਜਾਂਦੇ ਹੋ ਜੀ ਤੇ ਬੜਾ ਤੁਹਾਨੂੰ ਮਾਨ ਸਤਿਕਾਰ ਹੈ ਕੀ ਤੁਸੀਂ ਖੋਸ਼ੋ ਜੋ ਮਾਨਸਿਕਾ ਤੁਹਾਨੂੰ ਸੰਗਤਾਂ ਤੋਂ ਮਿਲਦਾ ਜਾਂ ਕਿਸੇ 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 ਕਿਸਮ ਤੁਹਾਨੂੰ ਆਸ਼ਤਾ ਹੈ ਦੇਖੋ ਪਹਿਲੀ ਗੱਲ ਤੇ ਇਹ ਜਿਹੜਾ ਮਾਨਸਿਕਕਾਰ ਮੈਂ ਸਮਝਦਾ ਕੋਈ ਮੈਨੂੰ ਕੋਈ ਮਜ਼ਾ ਮੇਰੀ ਸ਼ਖਸੀਅਤ ਨੂੰ ਜਾਂ ਮੈਨੂੰ ਨਹੀਂ ਮੈਂ ਨਾ ਗੀਤਨੀਆਂ ਹੁੰਦਾ ਨਾ ਗੁਰੂ ਦੀ ਬਾਣੀ ਪੜ੍ਹਦਾ ਤਾਂ ਮੈਨੂੰ ਕਿਹਨੇ ਪੁੱਛਣਾ ਸੀ ਜੀ ਜੀ ਹੈ ਨਾ ਤੁਸੀਂ ਇਸ ਕੈ ਨੂੰ ਸਮਝਦੇ ਹੋ ਮੈਨੂੰ ਕਿਹਨੇ ਪੁੱਛਣਾ ਸੀ ਇਹ ਤਰਸਾ ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰਬਾਣੀ ਨੂੰ ਪਿਆਰ ਕਰਦਾ ਉਹ ਕੀਰਤਨੀਆਂ ਨੂੰ ਵੀ ਪਿਆਰ ਕਰਦਾ ਉਹ ਪ੍ਰਚਾਰਕਾਂ ਨੂੰ ਵੀ ਪਿਆਰ ਕਰਦਾ ਜੀ ਪ੍ਰਚਾਰ ਕਿਸੇ ਰੂਪ ਚ ਵੀ ਹੋਵੇ ਉਹਨੂੰ ਪਤਾ ਹੈ ਇਹ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰ ਰਿਹਾ ਹੈ ਹੈਨਾ ਗੁਰੂ ਦੀ ਬਾਣੀ ਦਾ ਪ੍ਰਚਾਰ ਕਰ ਰਿਹਾ ਸੰਗਤਾਂ ਨੂੰ ਚੰਗੇ ਪਾਸੇ ਜੋੜ ਰਿਹਾ ਇਸ ਲਈ ਡਾਕਟਰ ਸਾਹਿਬ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਅਸੀਂ ਤਾਂ ਕਿਛਰੀਆਂ ਹਾਂ ਹਮ ਇਹ ਸਾਨੂੰ ਜਿਹੜਾ ਇਹ ਜਿਹੜਾ ਪਿਆਰ ਮਿਲਦਿਆ ਸ਼ਾਇਦ ਅਸੀਂ ਤਾਂ ਇਸ ਯੋਗ ਨਹੀਂ ਕਾਬਲ ਨਹੀਂ ਜੇ ਗੁਰੂ ਦਾ ਸ਼ਬਦ ਸਾਡੇ ਕੋਲ ਨਾ ਹੁੰਦਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਜੋ ਕੀਰਤਨ ਦੀ ਦਾਤ ਏ ਗੁਰੂ ਦੇ ਸਿੱਖਾਂ ਦੀ ਝੋਲੀ 'ਚ ਪਾਈ ਹੈ ਗੁਰੂ ਅਰਜਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ ਇਹ ਸਾਡੇ ਕੋਲ ਨਾ ਹੁੰਦਾ ਤੇ ਸਾਨੂੰ ਕਿਹਨੇ ਪੁੱਛਣਾ ਸੀ ਜੀ ਪਰ ਕਿ ਮਜ਼ਦੂਰੀ ਕਰਦੇ ਹੋਣਾ ਜਾਂ ਕਿਤੇ ਨਾ ਹੋਰ ਪਾਸੇ ਉਤਰੇ ਬੈਠੇ ਤਾਂ ਹਮਰੁੱਤੇ ਫਿਰਤੇ ਕੋਈ ਬਾਤ ਨਾ ਪੁੱਛਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਕਿ ਸਾਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਦਾ ਸ਼ਬਦ ਬਖਸ਼ਿਸ਼ ਕੀਤਾ ਤੇ ਅੱਜ ਉਹ ਜਿਹੜੀਆਂ ਜਿੱਥੇ ਗੁਰੂ ਦੀ ਬਾਣੀ ਨੂੰ ਪਿਆਰ ਕਰਦੇ ਹਨ ਜਰੀਆ ਉਹੀ ਹੈ ਗੁਰੂ ਦੇ ਸ਼ਬਦਾਂ ਤੇ ਉਹਨਾਂ ਦੇ ਨਾਲ ਸਾਨੂੰ ਵੀ ਮਾਨ ਸਤਕਾਰ ਮਿਲਦਾ ਤੇ ਮੈਂ ਸਮਝਦਾ ਕਿ ਇਸ ਮਾਨ ਸਤਕਾਰ ਦੇ ਹੱਕਦਾਰ ਅਸੀਂ ਨਹੀਂ ਇਹ ਸਾਰਾ ਕ੍ਰੈਡਿਟ ਉਹ ਗੁਰੂ ਦੇ ਸ਼ਬਦ ਨੂੰ ਹੈ ਬਿਲਕੁਲ ਜੀ ਬਿਲਕੁਲ ਪਰ ਇਹ ਕਈ ਰਾਕੀਆਂ ਜਿਹੜੇ ਚੰਗੇ ਚੰਗੇ ਰਾਕੀ ਉਹਨਾਂ ਨੂੰ ਵੀ ਸੁਣਿਆ ਜਾਂਦਾ ਪਈ ਉਹਨਾਂ ਦੇ ਬੱਚੇ ਜੀ ਇਧਰ ਨਹੀਂ ਆਉਂਦੇ ਜੀ ਜੀ ਹੂੰ ਜੀ ਇਹ ਜਾਂ ਤਾਂ ਇਹ ਬਖਸ਼ਿਸ਼ ਲੈ ਲਓ ਜਿਹਦੇ ਉੱਤੇ ਬਖਸ਼ ਹੁੰਦੀ ਹੈ ਉਹ ਤੁਰਦਾ ਜੀ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਮਾਪੇ ਦੇ ਪ੍ਰੇਮ ਤੇ ਵੀ ਜੀ ਜੀ ਰਾਗੀਆਂ ਨੂੰ ਇਹ ਵੀ ਕਹਿੰਦੇ ਸੁਣਿਆ ਅਸੀਂ ਆਪਣੇ ਬੱਚੇ ਇਸ ਲਾਈਨ ਵਿੱਚ ਨਹੀਂ ਪਾਉਣੇ ਡਾਕਟਰ ਸਾਹਿਬ ਦੇਖੋ ਇੱਕ ਹੁੰਦਾ profession ਇੱਕ ਹੁੰਦਾ ਵੈਸੇ ਆਪਣੇ ਤੌਰ ਤੇ ਤੁਸੀਂ ਸ਼ੌਂਕੀ ਹੈ ਹਨਾ ਜੋਪਾ ਕਹਿੰਦੇ profession ਜੋਪਾ ਹੁੰਨੇ ਆ ਤਾਂ ਉੱਥੇ ਸਾਨੂੰ ਕਈ ਵਾਰੀ ਬੜੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ 'ਚ ਅਸੀਂ ਵੀ ਆੰਦੇ ਆ ਹਾਂ ਜੀ ਉੱਥੇ ਉਹਨਾਂ 'ਚ ਅਸੀਂ ਵੀ ਆੰਦੇ ਆ ਕੀਰਤਨੀ ਵੀ ਆੰਦੇ ਆ ਪ੍ਰਚਾਰਕ ਵੀ ਆੰਦੇ ਆ ਸਾਡੀ ਸ਼੍ਰੇਣੀ ਵੀ ਆਂਦੀ ਹੈ ਤੇ ਇਸ ਲਈ ਕਈ ਵਾਰ ਇਹ ਇਹ ਐਸਾ ਪ੍ਰਬੰਧਕਾ ਨਾਲ ਕਈ ਵਾਰ ਐਸੇ ਲੋਕਾਂ ਨਾਲ ਵਾਪੈਂਦਾ ਜਦੋਂ ਉਹ ਸਤਿਕਾਰ ਨਹੀਂ ਕਰਦੇ ਜੀ ਉਹ ਕੀਰਤਨੀਆਂ ਦਾ ਸਤਿਕਾਰ ਨਹੀਂ ਕਰਦੇ ਜੀ ਤੇ ਕਿਤੇ ਨਾ ਕਿਤੇ ਉਹ ਕੀਰਤਨੀਆਂ ਦਾ ਮਨ ਵੀ ਦੁਖੀ ਹੁੰਦਾ ਉੱਥੇ ਜੀ 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 ਇਹ ਨਹੀਂ ਕੋਈ ਕੀਰਤਨੀ ਆਖਦਾ ਕਿ ਮੇਰਾ ਬੱਚਾ ਕੀਰਤਨ ਨਾ ਕਰੇ ਹਾਂ ਜੀ ਇਹ ਸਾਰੇ ਚਾਹਦੇ ਆ ਮੇਰਾ ਕੀਰਤਨ ਕਰੇ ਵੀ ਚੰਗੇ ਪਾਸੇ ਲੱਗੇ ਬਾਣੀ ਪੜੇ ਜੀ ਪਰ ਪ੍ਰੋਫੈਸ਼ਨਲ ਕੀਰਤਨੀਆਂ ਬੰਨਾ ਕਈ ਵਾਰੀ ਉਹ ਜਿਹੜੀ ਮੈਨੂੰ ਔਖੜਾ ਸਾਹਮਣਾ ਕਰਨਾ ਪਿਆ ਜਾਂ ਮੈਨੂੰ ਜਿਹੜੀਆਂ ਕਠੜਾਈਆਂ ਚੋਂ ਲੰਘਣਾ ਪਿਆ ਜਾਂ ਮੈਨੂੰ ਹੁਣ ਕਈ ਵਾਰੀ ਇਹਨਾਂ ਕਠੜਾਈਆਂ ਸਾਹਮਣਾ ਕਰਨਾ ਪੈਂਦਾ ਮੇਰੇ ਘਟੋੜ ਬੱਚਿਆਂ ਨੂੰ ਉਹਨਾਂ ਕਠੜਾਈਆਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਹੜਾ ਸਾਡਾ ਸਮਾਂ ਸੀ ਉਹ ਕੁਝ ਹੋਰ ਸੀ ਜਿਹੜਾ ਅਗਲਾ ਸਮਾਂ ਆ ਰਿਹਾ ਜਾਂ ਚੱਲਦਿਆ ਇਹ ਕੁਝ ਹੋਰ ਹੈ ਜੀ ਇੱਥੇ ਬੱਚਿਆਂ ਨੂੰ ਅ ਦੁਨੀਆਵੀ ਐਜੂਕੇਸ਼ਨ ਦੀ ਵੀ ਬੜੀ ਜ਼ਰੂਰਤ ਹੈ ਹੈਨਾ ਹੁਣ ਤੁਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਹੋ ਇਸ ਲਈ ਉਸ এডੂਕੇਸ਼ਨ ਦਾ ਇੱਕ ਬੱਚਿਆਂ ਦੇ ਸਿਰ ਬੜਾ ਬੋਝ ਆ। ਜੀ। ਹਾਂਜੀ। ਇਹ এডੂਕੇਸ਼ਨ ਦਾ ਵੀ ਉਹ ਵੀ ਨਾਲ ਬੜੀ ਜ਼ਰੂਰੀ ਹੈ ਅੱਜ ਕਿਤੇ ਵੀ ਫੀਲਡ ਤੁਸੀਂ ਘੁੰਮਣਾ ਪੂਰੇ ਸੰਸਾਰ ਦੇ ਤੁਸੀਂ ਘੁੰਮਦੇ ਹੋ ਪ੍ਰਚਾਰਕਾ ਐਜੂਕੇਟਿਡ ਹੋਣਾ ਪੜਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ। ਸਾਹਿਬ ਅਸੀਂ ਆਪਣੀਆਂ ਕਮੀਆਂ ਵੀ ਮੰਨਦੇ ਹਾਂ ਜਿਹੜਾ ਨਾ ਹਾਂਜੀ ਜੇ ਮੈਂ ਮੈਂ ਸਮਝਦਾ ਹਾਂ ਕਿ ਇੱਕ ਕਮਜ਼ੋਰੀ ਸਾਡੇ ਦੋਨਾਂ ਪਾਸਿਆਂ ਤੋਂ ਵੰਦ ਕੇ ਵਿੱਚ ਵੀ ਆ ਗਈ ਹੈ। ਜੀ ਜੀ। ਤੇ ਕੀਤੀਆਂ ਵੀ ਕੀਤੀਆਂ ਵਿੱਚ ਇਸ ਤਰ੍ਹਾਂ ਕਿ ਜਿਹੜੀ ਕੁੱਝ ਕੀਤਨੀਆਂ ਜਿੱਥੇ ਉਹ ਟੁੱਟ ਜਾਂਦੇ ਨੇ ਇੱਕ ਜਿੱਥੇ ਟੁੱਟਾ ਤਿੰਨ ਕਥਾਵਾਚਕ ਬਣ ਗਏ ਨਾ ਉਹਨਾਂ ਨੇ ਟ੍ਰੇning ਹੁੰਦੀ ਨਾ ਹੋਰ ਤੇ ਪ੍ਰਬੰਧਕ ਮੈਂ ਉਹਨਾਂ ਕਾ ਜਰੂਰ ਬੇਨਤੀ ਕਰਾਂਗਾ ਜੀ ਕਿ ਪ੍ਰਬੰਧਕ ਜਿਹੜੀ ਉਹਨਾਂ ਦੀ ਉਹਨਾਂ ਦੀ ਸੈਲਰੀ ਜਾਂ ਉਹਨਾਂ ਦੇ ਆਉ ਪੱਕ ਜੀ ਉਹ ਪੂਰੀ ਪ੍ਰੋਫੈਸ਼ਨ ਤੌਰ ਤੇ ਦੇਣ ਤੇ ਦੂਸਰੇ ਪਾਸੇ ਜਿਨ੍ਹਾਂ ਇਹ ਗ੍ਰੰਥੀ ਲੱਗਣਾ ਜਾਂ ਕਥਾਵਾਚਕ ਉਹ ਵੀ ਪ੍ਰੋਫੈਸ਼ਨਲ ਮੈਂ ਜਿਹੜੇ ਕਠਰਾਇਆਂ ਦੀ ਗੱਲ ਕਰ ਰਿਹਾ ਸਾਰਾ ਕੁਝ ਉਹ ਮੈਂ ਤੁਹਾਨੂੰ ਐਕਸਪਲੇਨ ਕਰਨ ਲੱਗਾ ਵੀ ਉਹੀ ਚੀਜ਼ ਹੈ ਨਾ ਵੀ ਜਿੱਥੇ ਪ੍ਰਬੰਧਨ ਮਾਨ ਸਤਕਾਰ ਚ ਮਾਈਕ ਤੌਰ ਤੇ ਵੀ ਆ ਜਾਂਦਾ ਸਤਕਾਰ ਹਰ ਤਰ੍ਹਾਂ ਦਾ ਸਤਕਾਰ ਆ ਜਾਂਦਾ ਵੀ ਸਾਡਾ ਫਰਜ਼ ਬਣਦਾ ਹੈ ਜਿਹੜੇ ਆਪਣੇ ਪ੍ਰਚਾਰਕਾਂ ਨੂੰ ਅਸੀਂ ਕੁਝ ਕਈ ਵਾਰ ਦੂਸਰੇ ਧਰਮਾਲ ਦੇਖਦੇ ਆ ਵੀ ਉਹ ਬੜਾ ਤਰੱਕੀ ਕਰ ਰਿਹਾ ਉਹ ਬੜਾ ਉਹਨੂੰ ਪਰ ਉਹਨਾਂ ਨੇ ਇਹ ਵੀ ਦੇਖਦੇ ਆ ਆਪਣੇ ਪ੍ਰਚਾਰਕ ਨੂੰ ਕਿਵੇਂ ਸੰਭਦੇ ਆ ਜੀ ਉਨਾ ਦੇ ਰੱਖ ਰਖਾਵ ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਐਜੂਕੇਸ਼ਨ ਦਾ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਜੀ ਮੈਂ ਪੈਸੋ ਨਹੀਂ ਕੇਵਲ ਐਗਜ਼ਾਮਪਲ ਮੈਂ ਕੋਈ ਨਾ ਹਾਂ ਹਾਂ ਜੀ ਤੇ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਵੀ ਦੂਸਰੇ ਧਰਮ ਦਾ ਜਿਹੜਾ ਸਾਡਾ ਪੇਪਲਮ ਉੱਤੰਦਾ ਚ ਮੀਟਿੰਗ ਕਰ ਰਹੇ ਨੇ ਤੇ ਮੇਰੇ ਨਾਲ ਬੈਠਾ ਦੂਸਰੇ ਧਰਮ ਦਾ ਹਾਂ ਨੌਜਵਾਨ 35 ਸਾਲ ਦਾ ਸੀ ਤੇ ਉਹ ਮੈਨ ਫਲੂਐਂਟ ਇੰਗਲਿਸ਼ ਵਿੱਚ ਬੋਲਦਾ ਪੂਰੀ ਮੈਂ ਉਹ ਮਲ ਦੇਖਿਆ ਉਹ ਕਹਿੰਦਾ ਹੈਰਾਨ ਘੱਟੇ ਹੁੰਦੇ ਆ ਕਹਿੰਦਾ ਮੈਂ ਡਿਗਰੀ ਇੱਥੇ ਦੀ ਡਿਗਰੀ ਲੈਵਲ ਡਿਗਰੀ ਪਾਸ ਕੀਤੀ ਐ ਇੱਥੇ ਤੇ ਹੁਣ ਮੈਂ ਪ੍ਰਚਾਰਕ ਬਣਿਆ ਵਾਹ ਇਹਨਾਂ ਦਾ ਤੇ ਮੈਂ ਕਿਹਾ ਡਿਗਰੀ ਕਰਕੇ ਤੈਨੂੰ ਦਿੰਦੇ ਕੀ ਆ ਉਹ ਕਹਿੰਦਾ ਜੀ ਪੂਰੀ ਇੰਜੀਨੀਅਰ ਦੀ ਸੈਲਰੀ 25000 ਮੇਰੇ ਟ੍ਰਾਂਸਪੋਰਟ ਸਭ ਕੁਝ ਮੈਂ ਦਿੰਦੇ ਨੇ ਪਰ ਮੈਨੂੰ ਹਰ 6 ਮਹੀਨੇ ਬਾਅਦ ਮੈਨੂੰ ਪੁੱਛਦੇ ਨੇ ਕਿੱਥੇ ਪ੍ਰਚਾਰ ਕੀਤਾ ਕਿਹੜੀ ਕਾਲਜ ਵਿੱਚ ਗਿਆ ਕਿਹੜੀ ਯੂਨੀਵਰਸਿਟੀ ਵਿੱਚ ਕੀਤਾ ਆਉਟਪੁੱਟ ਸਭ ਮੰਗਦੇ ਨੇ ਮੰਗਦੇ ਨੇ ਸਾਰੀ ਰਿਪੋਰਟ ਕਾਰਡ ਤੇ ਆ ਰੋਣਾ ਹੋਈ ਸੋ ਇਹ ਹੈ ਕਿ ਜੇ ਪ੍ਰਚਾਰਕ ਕੁਆਲਿਟੀ ਦਾ ਹੋਵੇ ਤੇ ਪ੍ਰਬੰਧਕ ਵੀ ਹੋਵੇ ਇਹ ਤਾਂ ਜਰੂਰੀ ਬੜਾ ਜੂਰੀ ਹੈ ਸਾਡੇ ਵੀ ਕਮੀਆਂ ਨੇ ਅਸੀਂ ਜੇ ਦਾ ਸਿਰ ਰੋਟੀ ਕਮਾਣ ਲਈ ਪ੍ਰਚਾਰਕ ਬਣਿਆ ਜਾਂ ਸਿਰਫ ਕੀਰਤਨੀਆਂ ਬਣਿਆ ਜਾਂ ਕੁਝ ਵੀ ਬਣਿਆ ਹੁੰਦੀ ਹੈ ਫਿਰ ਮੈਂ ਕਹਿੰਦਾ ਸਾਡਾ ਵੀ ਇਹ ਇਸ ਕੰਮ ਚ ਆਇਆ ਸਫਲ ਨਹੀਂ ਸਾਡਾ ਪਰਵਾਨ ਨਹੀਂ ਘਟੂ ਘਟ ਸਾਨੂੰ ਐ ਸਮਰਪਿਤ ਹੋ ਕੇ ਚੱਲਣਾ ਪੈਗਾ ਜਿਹੜੇ ਸਮਰਪਿਤ ਹੋਵਾਂਗੇ ਜਿਵੇਂ ਤੁਹਾਨੂੰ ਗੱਲ ਕੀਤੀ ਵੀ ਜਿਹਦੇ ਅੰਦਰ ਸ਼ੌਂਕ ਹੁੰਦਾ ਉਹ ਪਹਿਲਾਂ ਕੋਸ਼ਿਸ਼ ਕਰਦਾ ਜ਼ਰੂਰ ਸਿੱਖਣ ਦੀ ਜੀ ਬਿਲਕੁਲ ਹਮਮ ਜਿੰਦਗੀ ਦਾ ਬੜਾ ਸਮਾਂ ਇਸ ਪਾਸੇ ਲਾਣਾ ਪੈਂਦਾ ਕੀਰਤनियां ਬੰਨਾ ਪ੍ਰਚਾਰਕ ਬੰਨਾ ਕੋਈ ਸੌਕੀ ਗੱਲ ਨਹੀਂ ਹੈ ਜੀ ਬਿਲਕੁਲ ਇਸ ਲਈ ਮੈਂ ਤਾਂ ਅੱਜ ਦੀ ਆਪਣੀ ਨੌਜਵਾਨ ਜਿਹੜੀ ਪੀਡੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਐ ਪਹਿਲਾਂ ਆਪਣੇ ਆਪ ਨੂੰ ਉਸ ਸਲੇਬਲ ਦੇ ਬਣਾਓ ਹਾਂ ਜੀ ਕਿਉਂਕਿ ਉਹਨਾਂ ਦਾ profession ਹੈ profession ਨੇ ਜੇ profession ਨੇ ਹਾਂ ਜੀ ਆਪਾਂ ਇਸ ਬਸੇ ਆਣਾ ਜਿਵੇਂ ਤੁਸੀਂ ਦੱਸਿਆ ਕਿ ਸਮਾਂ ਬਦਲ ਗਿਆ ਹੁਣ ਜੀ ਉਹਨਾਂ ਬਾਹਰ ਫੇਨਾਂ ਹਰ ਬੱਚਾ ਹਾਂ ਜੀ ਪੜ੍ਹਿਆ ਲਿਖਿਆ ਹੈ ਬਿਲਕੁਲ ਤੇ ਜੇ ਬੱਚਿਆਂ ਨੂੰ ਕੀਰਤਨ ਸਿਖਾਇਆ ਸੁਣਾਉਣਾ ਜਾਂ ਕੋਈ ਘਟੋ ਘਟ ਉਹਨਾਂ ਦੇ ਲੈਵਲ ਤੇ ਤਾਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਹੁਣ ਸਮਾਂ ਬਣਨ ਦਾ ਵਾਸ ਬੜੇ ਸਿਆਣੇ ਨੇ ਹਰ ਘਰ ਚ ਮੈਂ ਸੋਹਣਾਂ ਬੱਚੇ ਬੜੇ ਸੀਰ ਲੈਣ ਸੁਣ ਸੁਣ ਕੇ ਮੈਂ ਕਈ ਵਾਰ ਦੇਖਦਾ ਮੈਂ ਸਾਡੇ ਸਾਡੇ ਮੈਂ ਕਈ ਵਾਰ ਦੇਖਦਾ ਵੀ ਛੋਟੇ ਛੋਟੇ ਬੱਚੇ ਨੇ ਕੀਰਤਨ ਕਰਦੇ ਜਦੋਂ ਉੱਥੇ ਆਪਣੇ ਆਪ ਨੂੰ ਸ਼ਰਮਾ ਦੀ ਵੀ ਅਸੀਂ ਇਹ ਸਾਡੇ ਸਾਹਮਣੇ ਜਮੇਪਲੇ ਨੇ ਤੇ ਇਹ ਇੰਨਾ ਸੋਹਣਾ ਇਹਨਾਂ ਦਾ ਗੰਠ ਹੈ ਇੰਨੀ ਸੋਹਣੀ ਇਹਨਾਂ ਕੋਲ ਮਰਲੇ ਵਿਦਿਆ ਗਿਆਨ ਬਖਸ਼ਿਸ਼ ਕੀਤਾ ਇਹਨਾਂ ਨੂੰ ਜੀ ਤੇ ਇੰਨੀ ਮਿਹਨਤ ਕਰ ਰਹੇ ਬੱਚੇ ਜੀ ਇਹਨਾਂ ਸਾਹਮਣੇ ਅਸੀਂ ਕੁਝ ਵੀ ਨਹੀਂ ਹੈ ਜੀ ਬਾਕੀ ਇਹ ਵੀ ਹੈਗਾ ਨਾ ਜਿਵੇਂ ਭਾਈ ਸਾਹਿਬ ਜੀ ਤੁਸੀਂ ਗੱਲ ਕੀਤੀ ਕੋਈ ਵੀ ਕਿਸੇ profession ਦੇ ਵਿੱਚ ਜਾਂਦਾ ਜਾਂ ਕੋਈ ਵੀ ਸਟੱਡੀ ਕਰਦਾ ਜਾਂ ਕੋਈ ਵੀ ਕਿਸੇ ਲਾਈਨ 'ਚ ਜਾਂਦਾ ਉਹਨੂੰ ਇਹ ਹੁੰਦਾ ਕਿ ਇਹਦੇ ਵਿੱਚ ਮੇਰਾ ਫਿਊਚਰ ਕੀ ਆ ਹਨਾ ਮੈਨੂੰ ਇਹਦੇ 'ਚੋਂ ਕੀ ਮਿਲਣਾ ਜਾਂ ਮੈਂ ਕਿਸੇ ਜੌਬ ਦੇ ਵਿੱਚ ਜਾਣਾ ਜਾਂ ਇਸ profession ਦੇ ਵਿੱਚ ਜਾਣਾ ਜਿਵੇਂ ਚਾਹੇ ਕੀਰਤਨੀਆਂ ਹੀ ਬੰਨਾ ਉਹਨੂੰ ਇਹ ਹੁੰਦਾ ਕਿ ਮੈਨੂੰ ਕੀ ਮਿਲੂਗਾ ਮੈਂ ਪਰਿਵਾਰ ਵੀ ਤੋੜਨਾ ਆਪਣਾ ਹਨਾ ਸੋ ਇਹੀ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੁਹਾਡੀ ਗੱਲ ਸਹੀ ਆ ਕਿ ਇਹ ਇਹ ਦੇਖਣਾ ਚਾਹੀਦਾ ਪ੍ਰਬੰਧਕਾਂ ਨੂੰ ਕਿ ਅਸੀਂ ਆਪਣੇ ਕਿਵੇਂ ਦੇ ਕਿਵੇਂ ਜਿਹੜੇ ਸਾਡੇ ਪ੍ਰਚਾਰਕ ਹੈਗੇ ਉਹਨਾਂ ਨੂੰ ਅਸੀਂ ਕਿਵੇਂ ਕੀ ਦੇ ਰਹਿਆਂ ਕਿਵੇਂ ਉਹਦਾ ਰੱਖ ਰਖਾਵ ਉਹਨਾਂ ਦਾ ਹੋ ਰਿਹਾ ਸੋ ਉਸੇ ਤਰ੍ਹਾਂ ਅਸੀਂ ਆਪਣੇ ਤੁਹਾਡੇ ਨਾਲ ਗੱਲਬਾਤ ਜਾਰੀ ਰਹਿ ਗਈ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਜਰੂਰ ਤੁਸੀਂ ਸਿੱਖ ਚੈਨਲ ਦੇ ਨੰਬਰ ਤੇ ਕਾਲ ਕਰਕੇ ਕਿਉਂਕਿ ਸਾਡਾ ਸਟਾਫ ਢੀਚੇ ਬੈਠਾ ਹੋਇਆ ਤੁਹਾਡੀ ਕਾਲ ਦੀ ਵੇਟ ਕਰ ਰਿਹਾ ਜਰੂਰ ਤੁਸੀਂ ਕਾਲ ਕਰੋ ਤੇ ਆਪਣਾ ਦਸਵੰਦ ਕੱਢੋ ਡੋਨੇਸ਼ਨ ਦਿਓ ਡਾਇਰੈਕਟ ਡੈਬਿਟ ਸੈਟਅਪ ਕਰਵਾਓ ਸੋ ਇਹ ਜਰੂਰ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਭਾਈ ਸਾਹਿਬ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਖਰਚਾ ਜੇ ਅਸੀਂ ਸਾਡੇ ਕੋਲ ਉਹ ਕਾਸਟ ਹੋਊਗੀ ਖਰਚਾ ਹੋਊਗਾ ਤਾਂ ਹੀ ਅਸੀਂ ਉਹਨੂੰ ਜਿਹੜਾ ਸਾਰਾ ਸਿਸਟਮ ਹੈਗਾ ਵਧੀਆ ਢੰਗ ਨਾਲ ਚਲਾ ਸਕਦੇ ਵਧੀਆ-ਵਧੀਆ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਸਕਦੇ ਆ ਸੋ ਭਾਈ ਸਾਹਿਬ ਜੀ ਜੇ ਗੱਲ ਕਰੀਏ ਜਿਵੇਂ ਕਿ ਤੁਸੀਂ ਇਸ ਲਾਈਨ ਦੇ ਵਿੱਚ ਤੁਸੀਂ ਆਏ ਹੋ ਕੀਰਤਨਕਾਰਿਓ ਕਾਫੀ ਸਾਲਾਂ ਤੋਂ ਸੋ ਤੁਸੀਂ ਜਿਵੇਂ ਕਿ ਜ਼ਿਆਦਾਤਰ ਕੀਤਨੀ ਕਈ ਵਾਰੀ ਕਲਾਸਾਂ ਵੀ ਲਾਉਂਦੇ ਆ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਆ ਜਾਂ ਕਈ ਵਿਦਿਆਲਿਆ ਵੀ ਕੋਈ ਖੋਲ ਲੈਂਦੇ ਆ ਕੋਈ ਇੰਸਟੀਚਿਊਨ ਖੋਲ ਲੈਂਦੇ ਆ ਸੋ ਤੁਸੀਂ ਇਸ ਬਾਰੇ ਨਹੀਂ ਕਦੇ ਸੋਚਿਆ ਜਾਂ ਤੁਸੀਂ ਆਲਰੇਡੀ ਕਰ ਰਹੇ ਹੋ ਜੀ ਨਹੀਂ ਨਹੀਂ ਸੋਚਿਆ ਸਾਰੀ ਪਲੈਨਿੰਗ ਹੋ ਚੁੱਕੀ ਹੈ ਜੀ ਉਹ ਸਾਰੀ ਤਿਆਰੀ ਵੀ ਹੋ ਚੁੱਕੀ ਹੈ ਜੀ ਜੀ ਉਹ ਮੈਂ ਸਿਰਫ ਸ਼ੁਰੂਆਤ ਹੀ ਕਰਨੀ ਹੈ ਕਲਾਸ ਦੀ ਹੁਣ ਇਸ ਤੋਂ ਬਾਅਦ ਸ਼ਾਇਦ ਜਾ ਕੇ ਤੁਹਾਨੂੰ 15 20 ਦਿਨਾਂ ਚ ਕੋਈ ਖੁਸ਼ਖਬਰੀ ਮਿਲ ਜੇਗੀ ਜੀ ਅਮਰ ਸਾਹਿਬ ਨਹੀਂ ਜਨਦਰ ਜੀ ਮੇਰੀ ਆਸ਼ਾ ਹੈ ਪਰ ਜਨਦਰ ਹੈ ਤੁਸੀਂ ਚੱਲੋ ਜਨਦਰ ਹਾਂ ਮੇਰੇ ਜੰਦਰ ਜੀ ਸਾਰੇ ਪਿੰਡਵਾਜੀ ਜੀ ਜੀ ਕੋਈ ਗੱਲ ਤੋਂ ਬੰਦਾ ਬਿਲਕੁਲ ਪਿੰਡੂ ਨਹੀਂ ਸ਼ਹਿਰੀ ਕਹਿ ਸਕਦੇ ਹਾਂ ਜੀ ਹੁਣ ਪਿੰਡੂ ਸ਼ਹਿਰੀ ਕੋਈ ਫਰਕ ਨਹੀਂ ਪੋਦਾ ਇਹ ਹੋ ਗਿਆ ਸਾਰੇ ਐਜੂਕੇਟ ਨੇ ਸਾਰੇ ਬੜੇ ਸਾਹਿਬ ਬਰਾਬਰੀ ਕਰ ਤੇ ਹੁਣ ਤਿਆਰੀ ਹੈ ਬਿਲਕੁਲ ਸਹਾਜ ਵਗੈਰਾ ਉੱਥੇ ਮੈਂ ਸਾਰੇ ਤਿਆਰ ਕਰਕੇ ਰਖਵਾ ਦਿੱਤੇ ਨੇ ਜੀ ਤੇ ਮੈਂ ਇੱਕ ਕਲਾਸ ਹੁਣ ਸ਼ੁਰੂ ਕਰ ਰਿਹਾ ਕਿਉਂਕਿ ਮੇਰੇ ਬੱਚਿਆਂ ਦੀ ਬੜੀ ਡਿਮਾਂਡ ਸੀ ਇਲਾਕੇ 'ਚ ਵੀ ਭਾਈ ਸਾਹਿਬ ਜੀ ਉੰਬੀ ਸਾਨੂੰ ਕੋਈ ਇਦਾਂ ਦਾ ਦੱਸੋ ਵੀ ਤੁਸੀਂ ਕੀਰਤਨ ਸਾਨੂੰ ਸਿਖਾ ਸਕਦੇ ਹੋ ਜੀ ਮੈਨੂੰ ਬੇਨਤੀ ਕਰਦਾ ਉਹਨਾਂ ਪਿਛਲੇ ਕਾਫੀ ਕਈ ਸਾਲਾਂ ਤੋਂ ਮੈਨੂੰ ਇਦਾਂ ਦੇ ਫੋਨ ਆਉਂਦੇ ਆ ਮਿਲਦੇ ਬੱਚੇ ਸਿਆਣੇ ਵੀ ਮਿਲਦੇ ਨੇ ਵੀ ਤੁਹਾਡੇ ਤੋਂ ਕੀਰਤਨ ਸਿੱਖਣਾ ਚਾਹੁੰਦੇ ਆ ਜੀ ਤੇ ਮੈਂ ਉਹਨੂੰ ਇਹਹੀ ਬੇਨਤੀ ਕਰਦਾ ਮੈਂ ਤੁਹਾਨੂੰ ਪ੍ਰੋਮਿਸ ਨਹੀਂ ਕਰਦਾ ਕਿਉਂਕਿ ਮੈਂ ਜ਼ਿਆਦਾਤਰ ਬਾਹਰ ਰਹਿਣਾ ਠੀਕ ਹੈ ਕਿੱਥੇ ਸੀ ਕਹੂੰਗਾ ਪਾਈਸਾਨ ਨੂੰ ਪ੍ਰੋਮਿਸ ਕੀਤਾ ਤੇ ਆਪ ਸਰ ਨਹੀਂ ਇਹਨਾਂ ਨੇ ਜੀ ਜੀ ਤੇ ਹੁਣ ਮੈਂ ਆਪਣਾ ਕੁਝ ਬਾਹਰਲਾ ਥੋੜਾ ਜਰ ਜੀ ਵਾਹ ਘਟ ਕਰਕੇ ਮੈਂ ਇੱਕ ਕੋ ਕਲਾਸ ਸ਼ੁਰੂ ਕਰ ਰਿਹਾ ਫਰੀ ਬਿਲਕੁਲ ਸੇਵਾ ਹੋਏਗੀ ਵਿੱਚ ਕੋਈ ਵੀ ਆ ਸਕਦਾ ਬੱਚਾ ਵੀ ਆ ਸਕਦਾ ਸਿਆਣਾ ਵੀ ਆ ਸਕਦਾ ਇਸ ਕੰਦੇ ਤੇ ਉਹ ਸ਼ੁਰੂ ਕਰਦੇ ਉਹ ਜੀ ਮੈਂ ਉਸਤਾਦ ਵੀ ਰੱਖਾਂਗਾ ਨਾਲ ਇੱਕ ਦੋ ਸ਼ੁਰੂਆਤ ਜਿਹੜੇ ਉਹਨਾਂ ਨਾਲ ਵੀ ਗੱਲ ਹੋ ਗਈ ਹੈ ਜੀ ਮੈਂ ਹਫਤੇ ਇੱਕ ਦੋ ਦਿਨ ਆਪ ਵੀ ਕਲਾਸ ਲਾਇਆ ਕਰਾਂਗਾ ਜੀ ਤੇ ਬਾਕੀ ਉਸਤਾਦ ਵੀ ਉਹ ਉਹਨਾਂ ਬੱਚਿਆਂ ਨੂੰ ਤੇ ਜੋ ਵੀ ਉਥੇ ਸਿਆਣੇ ਨੇ ਉਮਰ ਦਾ ਤੁਕੀ ਲਿਆ ਜੀ ਕੋਈ ਆਸਰਾ ਸਕਣ ਲਈ ਬਿਲਕੁਲ ਫ੍ਰੀ ਆਫ ਕੋਸਟ ਦਰਵਾਸਾ ਜੀ ਦਰਵਾਸਾ ਤੁਸੀਂ ਵਾਲੇ ਉੱਥੇ ਖੜਦੇ ਹੋ ਹਾਂ ਜੀ ਹਾਂ ਜੀ ਛੁੱਟੀ ਜਨ ਕੀਤੀ ਵਾਲੇ ਨਹੀਂ ਨਹੀਂ ਮੈਂ ਤਾਂ ਕੋਈ ਇੱਕ ਬੇਨਤੀ ਕਰਦਾ ਮੈਨੂੰ ਕਹਿੰਦੇ ਹੱਸਦੇ ਹੁੰਦੇ ਪੈਸਾ ਤੁਹਾਨੂੰ ਇੰਨੀ ਵਾਰੀ ਮੌਕਾ ਮਿਲਿਆ ਅਮਰੀਕਾ ਕੈਨੇਡਾ ਪੱਕੇ ਪੁੱਕੇ ਹੋਣ ਦਾ ਵੀ ਤੁਸੀਂ ਜੀ ਜੀ ਮੈਂ ਕਮ ਜਿਹਨੂੰ ਇਹੋ ਜਿਹਾ ਮੌਕਾ ਮਿਲਿਆ ਹੋਏ ਗੁਰੂ ਰਾਮਦਾਸ ਜੀ ਦੀ ਗੋਚ ਪੱਕੇ ਬੈਠਣ ਦਾ ਤੇ ਉਹਨੂੰ ਇਹ ਇਹ ਚੀਜ਼ਾਂ ਉਹਦੇ ਸਾਹਮਣੇ ਕੀ ਹੈ ਨਾ ਜੀ ਜੀ ਇਤਨਾ ਮੰਗ ਮੰਗ ਕੇ ਆਪਾਂ ਇਹ ਰਸਨਾ ਕਰ ਕਰਕੇ ਸਾਨੂੰ ਪਤਾ ਨਹੀਂ ਉਹ ਇਹੋ ਜਿਹੇ ਮਹਾਂਪੁਰਖਾਂ ਦੀਆਂ ਦਾਸਾਂ ਜਿਹੜੇ ਕਿ ਮੈਂ ਆਪਣੇ ਯੋਗ ਵੀ ਨਹੀਂ ਸਮਝਦਾ ਉਸ ਦਰ ਤੇ ਬੈਠ ਕੇ ਕੀਰਤਨ ਕਰਨ ਦੇ ਇਹ ਗੁਣ ਪੱਖੋ ਦੇਖਿਆ ਜਾਏਗਾ ਬਿਲਕੁਲ ਪਰ ਸਾਹਿਬ ਜੀ ਤੇ ਉਹਨਾਂ ਦੀਆਂ ਅਸੀਸਾਂ ਮਹਾਂਪੁਰਖਾਂ ਦੀਆਂ ਜਿਹੜੀ ਅਸੀਸਾਂ ਦਾ ਸਦਕਾ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਉਹਨਾਂ ਦਰ ਤੇ ਉਠਾਇਆ ਹੋਇਆ ਜਿਵੇਂ ਤੁਸੀਂ ਕੀਰਤਨ ਕਰਦੇ ਹੋ ਹਾਂਜੀ ਦਰਵਾਸਾ ਖਾਸ ਕਰਕੇ ਤੁਹਾਡੇ ਤੇ ਕੋਈ ਬੰਦਸ਼ ਬੰਦੀ ਵੀ ਕਿਹਾ ਸ਼ਬਦ ਨਹੀਂ ਪੜਨੇ ਜਾਂ ਪੜਨੇ ਜਿਹੜੀਆਂ ਪ੍ਰਵਾਨਤ ਬਾਣੀਆਂ ਨੇ ਜੀ ਹਾਂਜੀ ਪ੍ਰਵਾਨਤ ਬਾਣੀਆਂ ਜੀ ਕੋਈ ਪ੍ਰਵਾਨਤ ਬਾਣੀਆਂ ਠੀਕ ਆ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਸੁਗੰਗਤ ਪਾਈਪ ਵੀਰ ਸਾਹਿਬ ਨੂੰ ਹਾਂਜੀ ਉਹਨਾਂ ਚ ਅਸੀਂ ਕਰ ਸਕਦੇ ਹਾਂ ਹਾਂ ਉਹਨਾਂ ਕੋਈ ਹਾਂ ਬਿਲਕੁਲ ਜੀ ਹਾਂ ਹਾਂਜੀ ਤੇ ਨਾਲ ਹੀ ਜਦੋਂ ਤੁਸੀਂ ਬਾਹਰ ਕਿਤੇ ਸਮਾਗਮ ਤੇ ਤੁਸੀਂ ਕੀਰਤਨ ਕਰਦੇ ਹੋ ਜਿਵੇਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਕਿਤੇ ਵੀ ਹੋਰ ਜਗ੍ਹਾ ਤੇ ਤੁਸੀਂ ਕੀਰਤਨ ਕਰਦੇ ਹੋ ਉਹਦੇ ਵਿੱਚ ਤੇ ਜਦੋਂ ਤੁਸੀਂ ਅਪਰੋਡ ਕਿਤੇ ਜਾਂਦੇ ਹੋ ਉੱਥੇ ਤੁਸੀਂ ਕੀਰਤਨ ਕਰਦੇ ਹੋ ਤੁਹਾਨੂੰ ਕੀ ਫਰਕ ਲੱਗਦਾ ਕਿ ਇੰਡੀਆ ਦੇ ਵਿੱਚ ਕੀ ਫਰਕ ਆ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਯੂਕੇ ਲੈ ਲਓ ਕੈਨੇਡਾ ਲੈ ਲਓ ਕਿੰਨਾ ਕੁ ਫਰਕ ਲੱਗਦਾ ਕਿ ਜਿਹੜੇ ਤੁਹਾਡੇ ਤੁਹਾਨੂੰ ਸੁਣਨ ਵਾਲੇ ਆ ਜਾਂ ਤੁਸੀਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਐ ਦੇਖੋ ਇੰਨਾ ਲੰਬਾ ਸਮਾਂ ਹੋ ਮੈਨੂੰ ਹੋ ਗਿਆ ਸੇਵਾ ਕਰਦੇ ਹਾਂ ਬਹੁਤੇ ਜਿਹੜੇ ਇੱਥੇ ਨੇ ਉਹ ਇੰਡੀਆ ਤੋਂ ਆਏ ਹੋਏ ਨੇ ਉੱਥੇ ਵੀ ਕੀਰਤਨ ਸੁਣਦੇ ਹੁੰਦੇ ਸੀ ਸਾਡਾ ਜੀ ਜੀ ਹਣੀ ਹੁਣ ਮੈਂ ਜਦੋਂ ਦੱਸੇ ਮੈਨੂੰ 32 ਸਾਲ ਦਰਬਾਰ ਸਾਹਿਬ ਦਾ 1 1-2 ਸਾਲ ਪਹਿਲਾਂ ਮੈਨੂੰ ਤੇ 34 ਸਾਲ ਮੈਨੂੰ ਕੀਰਤਨ ਕਰਦੇ ਆ ਹੋ ਗਏ ਆ ਜੀ ਤੇ ਕੈਸਟਾਂ ਦਾ ਯੋਗ ਸੀ ਉਸ ਲਈ ਪਹਿਲਾਂ ਤੇ ਜਿਹੜੇ ਲਾਈਵ ਨਹੀਂ ਸੀ ਹੁਣ ਦੇ ਕੈਸਟਾਂ ਸੁਣਦੇ ਹੁੰਦੇ ਸੀਗੇ ਜੀ ਜਾਂ ਉਸ ਲਈ ਦਰਬਾਰ ਸਾਹਿਬ ਤੋਂ ਪਹਿਲਾਂ ਬੰਨਾ ਲਾਈਵ ਨਹੀਂ ਸੀ ਹੁੰਦਾ ਰੇਡੀਓ ਤੇ ਆਂਦਾ ਹੁੰਦਾ ਸੀ ਉਸ ਲਈ ਹੁੰਦਾ ਸੀ ਲਈ ਤੇ ਜਿੱਥੇ ਕਿਤੇ ਜਾਣਾ ਐ ਮੇਰੀਆਂ ਪਹਿਲਾਂ ਕੁਝ ਕੈਸਟਾਂ ਬੜੀਆਂ ਸੰਗਤ ਨੇ ਪਿਆਰ ਕੀਤਾ ਉਹਨਾਂ ਨੂੰ ਤੇ ਮੈਂ ਸਮਝਦਾ ਕਿ ਉਹੋ ਹੀ ਸੰਗਤ ਹੈ ਜਿਹੜੇ ਅੱਜ ਇੱਥੇ ਬਾਹਰਲੇ ਵਿਦੇਸ਼ਾਂ ਜਾ ਕੇ ਪੱਕੇ ਹੋ ਗਏ ਐ ਇੱਥੇ ਰਹਿਣ ਲੱਗ ਪਏ ਨੇ ਤੇ ਉੱਥੇ ਵੀ ਸੁਣਦੇ ਆਏ ਐ ਤੇ ਇੱਥੇ ਵੀ ਪਿਆਰ ਉਹੀ ਮਿਲਦਾ ਸੋ ਕਿ ਇੱਥੇ ਜਿਹੜੇ ਬੋਰਨ ਬੱਚੇ ਨੇ ਮੈਂ ਸਮਝਦਾ ਸਾਡੇ ਜਿਵੇਂ ਅੱਜ ਸਿੱਖ ਚੈਨਲ ਐ ਹੋਰ ਚੈਨਲ ਨੇ ਦਰਬਾਰ ਸਾਹਿਬ ਜਿੱਦੋਂ ਲਾਈਵ ਕੀਰਤਨ ਆਉਂਦਾ ਹੈ ਨਾ ਇਹਨਾਂ ਚੈਨਲਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਵੀ ਸਾਡੀ ਸਾਂਝ ਬਿਲਕੁਲ ਐਦਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲ ਹੀ ਬੈਠੇ ਨੇ ਜੀ ਜੀਵ ਦਰਬਾਰ ਸਤੋ ਮੈਂ ਕਈ ਵਾਰੀ ਕੀਰਤਨ ਇੱਥੇ ਆ ਕੇ ਕਰ ਬੇਨਤੀ ਕਰਦਾ ਨਾ ਕਿਤੇ ਵੀ ਆਵਾਂ ਕਿਸੇ ਕੰਟਰੀ 'ਚ ਵੀ ਸੰਗਤੀ ਇਹ ਦਿਲ ਦੀ ਭਾਵਨਾ ਹੁੰਦੀ ਏ ਉਹ ਆਮ ਕਹਿੰਦੇ ਨੇ ਕਿ ਭਾਈ ਸਾਹਿਬ ਜੇ ਤੁਸੀਂ ਕੀਰਤਨ ਕਰਦੇ ਹੋ ਦਰਬਾਰ ਸਾਹਿਬ ਅਸੀਂ ਲਾਈਵ ਦੇਖਦੇ ਆ ਜਾਂ ਕਿਤੇ ਵੀ ਸਟੇਜ ਤੇ ਸਾਨੂੰ ਇਦਾਂ ਲੱਗਦਾ ਨਹੀਂ ਵੀ ਅਸੀਂ ਕਿਤੇ ਦਰਬਾਰ ਸਾਹਿਬ ਤੋਂ ਦੂਰ ਬੈਠੇ ਆ ਕਿਤੇ ਸਾਨੂੰ ਇਦਾਂ ਲੱਗਦਾ ਵੀ ਅਸੀਂ ਦਰਬਾਰ ਸਾਹਿਬ ਹੀ ਪਹੁੰਚੇ ਹੋਏ ਆ ਤੇ ਉੱਥੇ ਹੀ ਸੀ ਬੈਠ ਕੇ ਗੁਰੂ ਨਾਮਦਾਸ ਦੇ ਚਰਨਾਚ ਜੀ ਕੀ ਜਿਹੜੀ ਗੱਲ ਤੁਸੀਂ ਗਲਤ ਤੁਸੀਂ ਕੀਤੀ ਹੈ ਕਿ ਇਹ ਅੱਜ ਚੈਨਲ ਚੱਲਦੇ ਟੈਲੀਵਿਜ਼ਨ ਜੀ ਇਹ ਅੱਜਕੱਲ੍ਹ ਯੁੱਗ ਮੀਡੀਆ ਦਾ ਬਿਲਕੁਲ ਹਾਂਜੀ ਤੇ ਇਹਨੂੰ ਆਪਾਂ ਇਹ ਤੋਂ ਇਹ ਨਹੀਂ ਕਹਿ ਸਕਦੇ ਪਈ ਅਸੀਂ ਇਹ ਨਹੀਂ ਚਲਾਉਣਾ ਜਾਂ ਨਹੀਂ ਅਸੀਂ ਪਿੱਛੇ ਰਹਿ ਜਾਵਾਂਗੇ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਜੀ ਜੀ ਪਹਾਨਾ ਪੈਰ ਮਲਾ ਕੇ ਨਾ ਤੁਰੇ ਬਿਲਕੁਲ ਤੇ ਅਸੀਂ ਪ੍ਰਚਾਰ ਤਾਂ ਬਹੁਤ ਵਿਸ਼ੇ ਹੁਣ ਤੁਸੀਂ ਨਾਲ ਚੱਲਣਾ ਪੈਗਾ ਜੀ ਹਾਂ ਤੁਸੀਂ ਆਪ ਦੱਸਿਆ ਕਿ ਜਿੱਥੇ ਜਿੱਦੇ ਤੁਸੀਂ ਜਾਂਦੇ ਹੋ ਹੁਣ ਦੁਨੀਆ ਵਿੱਚ ਕਿਸੇ ਕੋਰਨਰ ਵਿੱਚ ਬੈਠੇ ਉੱਥੇ ਸੁਣਦੇ ਹੋ ਅਤੇ ਇਹ ਕਰਾਮਾਤ ਹਾਂ ਮੈਂ ਸਮਝਦਾ ਆਪਾਂ ਕਹਿਣਾ ਸ਼ੁਰੂਆਤ ਚ ਮੈਂ ਸ਼ੁਰੂਆਤੀ ਚ ਦਰਬਾਰ ਸਾਹਿਬ ਕੀਤੀ ਉਹ ਸਮੇਂ ਦੀ ਗੱਲ ਕਰਨ ਗਏ ਪ੍ਰਕਰਮਾਂ ਚ ਬਹੁਤ ਥੋੜੀ ਸੰਗਤ ਹੁੰਦੀ ਸੀ ਕਿ ਵੀਰ ਦੁਪਹਿਰ ਦੇ ਸਮੇਂ ਮੱਥਾ ਟੇਕਣ ਲੱਗਿਆ ਤੁਸੀਂ ਵੀ ਜਾਣ ਉੱਥੇ ਰਹੇ ਹੋ ਦੇਖਦੇ ਹੋ ਵੀ ਆਪਾਂ ਜਾ ਕੇ 10 ਮਿੰਟ ਚ ਮੰਦਰ ਮੱਥਾ ਵੜੀ ਜਾਂਦੇ ਹੁੰਦੇ ਸੀ ਹੁਣ ਹੁਣ ਕੋਈ ਵੀ ਦਿਨ ਨਹੀਂ ਸ਼ਾਇਦ ਮੱਸਿਆ ਸੰਗਰਾਂਦ ਤੇ ਉਸ ਲਈ ਰਸ ਹੁੰਦਾ ਹੈ ਜਾਂ ਕੋਈ ਗੁਰਪੁਰਬ ਹੁੰਦਾ ਹੈ ਉਸ ਦਿਨ ਰਸ ਹੁੰਦਾ ਹੈ ਬਹੁਤੀ ਸੰਗਤ ਹੁੰਦੀ ਹੈ ਛੁੱਟੀ ਵਾਲੇ ਅੱਗੇ ਪਿੱਛੇ ਆਉਣ ਪਰ ਦੇਖੋ ਜਿਉਂ 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 ਜੋ ਗੁਰੂ ਰਾਮਦਾਸ ਦੀ ਦਰ ਦੀ ਸ਼ੋਭਾ ਵਧਦੀ ਗਈ ਇੱਕ ਉਹਦੇ ਚ ਇਹ ਵੀ ਹੈ ਮੀਡੀਆ ਦਾ ਬੜਾ ਵੱਡਾ ਯੋਗਦਾਨ ਹੈ ਟੀਵੀ 'ላይ' ਲਾਈਵ ਦੇਖਣਾ ਦਿਖਾਣਾ ਦਰਸ਼ਨ ਕਰਨੇ ਜਿਹੜੇ ਨੌਨ ਸਿੱਖ ਨੇ ਉਹ ਉਹਨਾਂ ਦੀ ਉਤਸੁਕਤਾ ਵੀ ਵਧ ਗਈ ਅਸੀਂ ਵੀ ਜਾ ਕੇ ਦੇਖੀ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਹਰਮੰਦਰ ਸਾਹਿਬ ਦੇ ਦਰਸ਼ਨ ਕਰੀਏ ਵੀ ਜਿਹਨਾਂ ਨੂੰ ਸਾਰੀ ਦੁਨੀਆ ਲੋਚਦੀ ਹੈ ਵੀ ਉੱਥੇ ਦਰਸ਼ਨ ਦਰਦਾਰ ਕਰਨ ਲਈ ਸੋ ਮੈਂ ਕਹਿੰਦਾ ਬੜਾ ਵੱਡਾ ਯੋਗਦਾਨ ਹੈ ਮੀਡੀਆ ਦਾ ਸਾਡੇ ਚੈਨਲ ਦਾ ਜੀ ਸਾਡੇ ਚੈਨਲਾਂ ਦਾ ਮੀ ਟੈਲੀਵਿਜ਼ਨ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਿੱਖ ਚੈਨਲ ਖਾਸ ਕਰਕੇ ਪਿਛੋਂ ਦੱਸਾ ਸਾਰਾ ਬਹੁਤ ਵੱਡਾ ਯੋਗਦਾਨ ਹੈ ਦਿਨ ਰਾਤ ਇੱਕ ਕਰਕੇ ਬਿਲਕੁਲ ਅਸਮਗਮ ਹੁਣ ਸਵਾਦਾ ਮੈਨੂੰ ਪਤਾ ਜੀ ਅਸਮਗਮ ਹੋਇਆ ਇਟਲੀ ਜੀ 10 ਸਾਲ ਮੇਰੇ ਆਪਾਂ ਇਟਲੀ ਜੀ ਸਮਾਗਮ ਕੀਤਾ ਮੈਨੂੰ ਵੀ ਤੁਹਾਡੇ ਮੇਰੀ ਮਜਬੂਰੀ ਸੀ ਮੈਂ ਨਹੀਂ ਪਹੁੰਚ ਸਕਿਆ ਉੱਥੇ ਹਾਂਜੀ ਪ੍ਰਕਾਸ਼ ਸਮਾਗਮ ਹੋਣਾ ਹੋਰ ਸਮਾਗਮ ਹੁੰਦੇ ਅਸੀਂ ਦੁਨੀਆ ਨੂੰ ਘਰ ਕਾ ਬੈਠੇ ਖਾਸ ਕਰਕੇ ਜੋ ਪ੍ਰਕਾਸ਼ ਸਮਾਗਮ ਕਿਉਂਕਿ ਮੈਂ ਇਟਲੀ ਕਾਫੀ ਜਾਨਦਾ ਹੁੰਦਾ ਸੀ ਤੇ ਉਹਨਾਂ ਕਹਿਣਾ ਜੀ ਅਸੀਂ ਜੋ ਸਮਾਗਮ ਸ਼ੁਰੂ ਹੋਣਾ ਅਸੀਂ 3 ਦਿਨ ਦੀ ਛੁੱਟੀ ਲੈ ਲੈਂਦੇ ਆ ਵਾਹ ਮੈਨੂੰ ਤੁਸੀਂ ਉੱਥੇ ਤਾਂ ਨਹੀਂ ਪਹੁੰਚ ਸਕਦੇ ਕਹਿੰਦੇ ਜੀ ਅਸੀਂ ਟੀਵੀ ਦੇ ਸਾਹਮਣੇ ਬਿਸਤਰਾ ਲਾ ਲਈਨੇ ਇੱਥੇ ਬੈਠ ਕੇ ਕੀ ਸੁਣਦੇ ਵਾਓ ਸੋ ਇਹ ਹੈ ਕਰਾਮਾਤ ਤਲਵਿੰਦੀ ਅਤੇ ਇਹਨਾਂ ਨੂੰ ਆਪਾਂ ਬਦ ਫੁਲਕੇ ਇਹਨਾਂ ਦੀ ਸਹਾਇਤਾ ਕਰਨੀ ਉਹ ਸਾਡਾ ਫਰਜ਼ ਹੈ ਮੈਂ ਤਾਂ ਇਹੀ ਦੱਸ ਰਿਹਾ ਵੀ ਸਾਡਾ ਬਰਜ ਮੈਂ ਇਹ ਬਹੁਤ ਵੱਡਾ ਜ਼ਰੀਆ ਤੁਸੀਂ ਵੀ ਹੋ ਜਿਹੜੇ ਸਾਨੂੰ ਇਹ ਸੰਗਤ ਪਿਆਰ ਕਰਦੀ ਹੈ ਉਦਾਂ ਦਾ ਕੋਈ ਪਰਸਨਲਟੀ ਦਾ ਸ਼ਾਇਦ ਕੋ ਮਿਲਦਾ ਨਹੀਂ ਜੀ ਜੀ ਘਰ ਜਾਵਾਂਗੇ ਤਾਂ ਫਿਰ ਮਿਲਾਂਗੇ ਆਮਣੇ ਸਾਹਮਣੇ ਪਰ ਦੂਰੋਂ ਦੇਖ ਕੇ ਉਹਨਾਂ ਦੀ ਪਛਾਣ ਬਣੀ ਹੁੰਦੀ ਹੈ ਜਿਵੇਂ ਆਪਾਂ ਰਵਿੰਦਰ ਸਿੰਘ ਨੂੰ ਟੀਵੀ ਤੇ ਦੇਖਦੇ ਹਾਂ ਜੀ ਹਾਂਜੀ ਬਿਲਕੁਲ ਸੋ ਜਿਵੇਂ ਹੁਣ ਤੁਸੀਂ ਟੂਰ ਵੀ ਕਰ ਰਹੇ ਹੋ ਨਾ ਯੂਕੇ ਦਾ ਟੂਰ ਕਰ ਰਹੇ ਹੋ ਸੋ ਕਿਹੜੀ ਤਰੀਕ ਤੱਕ ਤੁਸੀਂ ਇੱਥੇ ਯੂਕੇ ਦੇ ਵਿੱਚ ਹੋ ਤੁਸੀਂ ਬਸ ਜੀ ਮੈਂ 2-3 ਦਿਨ ਹੋ ਰਹੇ ਨੇ ਜੀ ਸੋ ਅਗਲਾ ਪ੍ਰੋਗਰਾਮ ਤੁਹਾਡਾ ਵਾਪਸ ਆਣਾ ਜੀ ਅੱਛਾ ਪਹਿਲੀ ਦਰ ਮੇਰੀ ਦਰਬਾਰ ਸਾਹਿਬ ਜਾ ਕੇ ਹਾਜ਼ਰੀ ਸ਼ੁਰੂ ਕਰਦੇ ਜੀ ਇਹ ਸੰਗੀਤ ਦੀ ਗੱਲ ਹੈ ਜੋਗਾ ਦੋ ਦੰਦ ਨੇ ਬਸ ਹੋਰ ਬਾਕੀ ਫਿਰ ਵਾਪਸ ਜਣ ਕਿਉਂਕਿ ਉਹ ਸ਼ੁਰੂਆਤ ਦਾ ਪਹਿਲਾ ਜਿਹੜਾ ਸਮਾਗਮ ਲੰਡਨ ਵਿੱਚ ਹੋਇਆ ਸੀ ਤੇ ਬੜਾ ਮਨ ਪ੍ਰਸੰਨ ਹੋਇਆ ਵੀ ਇਹੋ ਜਿਹਾ ਸਮਾਗਮਾਂ ਚ ਇਹੋ ਜਿਹਾ ਡਿਸਪੀਸਪਲਨ ਇਨੀ ਸੰਗਤ ਇਨਾ ਪੇਸ਼ੈਂਸ ਵੀ ਇਨਾ ਸੀਟ ਤੋਂ ਲੈ ਕੇ ਰਾਤ ਤੱਕ ਸੰਗਤ ਦਾ ਬੈਠੇ ਰਹਿਣਾ ਲਗਾਤਾਰ ਮੇਰੇ ਕੋ 15 20 ਹਜ਼ਾਰ ਸੰਗਤਾਂ ਹੋਈ ਕਿ ਹਾਂ ਜੀ ਬਹੁਤ ਸੰਗਤ ਜੀ ਤੁਸੀਂ ਆਪ ਸਾਰਾ ਦੇਖਿਆ ਇਹ ਪ੍ਰੋਗਰਾਮ ਜੀ ਜੀ ਬੜੀ ਵੱਡੀ ਗੱਲ ਹੈ ਮੈਂ ਕਹਿੰਨਾ ਮੇ ਨਾਲ ਕੰਟਰੀਆਂ ਵਿੱਚ ਆਪਾਂ ਸੋਚਦੇ ਆਂ ਪਰ ਜਿਹੜੇ ਬਾਹਰ ਦਿਖ ਰਹੇ ਆ ਤੁਹਾਡੇ ਸਰੀਏ ਇਸ ਪ੍ਰੋਗਰਾਮ ਨੂੰ ਦੁਨੀਆ ਚ ਉਹ ਹੈਰਾਨ ਹੁੰਦੇ ਵੀ ਇਹ ਇੰਗਲੈਂਡ ਦੀ ਤਰਤੀ ਤੇ ਇਸ ਸ਼ਹਿਰ ਦੇ ਵਿੱਚ ਇੰਨੀ ਸੰਗਤ ਕਿੱਥੋਂ ਆ ਗਈ ਜੀ ਜੀ ਭਾਈ ਸਾਹਿਬ ਜੀ ਆਪਾਂ ਥੋੜੀ ਜਿਹੀ ਤਤਬਾਕੀ ਫੀਦ ਲੈਣੀ ਕੀਰਤਨ ਦੀ ਗੱਲ ਕਰੀਏ ਰਾਣੇ ਕੀਰਤਨੀਏ ਭਾਈ ਚੰਦ ਜੀ ਅਸਾਂ ਜਗਮੀ ਹੋਣੀ ਹੋਏ ਵਾਹ ਵਾਹ ਕੀਬਾ ਪ੍ਰਾਣੀ ਕੀਤੇ ਉਹ ਪਰਮਾਨੰ ਦਾ ਕੀਰਤਨ ਸੀਗਾ ਪਰਮਾਨੰ ਦਾ ਜੀ ਜੀ ਤੇ ਪਰਮਾਨ ਇੱਕ ਸ਼ਬਦ ਲੈ ਕੇ ਪਰਮਾਨ ਦੇ ਕੇ ਉਸਦ ਕਾਣਾ ਘੰਟਾ ਘਟਾ ਲੱਗੇ ਹਨ ਤੇ ਉਹ ਸਾਡੇ ਇਸ ਵੇਲੇ ਕੀਰਤਨ ਦੀ ਸ਼ੈਲੀ ਬਦਲ ਗਈ ਹੈ ਜੀ ਜੀ ਤਕਰੀਬਨ ਇਹ ਕੀ ਇਸ ਸਮੇਂ ਦੇ ਨਾਲ ਬਦਲਦੀ ਆ ਜਾਂ ਸਾਡੇ ਰਾਗੀਆਂ ਵਿੱਚ ਸਿੱਖਣ ਦੀ ਜਾਂ ਚੇਤੇ ਕਰਨ ਦੀ ਕੋਈ ਕਮੀ ਆਈ ਕੀ ਕਾਰਨ ਇਹ ਦੇ ਵਿੱਚ ਤੇ ਕੀਰਤਨ ਦੀ ਸ਼ੈਲੀ ਸਾਡੀ ਸਿਰਫ ਪਰਮਾਨਿਕ ਸ਼ੈਲੀ ਦੇ ਨਾਲ ਕਥਾ ਦੀ ਸ਼ੈਲੀ ਵੀ ਰਹੀ ਕਿਸੇ ਸਮੇਂ ਹੂੰ ਨਾਲ ਕਥਾ ਵਿਚਾਰ ਵੀ ਸ਼ਬਦ ਵਿਚਾਰ ਵੀ ਕਰਨੇ ਬਹੁਤੇ ਕੀਰਤਨੀਆਂ ਸਾਡੇ ਦੇ ਪੌਪੂਲਰ ਹੋਏ ਨੇ ਬਹੁਤੇ ਉਹ ਨਾਲ ਵਿਚਾਰ ਕਰਨ ਵਾਲੇ ਜਿਹੜਾ ਉਹ ਵੀ ਰਹੇ ਨੇ ਜੀ ਜਦੋਂ ਆਪੇ ਗਾ ਨੂੰ ਬਾਰ-ਬਾਰ ਬਾਰ-ਬਾਰ ਦ੍ਰਿੜ ਕਰਾਂਗੇ ਤਾਂ ਕਿਤੇ ਨਾ ਕਿਤੇ ਅਗਲੇ ਦੇ ਘਰ ਚ ਬੈਠ ਜਾਂਦੀ ਦਿਲ ਅੰਦਰ ਅੰਦਰ ਵੱਸ ਜਾਂਦੀ ਹੈ ਕਿ ਇਸੇ ਦਾ ਪ੍ਰਮਾਣਕ ਕੀਰਤਨ ਹੈ ਜੀ ਜਦੋਂ ਆਪੇ ਸ਼ਬਦ ਨੂੰ ਲੈ ਕੇ ਉਹਦੇ ਨਾਲ ਉਸੇ ਭਾਵ ਵਾਲੇ ਸ਼ਬਦਾਂ ਦੀਆਂ ਪੰਕਤੀਆਂ ਸਰਾਵਾਂਗੇ ਜੀ ਉਹ ਪ੍ਰਮਾਣ ਦਿਆਂਗੇ ਉਸੇ ਦੇ ਉਹ ਕਿਤੇ ਨਾ ਕਿਤੇ ਕਿਦਨ ਕਥਾ ਦੀ ਵਿਚਾਰ ਜਿਹੜੀ ਗੱਲ ਉਹਨਾਂ ਚ ਪ੍ਰਮਾਣਾ ਚ ਆ ਜਾਂਦੀ ਜੀ ਹਾਂਜੀ ਹਾਂਜੀ ਤੇ ਉਹ ਪ੍ਰਾਤਨ ਤਰੀਕਾ ਬਹੁਤ ਸਾਰੇ ਸਾਰੇ ਨਹੀਂ ਉਹ ਐਸਾ ਦਾ ਬਹੁਤ ਸਾਰੇ ਕੀਰਤਨੀ ਕਰਦੇ ਸਨ ਪ੍ਰਮਾਣਿਕ ਕੀਰਤਨੀ ਜਿਹੜਾ ਮੈਂ ਸੁਣਿਆ ਜੀ ਪਰ ਕੁਝ ਕੀਰਤਨੀ ਜਿਹੜੇ ਕਥਾ ਦੇ ਰੂਪ ਜੀ ਨਾਲ ਵਿਆਖਿਆ ਦੇ ਰੂਪ ਜੀ ਪ੍ਰਚਲਿਤ ਹੋਏ ਉਹਨਾਂ ਨੂੰ ਮੈਂ ਬੜਾ ਪਿਆਰ ਕੀਤਾ ਪਰ ਜਿਹੜਾ ਹੁਣ ਦਾ ਸਮਾਂ ਉਹ ਜ਼ਿਆਦਾਤਰ ਪ੍ਰਮਾਣਿਕ ਹੁਣ ਵੀ ਦਿੰਦੇ ਨੇ ਕੀਰਤਨੀਆਂ ਕੁਝ ਥੋੜਾ ਘਟ ਕਰ ਦਿੱਤਾ ਸਟਾਈਲ ਉਹਨਾਂ ਨੇ ਪਰ ਹੁਣ ਦਾ ਵੀ ਉਸੇ ਜਿੰਨਾ ਪ੍ਰਮਾਣ ਦੇ ਨਾਲ ਉਸੇ ਭਾਵ ਦੇ ਸ਼ਬਦ ਜ਼ਿਆਦਾ ਸੁਣਾ ਦਿੰਦੇ ਹੂੰ ਗੱਲ ਉਹੀ ਹੈ ਉਹ ਪ੍ਰਮਾਣ ਚ ਆਪਾਂ ਦਾਲਦੀਆਂ ਮਦੀਆਂ ਇੱਕ ਦੋ ਪੰਕਤੀਆਂ ਜਿਹੜੀਆਂ ਉਹ ਭਾਵ ਵਾਲੀਆਂ ਉਹ ਸੁਣ ਦੱਸਦੇ ਨਾਲ ਤੇ ਜੋ ਕੀਰਤਨ ਚ ਉਹਨੇ ਸ਼ਬਦ ਆਪਾਂ ਜਿਆਦਾ ਸੁਣਾ ਦਿੰਨੇ ਆ ਇੱਕੋ ਭਾਵ ਜੇ ਇੱਕ ਪ੍ਰਕਰਨ ਲਾ ਕੇ ਕੀਰਤਨ ਕਰ ਲਿਆ ਜਾਵੇ ਭਾਵਾਂ ਪਰਮਾਨਿਕ ਕੀਰਤਨ ਹੋਵੇ ਭਾਵੇ ਪੂਰਾ ਸ਼ਬਦ ਸੁਣਾ ਦਿੱਤਾ ਜਾਵੇ ਜੀ ਤੋ ਭਾਈ ਸਾਹਿਬ ਜੀ ਸਾਡੇ ਨਾਲ ਅਸੀਂ ਕਾਲਾਂ ਖੋਲ ਦਿੱਤੀਆਂ ਨੇ ਸਿੱਖ ਚੈਨਲ 01213801050 ਤੇ ਕਾਲ ਕਰੋ ਤੇ ਜੇ ਤੁਸੀਂ ਭਾਈ ਸਾਹਿਬ ਨੂੰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਕੋਈ ਸਵਾਲ ਕਰਨਾ ਚਾਹੁੰਦੇ ਹੋ ਜਾਂ ਭਾਈ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਸਾਨੂੰ ਕਾਲ ਕਰ ਸਕਦੇ ਆ ਤੁਸੀਂ ਸਕਰੀਨ ਦੇ ਉੱਪਰ ਨੀਚੇ ਸਿੱਖਾਂ ਦਾ ਨੰਬਰ ਲਿਖਿਆ ਹੋਇਆ ਹੈ ਤੁਸੀਂ ਉਸੇ ਨੰਬਰ ਤੇ ਫੋਨ ਕਰਕੇ ਭਾਈ ਸਾਹਿਬ ਦੇ ਨਾਲ ਗੱਲਬਾਤ ਜ਼ਰੂਰ ਕਰੋ ਕਿਉਂਕਿ ਸਾਡੇ ਕੋਲ ਸਮਾਂ ਵੀ ਇੰਨਾ ਕੋਈ ਜ਼ਿਆਦਾ ਨਹੀਂ ਹੈਗਾ ਸੋ ਤੁਸੀਂ ਜੇ ਗੱਲਬਾਤ ਕਿਉਂਕਿ ਸਾਡੇ ਜਿਹੜੇ ਸਵਾਲ ਹੈਗੇ ਆ ਥੋੜੇ ਅਲੱਗ ਹੋ ਸਕਦੇ ਤੁਹਾਡੇ ਵਾਲ ਕੋਈ ਅਲੱਗ ਹੋ ਸਕਦੇ ਆ ਤਾਂ ਤੁਸੀਂ ਕੋਈ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਪੁੱਛ ਸਕਦੇ ਹੋ ਸੋ ਭਾਈ ਸਾਹਿਬ ਜੀ ਜੇ ਗੱਲ ਕਰੀਏ ਜਿਵੇਂ ਕਿ ਅਸੀਂ ਪਹਿਲਾਂ ਵੀ ਮੀਡੀਆ ਦੀ ਗੱਲ ਕੀਤੀ ਸੀ ਸੋ ਹੁਣ ਜਿਵੇਂ ਕਿ ਤੁਸੀਂ ਅ ਸਾਡੇ ਜਿਹੜੇ ਦਰਸ਼ਕ ਇਸ ਟਾਈਮ ਸਾਨੂੰ ਸੁਣ ਰਹੇ ਆ ਸੋ ਕਈ ਵਾਰੀ ਇਦਾਂ ਹੁੰਦਾ ਕਿ ਹੁਣ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਉਹ ਸੁਣ ਰਹੇ ਆ ਸੋ ਅਸੀਂ ਜਿਵੇਂ ਕਿ ਹੁਣ ਫੋਨ ਲਾਈਨ ਅਸੀਂ ਖੋਲ੍ਹਦੇ ਆ ਸੋ ਕਈ ਵਾਰੀ ਸਾਨੂੰ ਅਸੀਂ ਉਹ ਗੱਲ ਨਹੀਂ ਕਰ ਸਕਦੇ ਹੁੰਦੇ ਸਾਨੂੰ ਸਾਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਮਨ ਦੇ ਵਿੱਚ ਗੱਲ ਹੁੰਦੀ ਉਹ ਤੁਹਾਨੂੰ ਪੁੱਛਣਾ ਚਾਹੁੰਦੇ ਹੁੰਦੇ ਆ ਸੋ ਕਈ ਵਾਰੀ ਮੈਂ ਸੁਣਿਆ ਹੈਗਾ ਕਈ ਵਾਰੀ ਕਿੰਨਾ ਕਈਆਂ ਦੇ ਮਨਾਂ ਦੇ ਵਿੱਚ ਸਵਾਲ ਹੁੰਦਾ ਕਿ ਜਿਵੇਂ ਕੀਰਤਨ ਹੈਗਾ ਤੁਹਾਨੂੰ ਪਤਾ ਹੀ ਆ ਕਾਫੀ ਰਾਗਾਂ ਦੇ ਵਿੱਚ ਹੁੰਦਾ ਅੰਕਲ ਜੀ ਨੂੰ ਵੀ ਪਤਾ ਹੀ ਆ ਪਰ ਜਿਹੜੇ ਰਾਗਾਂ ਦੇ ਵਿੱਚ ਹੁੰਦਾ ਜਿਹੜੇ ਕੀਰਤਨੀਏ ਜਿਹੜੇ ਜਿੱਦਾਂ ਤੁਸੀਂ ਹੈਗੇ ਆ ਤੁਸੀਂ ਸਾਰੇ ਰਾਗਾਂ ਦੇ ਵਿੱਚ ਕਰ ਲੈਂਦੇ ਹੋਗੇ ਪਰ ਜਿਹੜੇ ਕਿ ਜਿਵੇਂ ਬੱਚੇ ਆ ਉਹਨਾਂ ਨੂੰ ਸਟਾਰਟਿੰਗ ਕਿੰਨੇ ਕ ਰਾਗਾਂ ਤੋਂ ਕਰਵਾਇਆ ਜਾਂਦਾ ਜੇ ਉਹਨਾਂ ਨੂੰ ਰਾਗਾਂ ਦੇ ਵਿੱਚ ਕਰਵਾਇਆ ਜਾਂਦਾ ਜਾਂ ਵੈਸੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਕਿਵੇਂ ਉਹ ਸਟਾਰਟਿੰਗ ਕਰਦੇ ਆ ਅ ਦੇਖੋ ਜੀ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜੀ ਜਿਹੜਾ ਸਾਡਾ ਗੁਰਬਾਣੀ ਦਾ ਖਜ਼ਾਨਾ ਕੀਰਤਨ ਉਹ ਸਾਰਾ ਰਾਗਾ ਤੇ ਨਿਰਧਾਰਤੀ ਉਹ ਸਭ ਕੋ ਗੁਰਬਾਣੀ ਸਰਨ ਬਖਸ਼ਿਸ਼ ਕੀਤੀ ਸਾਰੀ ਰਾਗਾ ਚਹੀਏ ਜੀ ਜੀ ਪਰ ਕਈ ਵਾਰੀ ਰਾਗਾ ਦਾ ਜਿਹੜੇ ਸਰੋਤੇ ਨੇ ਉਹਨਾਂ ਨੂੰ ਕਈ ਵਾਰੀ ਇਹਨਾਂ ਡੀਪਲੀ ਕਲਾਸੀਕਲ ਉਹ ਸਮਝ ਤੋਂ ਬਾਹਰ ਹੋ ਜਾਂਦਾ ਉਹ ਕੋਈ ਸਧਾਰਨ ਸਰੋਤੇ ਹੁੰਦੇ ਆ ਹਾਂਜੀ ਪਰ ਸਧਾਰਨ ਦਾ ਮਤਲਬ ਇਹ ਨਹੀਂ ਇਹ ਆਪਾਂ ਬਿਲਕੁਲ ਹੀ ਉਹਨਾਂ ਨੂੰ ਰਾਗ ਨੂੰ ਛੱਡ ਦੇਣਾ ਵਿੱਚ ਸੰਗੀਤ ਨੂੰ ਛੱਡ ਦੇਣਾ ਸੀ ਜੀ ਜੀ ਰਾਗ ਦੇ ਵਿੱਚ ਲਿਆ ਕਿ ਤੁਸੀਂ ਉਹਨੂੰ ਸਧਾਰਨ ਰੀਤੀ ਰੀਤੀ ਵਿੱਚ ਤੁਸੀਂ ਉਸ ਚੀਜ਼ ਨੂੰ ਗਾ ਸਕਦੇ ਹੋ ਪਰ ਜਿਹੜੀ ਵੀ ਰੀਤ ਕਹੋਗੇ ਉਹ ਹੋਏਗੀ ਕਿਸੇ ਕਿਸੇ ਰਾਗ ਚ ਜੀ ਜੋ ਰਾਗ ਤੋਂ ਬਾਹਰ ਹੋ ਜਾਗੇ ਫਿਰ ਤਾਂ ਫਿਰ ਤਾਂ ਉਸ ਚੀਜ਼ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਨਾ ਇਹ ਤਾਂ ਬੇਸੁਰੇ ਹੋ ਗਏ ਆਪਾਂ ਪਰ ਸਟਾਰਟਿੰਗ ਤੋਂ ਕਿੰਨੇ ਦਾ ਹੁੰਦਾ ਨਾ ਹਾਂਜੀ ਜੀ ਬੱਚਿਆਂ ਦੀ ਗੱਲ ਮੈਂ ਕਰ ਰਿਹਾ ਜੀ ਜੀ ਬੱਚਿਆਂ ਨੂੰ ਪਹਿਲਾਂ ਜੇ ਹੁਣ ਮੈਂ ਆਪਣੀ ਜੋ ਮੈਂ ਮੈਂ ਜਿੱਥੋਂ ਸ਼ੁਰੂ ਕੀਤਾ ਮੈਂ ਉਹੀ ਗੱਲ ਕਰ ਦੇਣਾ ਜੀ ਜੀ ਬੇਸ਼ੱਕ ਇਹ ਸਿੱਖਿਸ਼ਣੇ ਕਾਲਜ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ ਰਾਗ ਤੋਂ ਕੀਤੀ ਜਾਂਦੀ ਹੈ ਕਿਸੇ ਆਸਾਨ ਰਾਗ ਤੋਂ ਲਾ ਲਓ ਜੀ ਰਾਗ ਵੀ ਕੋਈ ਆਸਾਨ ਨੇ ਕੁਝ ਗਾਣ ਝੋਖੇ ਨੇ ਜੀ ਆਸਾਨ ਰਾਗ ਤੋਂ ਪਹਿਲਾਂ ਉਹਦੀ ਸਰਗਮ ਤੋਂ ਸਾਰੇ ਗਾਮ ਆਪਾਂ ਦਾ ਨੇ ਜੋ ਆਪਾਂ ਬੇਸੇ ਤੋਂ ਸ਼ੁਰੂ ਕਰਾਂਗੇ ਆਪਾਂ ਜੀ ਤੇ ਠੀਕ ਹੈ ਉਸ ਤੋਂ ਬਾਅਦ ਆਪਾਂ ਸਧਾਰਨ ਰੀਤ ਵੀ ਗਾ ਲਵੇ ਹਮ ਪਰ ਰਾਗ ਦੀ ਬੱਚੇ ਨੂੰ ਵੀ ਨੌਲੇਜ ਹੋਣੀ ਜਾਂ ਉਹਨੂੰ ਗਿਆਨ ਹੋਣਾ ਜਾਂ ਉਹਦੀ ਸ਼ੁਰੂਆਤ ਹੋਣੀ ਇਸ ਚੀਜ਼ ਤੋਂ ਉਹ ਬੜੀ ਜ਼ਰੂਰੀ ਹੈ ਜੀ ਭਾਵੇਂ ਪਹਿਸ਼ੂ ਤੋਂ ਇਹੋ ਜਿਹਾ ਸ਼ੌਂਕ ਆਵਾਂਗੇ ਬੱਚੇ ਨੂੰ ਜੀ ਤੇ ਉਹਨੂੰ ਆਪੇ ਲੱਗਣ ਲੱਗੀ ਕਿ ਇਸ ਪਾਸੇ ਜੇ ਆਪਾਂ ਸ਼ੁਰੂ ਤੋਂ ਧਾਰਨਾ ਹੀ ਸਿਖਾਣੀਆਂ ਸ਼ੁਰੂ ਕਰਤੀਆਂ ਪਰ ਬੱਚਾ ਕੋਈ ਹੋਰ ਚਾਹੁੰਦਾ ਉਹਦਾ ਸ਼ੌਂਕ ਉਹ ਵੱਡਾ ਹੈ ਤੇ ਆਪਾਂ ਉਸਨੂੰ ਧਾਰਨਾ ਤੱਕ ਹੀ ਰੱਖਦੇ ਤਾਂ ਫਿਰ ਉਹ ਗੱਲ ਨਹੀਂ ਬਣੀ ਇਸ ਲਈ ਕੋਸ਼ਿਸ਼ ਕਰੋ ਬੱਚਿਆਂ ਨੂੰ ਸ਼ੁਰੂਆਤ ਜਿਹੜੀ ਹੈ ਟੀਚਰ ਜਿੰਨਾ ਵੀ ਆਉਂਦਾ ਉਹਨੂੰ ਸ਼ੁਰੂਆਤ ਰਾਗਾ ਤੋਂ ਕਰਾਈ ਜਾਵੇ ਪਾਓ ਥੋੜਾ ਕਰਾ ਲਓ ਉਹਨੂੰ ਨੌਲੇਜ ਹੁਣ ਜੀ ਕਿਉਂਕਿ ਜੇ ਰਾਗ ਦੀ ਨੌਲੇਜ ਹੋਏਗੀ ਤਾਂ ਸੁਧਾਰਨ ਦੀਤ ਵੀ ਕਰ ਸਕਦਾ ਫਿਰ ਜੀ 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 ਗਾਏਗਾ ਰਾਗ ਚ ਕਿਸ ਨਾ ਕਿਸੇ ਉਹ ਵੀ ਕਿਉਂਕਿ ਜਿਹੜਾ ਕੀਰਤਨ ਹੈ ਨਾ ਕੀਰਤਨ ਹੁੰਦਾ ਹੈ ਰਾਗਾਂ ਵਿੱਚ ਬਿਲਕੁਲ ਜੀ ਰਾਗਾਂ ਤੋਂ ਮੈਨਾਂ ਹੁੰਦਾ ਨਹੀਂ ਮੈਨੂੰ ਚੇਤਾ ਹੈ ਨਜ਼ਾਕਤ ਅਲੀ ਸਲਮਤ ਅਲੀ ਅਕ ਟੈਲੀਵਿਜ਼ਨ ਤੇ ਕਿਸੇ ਦੇ ਇੰਟਰਵਿਊ ਦੇ ਬਹੁਤ ਚਰਦੀ ਗੱਲ ਹੈ ਪ੍ਰੋਣੀ ਜੀ ਉਹ ਕਹਿੰਦੇ ਆਮ ਜਿਹੜੇ ਗਾਉਂਦੇ ਨੇ ਉਹਨਾਂ ਦੀ ਗੱਲ ਦੱਸੀ ਜੱਟ ਪਸ਼ੂਚਾਰ ਦੇ ਬੋਲੀਆਂ ਪਾਉਂਦੇ ਨੇ ਕਹਿੰਦਾ ਉਹ ਵੀ ਪੈਰ ਵਿੱਚ ਪਾਉਂਦੇ ਨੇ ਜੇ ਕਿੰਦਾ ਉਹ ਜੇ ਕਿੰਦਾ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਪੈਰ ਵੀ ਸਿਰ ਕੋਲ ਨੂੰ ਮਾਰਦਾ ਭੇ ਰਾਗ ਦੇ ਵਿੱਚ ਹੀ ਆਉਂਦੇ ਨੇ ਕੋਈ ਚੀਜ਼ ਆ ਉਹ ਰਾਗ ਵਿੱਚ ਹੀ ਤੇ ਇਹ 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 ਆ ਕਿ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਕਿਸੇ ਸਟੇਜ ਤੇ ਪਹੁੰਚਣ ਵਾਸਤੇ ਇਹਨਾਂ ਦੇਖੋ ਵੀ ਫਲਾਣਾ ਕੀਰਤियां ਸਧਾਰਨ ਕੀਰਤਨ ਕਰਕੇ ਬੜਾ ਪੌਪੂਲਰ ਹੋਇਆ ਬੜਾ ਮਸ਼ਹੂਰ ਇਹਨਾਂ ਇਹਨਾਂ ਦੇਖੀ ਆਪਾਂ ਤੁਸੀਂ ਅਸੀਂ ਦੇਖਣਾ ਵੀ ਉਹਨੂੰ ਸ਼ਾਇਦ ਕੋਈ ਕਰਮਾਂ ਦਾ ਫਲ ਮਿਲਦਿਆ ਪਿਆ ਉਹਨੇ ਕੋਈ ਚੰਗੇ ਕਰਮ ਕੀਤੇ ਉਹਦਾ ਫਲ ਆ ਜੀ ਮਿਲਦਾ ਪਿਆ ਮੈਂ ਆਪਣੀ ਗੱਲ ਹੀ ਕਰ ਲਵਾਂ ਮੈਂ ਕੋਈ ਮੇਰੇ ਕੋਈ ਗੁਣ ਨਹੀਂ ਹੈ ਮੈਂ ਤਾਂ ਸਪਸ਼ਟ ਦੱਸਦਾ ਜਿੰਨਾ ਕਿ ਮੈਂ ਸਿੱਖਿਆ ਉਸਤਾਦਾਂ ਦੀ ਸੰਗਤ ਚ ਰਹਿ ਕੇ ਉਹਨਾਂ ਦੀ ਸ਼ਰਨ ਚ ਰਹਿ ਕੇ ਜੀ ਪਰ ਜੇ ਤੁਸੀਂ ਥੋੜੀ ਸਿੱਖੇ ਦੀ ਮਿਹਨਤ ਜ਼ਿਆਦਾ ਕਰ ਲੈਣੇ ਹੋ ਜੀ ਕਈ ਵਾਰ ਸਾਡੀਆਂ ਥਿਉਰੀ ਨਾਲ ਕਿਤਾਬਾਂ ਪੜ ਜਾਂਦੀਆਂ ਸਰ ਕੋਈ ਪ੍ਰੈਕਟੀਕਲ ਹੀ ਹੁੰਦਾ ਜੀ ਹੂੰ ਠੀਕ ਹੈ ਨਾ ਤੇ ਸਾਨੂੰ ਜਾਣ ਲਈ ਪ੍ਰੈਕਟੀਕਲ ਬਹੁਤ ਜ਼ਰੂਰੀ ਹੈ ਮਿਹਨਤ ਜ਼ਰੂਰੀ ਤੇ ਰਿਆਜ ਬੜਾ ਕੀਤਾ ਜਿਹੜਾ ਤੇ ਜੇ ਤੁਹਾਡੀ ਨਹੀਂ ਪੱਕੀ ਹੈ ਰਿਆਜ ਕਰਕੇ ਤੁਸੀਂ ਥੋੜਾ ਸਿੱਖਿਆ ਉਹਦੀ ਮਿਹਨਤ ਜ਼ਿਆਦਾ ਕੀਤੀ ਹੈ ਤੇ ਤੁਹਾਡੀ ਨਹੀਂ ਪੱਕੀ ਹੋ ਜੰਗੀ ਤੇ ਜਨ ਤੋਂ ਪਹਿਲਾਂ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੈ ਸੰਗਤਾਂ ਦੀ ਗਿਆਤ ਵਾਸਤੇ ਦਰਵਾਸਾਬ ਦੇ ਵਿੱਚ ਜਿਹੜਾ ਕੀਰਤਨ ਦੀ ਮਰਿਆਦਾ ਹੈ ਸਵੇਰ ਤੋਂ ਲਾ ਕੇ ਕੋ ਚੌਂਕੀਆਂ ਬਾਰੇ ਜਾਂ ਦੋ ਥੋੜਾ ਬੋਤ ਦੱਸ ਦਿਓ ਸਵੇ ਨੂੰ ਕਿਹੜੀ ਚੌਂਕੀ ਚੱਲਦੀ ਹੈ ਕਿੰਨੇ ਵਜੇ ਤੱਕ ਚੱਲਦੀ ਹੈ ਮੈਂ ਬਹੁਤਾ ਡਿਟੇਲ ਚ ਦੱਸਾਂਗਾ ਫਿਰ ਬਹੁਤ ਲੰਬਾ ਸਮਾਦਨ ਖੁੱਲਾ ਚਾਹੀਦਾ ਦੇਖੋ ਅਮਰਤਵਿਲੇ ਤਿੰਨ ਪੈੜ ਦੀ ਚੌਂਕੀ ਪਹਿਲਾਂ ਰਾਮ ਹੁੰਦੀ ਹੈ ਜੀ ਕਿ ਮੈਂ ਕੀਰਤਨ ਦੀ ਗੱਲ ਕਰ ਰਿਹਾ ਹਾਂ ਮੋਰ ਸੇਵਾ ਦੀ ਗੱਲ ਸਰ ਨਹੀਂ ਉਹ ਸਮੇਂ ਅਨਸਾਰ ਉਹ ਜੀ ਸਰਦੀਆਂ ਗਰਮੀਆਂ ਦਾ ਮੌਸਮ ਚੇਂਜ ਹੁੰਦਾ ਰਹਿੰਦਾ ਸਭ ਤੋਂ ਪਹਿਲਾਂ ਕੀਰਤਨ ਦੀ ਤਿੰਨ ਪੈੜ ਦੀ ਚੌਂਕੀ ਹੁੰਦੀ ਹੈ ਉਸ ਤੋਂ ਉਪਰੰਤ ਉਸਰੇ ਸਤਿਗੁਰੂ ਜੀ ਦਾ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਨਹੀਂ ਹੁੰਦਾ ਉਸ ਤੋਂ ਬਾਅਦ ਆਸਾ ਦੀ ਵਾਰ ਦੀ ਚੌਂਕੀ ਦੀ ਰੰਮਤ ਹੁੰਦੀ ਹੈ ਜੀ ਹਾਂ ਜੀ ਆਸਾ ਦੀ ਵਾਰ ਦੀ ਚੌਂਕੀ ਦੀ ਰੰਮਤਾ ਜੋ ਕੀਰਤਨ ਚੱਲ ਰਿਹਾ ਹੁੰਦਾ ਆਧ ਵਿੱਚ ਜਾ ਕੇ ਫਿਰ ਸਤਿਗੁਰੂ ਜੀ ਦੇ ਪ੍ਰਕਾਸ਼ ਵਿੱਚ ਹੁੰਦੇ ਤੁਸੀਂ ਦੇਖਦੇ ਹੋ ਲਾਈਵ ਵੀ ਦੇਨ ਹਕਮਨਾਵਾਰ ਅਰਦਾਸ ਕਰਕੇ ਉਹ 3 ਘੰਟੇ ਦੀ ਡਿਊਟੀ ਹੁੰਦੀ ਹੈ ਜੀ ਅੱਛਾ ਜੀ ਸੇਵਾ ਜਿਹੜੀ ਹੈ ਆਸਾ ਦੀ ਵਾਰ ਦੀ ਸੰਪੂਰਨ ਆਸਾ ਦੀ ਵਾਰ ਨਾਲ ਸ਼ਬਦਾਂ ਦਾ ਕੀਰਤਨ ਉਸ ਤੋਂ ਬਾਅਦ ਫਿਰ ਬਿਲਾਵਲ ਦੀ ਚੌਂਕੀ ਹੈ ਬਿਲਾਵਲ ਤੋਂ ਕੀਰਤਨ ਚੱਲਦਾ ਹੈ ਫਿਰ ਉਸ ਤੋਂ ਬਾਅਦ ਲਗਾਤਾਰ ਕੀਰਤਨ ਚੱਲਦਾ ਰਹਿੰਦਾ ਫਿਰ ਦੁਪਹਿਰੀ ਅਨੰਦ ਸਾਹਿਬ ਜੀ ਦੀ ਅਰਦਾਸ ਹੁੰਦੀ ਹੈ 12 ਵਜੇ ਉਸ ਤੋਂ ਬਾਅਦ ਫਿਰ ਚੱਲਦਾ ਦੁਪਹਿਰੀ ਚੰਨ ਕਮਲ ਸਾਹਿਬ ਦੀ ਚੌਂਕੀ ਹੁੰਦੀ ਹੈ ਜੀ ਅੱਛਾ ਧੰਨਵਾਦ ਹਾਂਜੀ ਉਸ ਤੋਂ ਮੈਂ ਦੁਪਹਿਰ ਉਹ ਟਾਈਮ ਦਾ ਨਰਗਾ ਥੋੜਾ ਉਹ ਸਵਾ 2:00 ਤੱਕ ਵੀ ਦੋ ਵਜੇ ਤੋਂ ਸ਼ੁਰੂ ਨਹੀਂ ਚੰਨ ਕੌਂ ਬਾਕੀ ਇੰਦਰ ਕੰਟੀਨਿਊ ਚੱਲਦਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਸੋਦਰ ਦੀ ਚੌਂਕੀ ਜੋ ਤੁਸੀਂ ਉਹ ਸੋਦਰ ਦੇ ਪਾਰ ਤੋਂ ਕਹਿੰਦਾ ਸਰਵਨ ਕੀਰਤਨ ਸਰਵ ਕਰਦੇ ਹੋ ਆਰਤੀ ਸਾਹਿਬ ਤੇ ਫਿਰ ਉਪਰੰਤ ਸਮਾਪਤੀ ਪਰ ਇਹਦੇ ਚ ਕੀਰਤਨ ਕਿਤੇ ਵੀ ਬੰਦ ਨਹੀਂ ਹੁੰਦਾ ਸਿਰਫ ਜਦੋਂ ਅਰਦਾਸ ਹੁੰਦੀ ਹੈ ਜੀ ਉਹ ਤਿੰਨ ਪੈਰ ਤੋਂ ਲੈ ਕੇ ਰਾਤ ਦੀ ਸਮਾਪਤੀ ਜੋ ਸਤਿਗੁਰੂ ਜੀ ਦੇ ਪ੍ਰਕਾਸ਼ ਹੁੰਦਾ ਸੁਕਾਸਨ ਹੁੰਦਾ ਉਸੇ ਤੱਕ ਕੀਰਤਨ ਕੰਟੀਨਿਊ ਚੱਲਦਾ ਸਿਰਫ ਅਰਦਾਸ ਲਈ ਕੀਰਤਨ ਬਾਤ ਜਾਂ ਪਾਠ ਚਲਦਾ ਰਿਆ ਰਸ ਅਨੁਸਾਰ ਚੌਕੇ ਚੌਕੇ ਵਿੱਚ ਰਾਗੀਆਂ ਨੂੰ ਉਸ ਸਮੇਂ ਦਾ ਰਾਗ ਸਮੇਂ ਅਨੁਸਾਰ ਦੇਖੋ ਸਮੇਂ ਅਨੁਸਾਰ ਸ਼ੁਰੂਆਤੀ ਜੋ ਸ਼ਬਦ ਹੈ ਕੁਝ ਸਮਾਂ ਉਹ ਸਮੇਂ ਦੇ ਰਾਗ ਜੋ ਹੈ ਉਹਨਾਂ ਵਿੱਚ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸਿਆਣੀ ਕੀਰਤਨੀ ਹੈ ਉਹ ਕੋਸ਼ਿਸ਼ ਕਰਦੇ ਸਾਰਾ ਸਮਾਂ ਹੀ ਕੀ ਰਾਗਾਂ ਵਿੱਚ ਕੀਰਤਨ ਕੀਤਾ ਜਾਏ ਪਰ ਕਿਉਂਕਿ ਇਹਦੀ ਸ਼੍ਰੇਣੀ ਹੈ ਹਮ ਸ੍ਰੋਤੇ ਵੀ ਜਿਦਾਂ ਅਲੱਗ-ਅਲੱਗ ਸ਼੍ਰੇਣੀ ਦੇ ਹਨ ਕੁਝ ਸਧਾਰਨ ਕੀਰਤਨ ਕਰਦੇ ਹਨ ਪਰ ਕੀਰਤਨ ਜਿਹੜਾ ਸਧਾਰਨ ਕਰਨਾ ਮੈਂ ਕਹਿੰਦਾ ਉਹ ਵੀ ਕਿਸੇ ਨਾ ਕਿਸੇ ਰਾਗ ਵਿੱਚ ਹੀ ਕਰਨਾ ਹੈ ਜੀ ਜੀ ਇਹ ਨਹੀਂ ਗੱਲ ਵੀ ਕੁਝ ਰਾਗ ਤੋਂ ਬਾਹਰ ਕਰਨਾ ਇਸ ਲਈ ਮੈਂ ਬੇਨਤੀ ਕਰਾਂਗਾ ਆਪਣੇ ਸਾਰੇ ਇੱਕ ਵਿਸ਼ੇਸ਼ ਤੌਰ ਤੇ ਸੰਗਤ ਨੂੰ ਜਿਹੜੀ ਬੜੀ ਜ਼ਰੂਰੀ ਹੈ ਤੁਸੀਂ ਸ਼ੁਰੂਆਤ ਗੱਲ ਕੀਤੀ ਸੀ ਵੀ ਕੀਰਤਨੀਆਂ ਦਾ ਜੋ ਰੈਣ ਸੈਣ ਹੈ ਜਾਂ ਕੀਰਤਨ ਕਿਉਂ ਨਹੀਂ ਬਣਾਣਾ ਚਾਹੁੰਦੇ ਬੱਚਿਆਂ ਨੂੰ ਕਿਉਂ ਨਹੀਂ ਬਣਾਣਾ ਚਾਹੁੰਦੇ ਲੱਗੀ ਮੈਂ ਸੰਗਤ ਨੂੰ ਬੇਨਤੀ ਕਰਨਾ ਜਾਵਾਂਗਾ ਤੁਹਾਡੇ ਜਰੀਏ ਇਸ ਮਾਦਮ ਰਾਹੀਂ ਕਿ ਸਿਰਫ ਜਿਹੜੇ ਨਾਮਵਰ ਕੀਰਤਨੀਆਂ ਆ ਉਹਨਾਂ ਨੂੰ ਪਿਆਰ ਨਾ ਕਰੋ ਜਾਂ ਉਹਨਾਂ ਦਾ ਧਿਆਨ ਨਾ ਰੱਖੋ ਜਿਹੜੇ ਆਮ ਕੀਰਤਨੀਆਂ ਨੇ ਤੁਹਾਡੇ ਚ ਰੋਜ਼ ਵਿਚਰਦੇ ਹਨ ਉਹਨਾਂ ਦਾ ਵੀ ਧਿਆਨ ਰੱਖੋ ਜੀ ਠੀਕ ਹੈ ਉਹਨਾਂ ਨੂੰ ਵੀ ਉਹਨਾਂ ਹੀ ਪਿਆਰ ਕਰੋ ਕੋਸ਼ਿਸ਼ ਕਰੋ ਕਿਉਂਕਿ ਪੜਦੇ ਤਾਂ ਉਹ ਵੀ ਗੁਰੂ ਦੀ ਬਾਣੀ ਹੈ ਜੀ ਇਹਨਾਂ ਦੇਖੋ ਵੀ ਨਾਮ ਵਰ ਕੀਰਤनियां ਉਸਨੇ ਚਲੋ ਸੰਗਤ ਦੀ ਬਹੁਤ ਆ ਉਹਦੀ ਐਡ ਵੀ ਬਹੁਤ ਆ ਉਹਨੂੰ ਮਾਇਆ ਵੇ ਦਿੱਤੀ ਜਾਂ ਕਰਤਾ ਹਨਾ ਉਹਦਾ ਦੇਖਭਾਲ ਵੀ ਜਾਂ ਉਹਨੇ ਸੇਵਾ ਬੜੀ ਕੀਤੀ ਦੇਖੋ ਪੜਨੀ ਉਹਨਾਂ ਦੀ ਬਾਣੀ ਨੂੰ ਠੀਕ ਹੈ ਕਿਸੇ ਨੂੰ ਉਹ ਗੁਰੂ ਦੀ ਬਖਸ਼ਿਸ਼ ਜਿਹੜਾ ਮਾਨ ਸਤਕਾਰ ਵੱਧ ਮਿਲ ਦਿੰਦਾ ਹੈ ਜਿੰਨਾ ਜਿੰਨਾ ਇਸ ਨੂੰ ਕੱਟ ਪਰ ਸਾਰਿਆਂ ਨੇ ਮਿਹਨਤ ਕੀਤੀ ਹੋਈ ਹੈ ਸੋ ਜਦੋਂ ਜਿਹਨਾਂ ਨੂੰ ਮਾਨ ਸਤਕਾਰ ਮਿਲਿਆ ਤੇ ਸੁਭਾਵ ਵਿਕੀ ਉਹਦੋਂਗੇ ਕਾ ਇੱਕ ਬੇਨਤੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੀਰਤਨੀਆਂ ਨੂੰ ਉਹਨਾਂ ਨੂੰ ਵੀ ਤੁਸੀਂ ਮਾਨ ਸਤਕਾਰ ਦਿਓ ਭਾਵੇਂ ਨਾਮ ਨਹੀਂ ਉਹਨਾਂ ਦਾ ਕੋਈ ਪਰ ਬੜਦੇ ਤੇ ਗੁਰੂ ਦੀ ਬਾਣੀ ਹੈ ਕਰਦੇ ਤੇ ਪ੍ਰਚਾਰੀ ਹੈ ਜੀ ਜੀ ਜਿਹੜੇ ਨਾਮਵਰ ਕੀਰਤਨੀਏ ਉਹ ਤਾਂ ਚਾਹਦੇ ਨੇ ਬੱਚੇ ਬਣ ਪਰ ਜਿਹੜੇ ਸਧਾਰਨ ਜਿਹੜੇ ਕੀਰਤਨੀ ਜਿਨ੍ਹਾਂ ਨੇ ਇਦਾਂ ਕਠੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਭਾਵੇਂ ਅਸੀਂ ਉਸ ਦੌਰ ਚੋਂ ਲੰਘੇ ਆ ਉਹ ਸਮੇਂ ਚੋਂ ਲੰਘੇ ਆ ਉਹਨਾਂ ਲਈ ਜ਼ਿਆਦਾ ਹੁੰਦਾ ਹੈ ਵੀ ਜ਼ਿਆਦਾ ਮੁਸ਼ਕਲਾਂ ਚੱਲਣੀਆਂ ਇਹ ਕਿਤੇ ਗਏ ਜਾਂ ਪ੍ਰਬੰਧਕਾਂ ਨੇ ਕਰਾ ਨ ਦਿੱਤਾ ਜਾਂ ਉਹਨਾਂ ਦਾ ਜਿੰਨਾ ਕਿ ਯੋਗ ਹੱਕ ਬਣਦਾ ਸੀ ਉਹ ਉਹਨਾਂ ਦੇਤਾ ਤੇ ਕਿਉਂ ਖਾਸ ਕਰਕੇ ਜਿਹੜੀ ਆਪ ਆਪਾਂ ਸਮਝ ਦੀ ਗੱਲ ਕਰਦੇ ਆਂ ਹਾਂ ਅੱਜ ਕੱਲ ਕਿਰਤ ਸਿੱਖਣਾ ਬਹੁਤ ਸਖਾਲਾ ਹੈ ਪ੍ਰਾਣਿਆਂ ਨਾਲ ਬਿਲਕੁਲ ਤੁਸੀਂ ਮਿਹਨਤਾਂ ਕੀਤੀਆਂ ਉਸਤਾਦਾਂ ਦੀਆਂ ਘੰਟਾਂ ਘੇਟਾਂ ਦੋ ਦੋ ਘੰਟੇ ਆ ਬੈਠ ਕੇ ਉਹਨਾਂ ਦੀ ਚੌਂਕੀਆਂ ਭਰੀਆਂ ਪਰ ਅੱਜ ਕੱਲ ਸਭ ਕੋ ਤੁਹਾਨੂੰ ਨਰਤੇ ਨਾਲ ਤੇ ਕਲਾਸਾਂ ਵੀ ਲੱਗਦੀਆਂ ਨੇ ਟੂ ਦਿ ਪੁਆਇੰਟ ਮਿਲਦਾ ਡਾਕਟਰ ਸਾਹਿਬ ਮੈਂ ਇੱਕ ਗੱਲ ਤਾਂ ਵੀ ਉਸਤਾਦ ਦੀ ਸ਼ਰਤ ਤੋਂ ਬਿਨਾ ਜਿੰਨਾ ਮਰਜ਼ੀ ਨੈਟ ਆ ਜਾਏ ਨੈਫਸਾਦ ਨਹੀਂ ਬਣ ਸਕਦਾ ਆਪਣਾ ਜਿਹੜਾ ਇੰਡੀਅਨ ਕੀਤਨੇ ਹੈ ਨਾ ਜੋ ਰਾਗਾਂ ਦਾ ਉਸਤਾਦ ਦੀ ਸ਼ਰਨੇ ਚ ਬਹਿ ਕੇ ਸਿੱਖਣਾ ਹੈ ਨਾ ਜੋ ਪ੍ਰੈਕਟੀਕਲ ਸਿੱਖਣਾ ਉਹ ਆਪਣ ਨੂੰ ਨੈਟ ਨਹੀਂ ਸਿਖਾ ਸੀਗਾ ਸਾਰਾ ਲਿਆ ਜਾਂਦਾ ਇਹ ਚੀਜ਼ਾਂ ਦਾ ਪਰ ਜੋ ਉਸਾਰ ਨੇ ਉਹਦੀ ਸੇਵਾ ਕਰਕੇ ਉਹ ਤੁਹਾਨੂੰ ਅਸ਼ੀਰਵਾਦ ਮਿਲਨੀ ਹੈ ਉਹ ਨੈਟ ਨਹੀਂ ਅਸ਼ੀਰਵਾਦ ਤਾਂ ਨਹੀਂ ਦੇਣੀ ਜੀ ਬਿਲਕੁਲ ਸੋ ਸਾਡੇ ਕੋਲ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ ਇਜਾਦਤ ਲੈਣ ਦਾ ਸਮਾਂ ਹੋ ਗਿਆ ਪਰ ਅਸੀਂ ਤੁਹਾਨੂੰ ਫਿਰ ਬੇਨਤੀ ਕਰਦੇ ਆ ਕਿ ਫੋਨ ਲਾਈਨਾਂ ਖੁੱਲੀਆਂ ਹੋਈਆਂ ਨੇ ਸਿੱਖ ਚੈਨਲ ਦੇ ਫੋਨ ਤੇ ਫੋਨ ਕਰਕੇ ਜਰੂਰ ਤੁਸੀਂ ਆਪਣਾ ਦਸਵੰਦ ਕੱਢੋ ਡੋਨੇਸ਼ਨ ਦਿਓ ਡ੍ਰੈਗ ਡੈਬਿਟ ਸੈਟਅਪ ਕਰੋ ਆਓ ਸਿੱਖ ਚੰਦ ਦੇ ਨੰਬਰ ਤੇ 01213801050 ਤੇ ਤੁਸੀਂ ਕਾਲ ਕਰਕੇ ਜਰੂਰ ਆਪਣਾ ਦਸਵੰਦ ਜਿਹੜਾ ਹੈ ਮਾਇਆ ਦਿਓ ਤਾਂ ਜੋ ਸਿੱਖ ਚੈਨਲ ਨੂੰ ਹੋਰ ਵੀ ਆਪਾਂ ਵਧੀਆ ਤੋਂ ਵਧੀਆ ਪ੍ਰੋਗਰਾਮ ਲਿਆ ਸਕੀਏ ਵਧੀਆ ਸਾਡੀ ਬੇਨਤੀ ਇਸ ਤੇ ਪ੍ਰਵਾਨ ਕਰਨੀ ਕਿਉਂਕਿ ਇਸੇ ਇਸੇ ਮਾਧਿਅਮ ਅਨੁਸਾਰ ਅੱਜ ਤੁਹਾਡੇ ਕੋਲ ਭਾਈ ਸਾਹਿਬ ਜੀ ਭਾਈ ਰਵਿੰਦਰ ਸਿੰਘ ਜੀ ਬੈਠੇ ਤੁਸੀਂ ਦੇਖ ਰਹੇ ਹੋ ਕਿ ਇਸ ਇਸ ਮਾਧਿਅਮ ਨੂੰ ਆਪਾਂ ਹੋਰ ਸਟਰੋਂਗ ਕਰਨਾ ਹੈ ਜੀ ਉਹ ਹੁਣ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਵੱਧ ਚੜ ਕੇ ਇਹਦੀ ਸਹਾਇਤਾ ਕਰੋ ਇਹਦੀ ਹੈਲਪ ਕਰੋ ਤੇ ਅਸੀਂ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਪ੍ਰੋਗਰਾਮ ਲਿਆ ਕੇ ਤੁਹਾਡੇ ਤੱਕ ਇਥੇ ਸਸਮਰਤ ਕਰਾਂਗੇ ਜੀ ਸੋ ਭਾਈ ਸਾਹਿਬ ਜੀ ਤੁਸੀਂ ਜਾਣ ਤੋਂ ਪਹਿਲਾਂ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਮੈਂ ਤਮ ਸਿਰਫ ਬੇਨਤੀ ਕਰਨਾ ਚਾਹਾਂਗਾ ਕਿ ਆਪਣੇ ਆਉਣ ਵਾਲੇ ਜਿਹੜੇ ਕੀਰਤनियां ਬਣਾ ਚਾਹੁੰਦੇ ਆ ਵੀ ਤੁਸੀਂ ਮਿਹਨਤ ਜਰੂਰ ਕਰੋ ਅਜ ਕੇ ਫਲ ਦੇਣਾ ਪਰਮਾਤਮਾ ਦੇ ਵਾਸਤੇ ਹੂੰ ਉਹਨੇ ਬਖਸ਼ਿਸ਼ ਉਹਨੇ ਕਰਨੀ ਆ ਪਰ ਤੁਸੀਂ ਆਪਣਾ ਸਾਰਾ ਧਿਆਨ ਜਿਹੜਾ ਉਹ ਮਿਹਨਤ ਵਾਲ ਰਿਆਜ਼ ਵਾਲ ਗੁਰਬਾਣੀ ਕੰਡ ਕਰਨ ਵਾਲਾ ਹੋ ਕਿਉਂਕਿ ਅੱਜ ਜਿਹੜਾ ਯਾਨੀ ਬਹੁਤ ਵਸੇ ਵੰਡਿਆ ਹੋਇਆ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਸ ਵੇਲੇ ਨਾ ਕੋਈ ਸੜਕੋ ਮੋਬਾਈਲ ਸੀ ਨਾ ਕੋਈ ਉਸ ਵੇਲੇ ਨੈਟ ਸੀ ਪਤਾ ਵੀ ਨਹੀਂ ਸੀ ਕਿ ਮੋਬਾਈਲ ਜਾਂ ਨੈਟ ਹੁੰਦਾ ਕੋਈ ਇੰਟਰਨੈਟ ਕੁਛ ਨਹੀਂ ਦਾ ਨਾ ਕੋਈ ਸੜਕੋ ਸਕੂਟਰ ਸੀ ਨਾ ਕੋਈ ਮੋਟਰ ਕੋਈ ਇਦਾਂ ਦੀ ਕੋਈ ਹੈ ਹੀ ਨਹੀਂ ਸੀ ਕੋਈ ਸਧਾਰਨ ਅਸੀਂ ਆਮ ਕੋਈ ਸਾਡਾ ਸਾਰਾ ਧਿਆਨ ਹੀ ਉਧਰ ਹੀ ਹੁੰਦਾ ਵੀ ਰਿਆਜ਼ ਹੀ ਕਰਨਾ ਸਾਰਾ ਦਿਨ ਜੀ ਜੀ ਇਸ ਲਈ ਹੁਣ ਸਾਡੇ ਬੱਚਿਆਂ ਦਾ ਧਿਆਨ ਬਹੁਤ ਵਸੇ ਵੰਡਿਆ ਹੋਇਆ ਹੈ ਬਹੁਤ ਸਮਝ ਸਾਡਾ ਨੈਟ ਨੇ ਬੜਾ ਬੱਚਿਆਂ ਦਾ ਲੈ ਲਿਆ ਹੋਇਆ ਹੈ ਨਾ ਟੀਵੀ ਨੇ ਸੋਸ਼ਲ ਮੀਡੀਆ ਹੋਰ ਪਾਸੇ ਧਿਆਨ ਬਜਾਇਆ ਇਸ ਲਈ ਪਰ ਇਸ ਲਈ ਤੁਹਾਨੂੰ ਕੁਰਬਾਨੀ ਕਰਨੀ ਪੈਗੀ ਉਹਨਾਂ ਚੀਜ਼ਾਂ ਨੂੰ ਥੋੜਾ ਥੋੜਾ ਜਿਹਾ ਛੱਡਣਾ ਪੈਗਾ ਮਿਹਨਤ ਕਰਨੀ ਹੈ ਜੇ ਮਿਹਨਤ ਕਰਨੀ ਹੈ ਤੇ ਫਿਰ ਹੀ ਤੁਸੀਂ ਕੁਝ ਕੁਝ ਯੋਗ ਕੀਤਨੀ ਬਣ ਸਕੋਗੇ ਸੰਗਤ ਵੀ ਤਾਂ ਹੀ ਤੁਹਾਨੂੰ ਪਿਆਰ ਕਰੇਗੀ ਇਸ ਲਈ ਅੱਜ ਕੀ ਮਿਹਨਤ ਕਰੋ ਤੇ ਸੰਗਤ ਨੂੰ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਤੁਸੀਂ ਸਿਰਫ ਨਾਮਵਰ ਕੀਰਤਨ ਨੂੰ ਪਿਆਰ ਨਾ ਕਰੋ ਸਾਰੇ ਕੀਰਤਨਾਂ ਨੂੰ ਪਿਆਰ ਕਰੋ ਸਾਰੇ ਪ੍ਰਚਾਰਕਾਂ ਨੂੰ ਪਿਆਰ ਕਰੋ ਜਿੱਥੇ-ਜਿੱਥੇ ਉਹ ਸੇਵਾ ਕਰ ਰਹੇ ਆ ਤੇ ਸਿੱਖ ਚੈਨਲ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਜਦੋਂ ਵੀ ਮੈਂ ਇੱਥੇ ਕਦੇ ਯੂਕੇ ਦੀ ਫੇਰੀ ਤੇ ਆਨਾ ਸੇਵਾ ਲਈ ਇਹ ਹੁਕਮ ਕਰਦੇ ਆ ਮੈਨੂੰ ਆਪਣੀ ਸਟੂਡੀਓ ਵਿੱਚ ਬੁਲਾ ਕੇ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਇੱਥੇ ਆ ਕੇ ਇਹਨਾਂ ਚ ਇੱਕ ਐਜੇ ਪਰਿਵਾਰ ਫੈਮਿਲੀ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਨ ਲਈ ਤੁਹਾਡੇ ਸੰਗਤਾਂ ਦੇ ਰੂਬਰੂ ਹੋ ਕੇ ਆਪਣੀਆਂ ਗੱਲਾਂ ਦਿਲ ਦੀਆਂ ਸਾਂਝੀਆਂ ਕਰਨ ਲਈ ਸੋ ਮੈਂ ਸਿੱਖ ਚੈਨਲ ਦਾ ਹ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਸਤਿਗੁਬਕਸ਼ਿ ਕਰਨ ਕਿਰਪਾ ਕਰਨ ਇਸ ਚੈਨਲ ਨੂੰ ਹੋਰ ਦਿੰਦੁਗਣੀ ਰਾ ਚੌਗਣੀ ترقی ਬਖਸ਼ਿਸ਼ ਕਰਨ ਕਿਉਂਕਿ ਯੂਰਪ ਦੇ ਕਿਸੇ ਕੋਲ ਨਹੀਂ ਚਾਹੀਏ ਜਾਂ ਹੋਰ ਦੁਨੀਆ ਦੇ ਕਿਸੇ ਕੋਲ ਨਹੀਂ ਚਾਹੀਏ ਜੇ ਉੱਥੇ ਲੱਗਦਾ ਤਾਂ ਸਿੱਖ ਚੈਨਲ ਸਿੱਖ ਚੈਨਲ ਸਿੱਖ ਚੈਨਲ ਹੀ ਹੋਣੀ ਹੁੰਦੀ ਆ ਜੋ ਸਿੱਖ ਚੈਨਲ ਲਾਓ ਜੀ ਬਾਹਰ ਸੋ ਮੈਂ ਸਮਝਦਾ ਕਿ ਇਹ ਨਾਮ ਹੁਣ ਦੱਸਣ ਦੀ ਲੋੜ ਨਹੀਂ ਇਹ ਬੱਚੇ-ਬੱਚੇ ਦੀ ਜੁਬਾਨ ਤੇ ਇਹ ਨਾਮ ਵਸ ਚੁੱਕਾ ਸਿੱਖ ਚੈਨਲ ਦਾ ਜੀ 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 ਤੇ ਮੈਂ ਸਮਝਦਾ ਇਹ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਤੇ ਤੁਹਾਡੇ ਸਟਾਫ ਦੀ ਸਾਰੀ ਮਿਹਨਤ ਦੀ ਨਿਸ਼ਾਨੀ ਹੈ ਵੀ ਤੁਸੀਂ ਬੜੀ ਮਿਹਨਤ ਕਰਦੇ ਹੋ ਇਸ ਲਈ ਦੇ ਸੰਗਤ ਇਸੇ ਤਰ੍ਹਾਂ ਸਿੱਖ ਜਨ ਨੂੰ ਪਿਆਰ ਕਰਦੀ ਰਹੇ ਤਾਂ ਤੁਸੀਂ ਸਾਡੇ ਵਰਗੇ ਪ੍ਰਚਾਰਕਰ ਨੂੰ ਕੀਰਤਨੀਆਂ ਨੂੰ ਬੁਲਾ ਕੇ ਸੰਗਤ ਦੇ ਰੂਪ ਰੂਪ ਕਰਦੇ ਰਹੋ ਜੀ ਬੜਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਆ ਸਿੱਖ ਚੈਨਲ ਹਰ ਇੱਕ ਬੱਚੇ-ਬੱਚੇ ਦੇ ਨਾਮ ਜਬਾਨ ਉੱਪਰ ਚੜਿਆ ਹੋਇਆ ਪਰ ਜਿਵੇਂ ਕਿ ਅਸੀਂ ਯੂਰਪ ਤੋਂ ਕੈਨੇਡਾ ਅਮਰੀਕਾ ਸਟੇ ਪੂਰੀ ਦੁਨੀਆ ਦੇ ਵਿੱਚ ਸਿੱਖ ਜਨ ਵੱਲੋਂ ਪ੍ਰੋਗਰਾਮ ਕੀਤੇ ਜਾਂਦੇ ਜਿੱਥੇ ਕਿਤੇ ਸਾਡੇ ਜਿਹੜੇ ਕਮਿਊਨਿਟੀ ਹੈਗੇ ਉਹਨਾਂ ਨੂੰ ਲੋੜ ਹੁੰਦੀ ਆ ਹੈਲਪ ਦੀ ਲੋੜ ਹੁੰਦੀ ਆ ਕਿਸੇ ਵੱਲੋਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਸਿੱਖ ਮੀਡੀਆ ਰਾਈ ਸਿੱਖ ਚੈਨਲ ਰਾਈ ਆਪਾਂ ਉੱਥੇ ਪਹੁੰਚ ਕੇ ਉਹਨਾਂ ਦੀ ਗੱਲਬਾਤ ਸੁਣਦੇ ਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਗੱਲ ਪਹੁੰਚਦੀ ਹੈਗੀ ਆ ਉਹਨਾਂ ਦੀ ਸੁਣਵਾਈ ਹੁੰਦੀ ਆ ਸੋ ਇਹ ਸਭ ਤਾਂ ਹੀ ਪੋਸੀਬਲ ਹੁੰਦਾ ਜਿਵੇਂ ਕਿ ਪ੍ਰਚਾਰ ਹੋ ਰਿਹਾ ਪਾਈ ਸਾਹਿਬ ਆਇਆ ਸੋ ਸਿੱਖੀ ਦਾ ਪ੍ਰਚਾਰ ਹੋ ਰਿਹਾ ਕੀਰਤਨ ਦਾ ਪ੍ਰਵਾਹ ਚੱਲਦਾ ਸੋ ਜਿੰਨੇ ਵੀ ਸਮਾਗਮ ਹੈਗੇ ਆ ਸਾਰੇ ਤੁਸੀਂ ਲਾਈਵ ਘਰ ਬੈਠੇ ਦੇਖ ਸਕਦੇ ਹੋ ਕੋਈ ਵੀ ਪ੍ਰੋਗਰਾਮ ਹੈਗਾ ਖੰਡਪੜ ਸਾਹਿਬ ਪੂਰਾ ਤਿੰਨ ਦਿਨ ਤੁਸੀਂ ਲਾਈਵ ਸਿੱਖ ਚੈਨਲ ਰਾਈ ਦੇਖ ਸਕਦੇ ਹੋ ਕਈ ਵਾਰੀ ਸਾਨੂੰ ਸਾਡੇ ਜਿਹੜੇ ਦਰਸ਼ਕ ਕਿ ਉਹਨਾਂ ਵੱਲੋਂ ਦੱਸਿਆ ਵੀ ਜਾਂਦਾ ਕਿ ਤਿੰਨ ਦਿਨ ਲਗਾਤਾਰ ਉਹਨਾਂ ਨੂੰ ਐਵੇਂ ਲੱਗਦਾ ਜਿਵੇਂ ਉਹਨਾਂ ਦੇ ਘਰ ਅਖੰਡ ਪਾਠ ਸਾਹਿਬ ਹੋ ਰਿਹਾ ਹੋਵੇ ਸੋ ਜੇ ਮ ਸਮਾਗਮ ਤੁਸੀਂ ਨਹੀਂ ਪਹੁੰਚ ਸਕਦੇ ਹੁੰਦੇ ਤੁਸੀਂ ਘਰ ਬੈਠੇ ਸਮਾਗਮ ਦੇਖਦੇ ਹੋ ਸਰਬੱਤ ਦਾ ਭਲਾ ਲਾਈਵ ਤਿੰਨ ਦਿਨ ਲਗਾਤਾਰ ਤੁਸੀਂ ਇੰਨੀ ਵਧੀਆ ਕੁਆਲਿਟੀ ਸਿਕ ਚੈਨਲ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇਖਿਆ ਹੈਗਾ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੈ ਕਿ ਜੇ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਇੰਦਾ ਸਬੰਧ ਕਰਦੇ ਹਾਂ ਜੇ ਤੁਸੀਂ ਡਾਇਰੈਕਟ ਡੈਬਿਟ ਆਲਰੇਡੀ ਸੈਟਅਪ ਕਰਵਾਏ ਹੋਇਆ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡਸ ਨੂੰ ਆਪਣੇ ਸਕੇ ਸੰਬੰਧੀਆਂ ਨੂੰ ਜਰੂਰ ਤੁਸੀਂ ਪ੍ਰੇਰਿਤ ਕਰੋ ਕਿ ਸਿਕ ਚੈਨਲ ਡਾਇਰੈਕਟ ਡੈਬਿਟ ਸੈਟਅਪ ਕਰਵਾਓ 3000 ਡਾਇਰੈਕਟ ਡੈਬਿਟ ਦੀ ਸਾਨੂੰ ਲੋੜ ਹੈਗੀ ਆ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਅਸੀਂ ਅਪੀਲ ਕਰ ਰਹੇ ਹਾਂ ਸੋ 7-8 ਡਾਇਰੈਕਟ ਡੈਬਿਟ ਹੋ ਗਏ ਨੇ ਸੋ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਸੋ ਜਿਨ੍ਹਾਂ ਨੇ ਨਹੀਂ ਕੀਤੇ ਹਾਲੇ ਉਹ ਵੀ ਜਰੂਰ ਕਰਵਾਓ ਜੇ ਤੁਸੀਂ ਵੈਸੇ ਮਾਇਆ ਦੇਣੀ ਚਾਹੁੰਦੇ ਹੋ ਉਹ ਵੀ ਤੁਸੀਂ ਦੇ ਸਕਦੇ ਪਰ ਜੇ ਤੁਸੀਂ ਡਾਇਰੈਕਟ ਡੈਬਿਟ ਜਾਂਦਾ ਕਿ ਸਾਨੂੰ ਹਰ ਮਹੀਨੇ ਤੁਹਾਡੇ ਵੱਲੋਂ ਸਪੋਰਟ ਮਿਲਦੀ ਆ ਤੁਸੀਂ ਆਪ ਦਾ ਹਰ ਮਹੀਨੇ ਦਸਵੰਤ ਕੱਢ ਸਕਦੇ ਹੋ ਸਿੱਖ ਚੈਨਲ ਏਡ ਵੱਲੋਂ ਕਾਫੀ ਸਾਰੇ ਪ੍ਰੋਜੈਕਟ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਸੋ ਸਾਡੇ ਕੋਲ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਾਣ ਤੋਂ ਪਰ ਅਸੀਂ ਤੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਿੱਖ ਚੈਨਲ ਦੇ ਸਟੂਡੀਓ ਵਿੱਚ ਪਹੁੰਚੇ ਨੇ ਤੇ ਦੂਸਰਾ ਜਿਸ ਤਰ੍ਹਾਂ ਹਰਮਨ ਜੀ ਤੁਸੀਂ ਦੱਸਿਆ ਕਿ ਭਾਈ ਸਾਹਿਬ ਨੇ ਦੱਸਿਆ ਕਿ ਮੀਡੀਆ ਜੁਗ ਹੈ ਸਿਕ ਚੈਨਲ ਸਵੇਲੇ ਹਾਊਸਹੋਲਡ ਬ੍ਰਾਂਡ ਬਣ ਚੁੱਕਾ ਹੈ ਅ ਜਿੱਥੇ ਜਿੱਥੇ ਜਾਂਦੇ ਨੇ ਮੈਂ ਆਪ ਦੇਖਿਆ ਭਾਈ ਸਾਹਿਬ ਦੇਖਿਆ ਕਿ ਪਹਿਲਾਂ ਕਿੰਨੇ ਸਿਕ ਚੈਨਲ ਸਿਕ ਚੈਨਲ ਤੇ ਇਹਨੂੰ ਆਪਾਂ ਸਟਰੋਂਗ ਕਰਨਾ ਇਹਨੂੰ ਇਸ ਤੋਂ ਬਾਅਦ ਫੁਲ ਕੇ ਤਾਂ ਕਿ ਇਸ ਤੋਂ ਬਾਅਦ ਪ੍ਰਚਾਰ ਹੋ ਸਕੇ ਮੇਨ ਮਕਸਦ ਜਿਹੜਾ ਆਪਣਾ ਹੈ ਮੈਂ ਪਿੱਲ ਬਾਰ ਬਾਰ ਬੇਨਤੀ ਕਰਦਾ ਸਿਕ ਚੈਨਲ ਦਾ ਮੋਟੋ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਆਵਾਜ਼ ਘਰ ਘਰ ਪਹੁੰਚਾਉਣੀ ਹੈ ਉਹ ਤਾਂ ਵੀ ਪਹੁੰਚਾ ਸਕਾਂਗੇ ਜੇ ਇਹਨੂੰ ਹੋਰ ਆਪਾਂ ਸਟਰੋਂਗ ਕਰਾਂਗੇ ਸੋ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਚੜ ਕੇ ਸਹਾਇਤਾ ਕਰੋ ਤਾਂ ਕਿ ਇਹ ਵੱਧ ਚੜ ਕੇ ਇਸੇ ਤਰ੍ਹਾਂ ਪ੍ਰਚਾਰਕਾਂ ਨੂੰ ਵੀ ਤੁਹਾਡੇ ਸਾਹਮਣੇ ਲਿਆ ਸਕੇ ਹੋਰ ਸਮਾਗਮ ਜਿਹੜੇ ਆ ਰਹੇ ਨੇ ਘਰ ਤੁਹਾਡੇ ਤੱਕ ਘਰ ਘਰ ਬੈਠਿਆਂ ਤੱਕ ਪਹੁੰਚਾ ਸਕੇ ਅਤੇ ਤੁਹਾਡੀ ਸਹਾਇਤਾ ਇਸ ਨੂੰ ਬਹੁਤ ਲੋੜ ਹੈ ਸੋ ਬਿਲਕੁਲ ਜੀ ਹੁਣ ਤੱਕ ਜਦੋਂ ਵੀ ਅਸੀਂ ਤੁਹਾਨੂੰ ਆਵਾਜ਼ ਮਾਰੀ ਹੈ ਤੁਸੀਂ ਹਮੇਸ਼ਾ ਸਿੱਖ ਚਨਾਂ ਦੇ ਨਾਲ ਖੜੇ ਰਹੇ ਹੋ ਸੋ ਹੁਣ ਵੀ ਤੁਹਾਨੂੰ ਸਿੱਖ ਚਨ ਨੂੰ ਤੁਹਾਡੀ ਲੋੜ ਹੈਗੀ ਆ ਤੁਹਾਡੇ ਦਸਵੰਦੀ ਲੋੜ ਹੈਗੀ ਸੋ ਜਰੂਰ ਤੁਸੀਂ ਫੋਨ ਕਰੋ ਹੁਣੇ ਹੀ ਸਿੱਖ ਚਨਲ ਦੇ ਨੰਬਰ ਤੇ 01213801050 ਤੇ 01213801050 ਤੇ ਕਾਲ ਕਰੋ ਸਿੱਖ ਟੀਮ ਵੇਟ ਕਰ ਰਹੀ ਆ ਤੁਹਾਡੀ ਕਾਲ ਦੀ ਸੋ ਤੁਸੀਂ ਬਿਨਾ ਕਿਸੇ ਦੇਰੀ ਤੋਂ ਹੁਣੇ ਫੋਨ ਚੱਕੋ ਤੇ ਫੋਨ ਕਰੋ ਤੇ ਆਪਾਂ ਤੁਹਾਡੇ ਨਾਲ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਗਲੇ ਸ਼ੋਅ ਦੇ ਵਿੱਚ ਸੋ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੇ ਸੋ ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਫਤਿਹ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ